ਸਿਗਰਟ ਤੇ ਸ਼ਰਾਬ ਸਿਹਤ ਲਈ ਹਾਨੀਕਾਰਕ ਹੈ। ਸਾਡੇ ਖੂਹ ਵਿੱਚੋਂ ਪਾਣੀ ਭਰਦੇ ਸੀ, ਪਹਿਲਾਂ ਸੋਰੀ ਥੈਂਕ ਯੂ ਕਰਦੇ ਸੀ, ਸਾਡੇ ਖੂਹ ਵਿੱਚੋਂ ਪਾਣੀ ਭਰਦੇ ਸੀ। ਹੁਣ ਅਸੀਂ ਇਹਨਾਂ ਨੂੰ ਦੱਸਾਂਗੇ, ਇਹਨਾਂ ਤੇ ਤਾਨੇ ਕੱਸਾਂਗੇ, ਹੁਣ ਅਸੀਂ ਇਹਨਾਂ ਨੂੰ ਦੱਸਾਂਗੇ, ਇਹਨਾਂ ਤੇ ਤਾਨੇ ਕੱਸਾਂਗੇ। ਉਹ ਕੁੜੀ ਲਿਆ ਕੇ ਸਤਿ ਸ਼੍ਰੀ ਅਕਾਲ ਜੀ। ਇਹ ਹੈ ਮੇਰੇ ਪਿੰਡ ਦੇ ਖੇਤ ਤੇ ਇਹ ਹੈ ਮੇਰਾ ਪਿੰਡ। ਸਾਡਾ ਪਿੰਡ ਵੀ ਬਾਕੀ ਪਿੰਡਾਂ ਵਰਗਾ ਹੀ ਹੈ। ਇੱਥੇ ਵੀ ਬੱਚੇ ਬਿਨਾਂ ਕਿਸੇ ਗੱਲ ਤੋਂ ਆਪਸ 'ਚ ਲੜਦੇ ਰਹਿੰਦੇ ਆ। ਇੱਥੇ ਵੀ ਬਜ਼ੁਰਗ ਵਿਹਲੇ ਬੈਠੇ ਆਪਸ 'ਚ ਗਪੌੜ ਛੱਡਦੇ ਰਹਿੰਦੇ ਆ। ਓ ਬਈ, ਮੈਂ ਤਾਂ ਕਹਿੰਦਾ ਓਬਾਮਾ ਨੂੰ ਉਸਾਮਾ ਨੂੰ ਮਾਰਨ ਤੋਂ ਪਹਿਲਾਂ ਉਹਦੇ ਕੋਲੋਂ ਮਾਫੀ ਮੰਗਾਉਣੀ ਚਾਹੀਦੀ ਸੀ। ਪਰ ਮੇਰਾ ਪਿੰਡ ਬਾਕੀ ਪਿੰਡਾਂ ਨਾਲੋਂ ਜ਼ਿਆਦਾ ਪਿਛੜਿਆ ਤੇ ਜ਼ਿਆਦਾ ਅਨਪੜ੍ਹ ਹੈ। ਇੱਥੇ ਹਜੇ ਵੀ ਇਹੋ ਜਿਹੇ ਜੰਗਲ ਪਾਣੀ ਜਾਣ ਵਾਲੀਆਂ ਥਾਵਾਂ ਨੇ ਜਿਨ੍ਹਾਂ ਦੇ ਦਰਵਾਜ਼ੇ ਹੈ ਨਹੀਂ। ਬਾਹਰੋਂ ਆਉਣ ਵਾਲੇ ਕੋਲ ਆਪਦੀ ਘੰਟੀ ਹੁੰਦੀ ਹੈ,
ਤੇ ਅੰਦਰ ਜਾਨ ਹੌਲੀ ਕਰਨ ਵਾਲੇ ਕੋਲ ਆਪਦੀ ਘੰਟੀ। ਪਰ ਤੁਸੀਂ ਇੱਕ ਗੱਲ ਤੇ ਗੌਰ ਕੀਤਾ, ਪਿੰਡ ਅਨਪੜ੍ਹ ਹੈ ਪਰ ਅੰਗਰੇਜ਼ੀ ਚ ਕਿਉਂ ਲਿਖਾਇਆ ਮਰਦਾਨਾ ਟੋਇਲਟ? ਆਹ ਇੱਧਰ ਦੇਖ ਲਓ, ਮੱਝਾਂ ਦੀ ਛਿੱਟ ਇੱਥੇ ਸੁੱਟੋ ਜੀ, ਇਹ ਅੰਗਰੇਜ਼ੀ ਲਿਖਾਈ ਹੈ ਭਲਵਾਨ ਨਾਚਣ ਸਿੰਘ ਹੋਣਾ ਨੇ। ਅੰਗਰੇਜ਼ੀ ਲਿਖਾਉਣ ਪਿੱਛੇ ਇੱਕ ਬਹੁਤ ਵੱਡੀ ਕਹਾਣੀ ਹੈ। ਗੱਲ ਹੈ ਸਨ 1941 ਦੀ। ਬਾਪੂ ਮੈਂ ਦਹੀਂ ਖਾਣਾ। ਉਹ ਪੁੱਤ ਐਸ ਵੇਲੇ ਦਹੀਂ ਕੌਣ ਖਾਂਦਾ ਹੁੰਦਾ? ਹਾਂ ਬਾਪੂ ਮੈਂ ਖਾਣਾ ਖਾਣਾ ਖਾਣਾ। ਉਹ ਚੱਲ ਠੀਕ ਆ ਬਾਪੂ ਜੀ। ਕਿਹਾ ਅੰਗਰੇਜ਼ਾਂ ਦੀਆਂ ਡਾਂਗਾਂ ਨੂੰ ਨਾ ਸਹਿੰਦੇ ਹੋਏ ਬਾਪੂ ਮੌਕੇ ਤੇ ਹੀ ਦਮ ਤੋੜ ਗਿਆ। ਨਾਜ਼ਰ ਨੂੰ ਗੁੱਸਾ ਤਾਂ ਬਹੁਤ ਆਇਆ ਸੀ, ਛੋਟਾ ਹੋਣ ਕਰਕੇ ਕੁਝ ਕਰ ਨਾ ਸਕਿਆ, ਪਰ ਅੰਗਰੇਜ਼ਾਂ ਤੋਂ ਇਸ ਦਾ ਬਦਲਾ ਲੈਣ ਲਈ ਉਹਨੇ ਆਪਣੇ ਮਨ ਵਿੱਚ ਥਾਂ ਲਈ। ਜਦ ਤੱਕ ਨਾਜ਼ਰ ਜਵਾਨ ਹੋਇਆ, ਬਦਲਾ ਲੈਣ ਜੋਗਾ ਹੋਇਆ, ਅੰਗਰੇਜ਼ ਭਾਰਤ ਛੱਡ ਕੇ ਜਾ ਚੁੱਕੇ ਸੀ। ਨਾਜ਼ਰ ਸਿੰਘ ਦੇ ਮਨ ਵਿੱਚ ਗੋਰਿਆਂ ਦੇ ਖਿਲਾਫ ਨਫ਼ਰਤ ਭਰੀ ਭਰਾਈ ਰਹਿ ਗਈ। ਅੰਗਰੇਜ਼ ਤਾਂ ਚਲੇ ਗਏ ਪਰ ਅੰਗਰੇਜ਼ੀ ਨਾਜ਼ਰ ਸਿੰਘ ਉਹਨਾਂ ਦੇ ਹੱਥੇ ਚੜ ਗਈ। ਇਸ ਲਈ ਉਹਨੇ ਅੰਗਰੇਜ਼ਾਂ ਤੋਂ ਬਦਲਾ ਲੈਣ ਲਈ ਹਰ ਮਾੜੀ ਥਾਂ ਤੇ ਅੰਗਰੇਜ਼ੀ ਲਿਖਾਈ ਹੋਈ। ਓ ਨਹੀਂ ਜੀ ਨਹੀਂ, ਇਹ ਅੰਗਰੇਜ਼ਾਂ ਦਾ ਪਿੱਛਾ ਨਹੀਂ ਕਰ ਰਹੇ, ਬਲਕਿ ਖੇਤਾਂ ਵਿੱਚ ਜ਼ਬਰਦਸਤੀ ਬੜੇ ਹੋਏ ਅਵਾਰਾ ਪਸ਼ੂਆਂ ਨੂੰ ਕੱਢ ਰਹੇ ਨੇ, ਜਿਨ੍ਹਾਂ ਦੇ ਨਾਮ ਅੰਗਰੇਜ਼ਾਂ ਵਾਲੇ ਨੇ। ਉਹ ਨਾਲੇ ਬਈ ਇਸੇ ਬਹਾਨੇ ਖੇਤ ਵੀ ਵੱਜ ਜਾਂਦੇ ਨੇ, ਨਾਲੇ ਅੰਗਰੇਜ਼ਾਂ ਦੇ ਵੀ ਫੈਂਟਾ ਚੜ੍ਹ ਜਾਂਦਾ। ਆਹ ਵਿਚਾਰਾ ਸੋਚਦਾ ਹੋਣਾ ਵੀ ਅੰਗਰੇਜ਼ ਆਪ ਤਾਂ ਚਲੇ ਗਏ ਪਰ ਸਾਨੂੰ ਫਸਾ ਗਏ। ਇਹ ਹੈ ਨਾਜ਼ਰ ਸਿੰਘ ਹੋਣਾ ਦੀ ਹਵੇਲੀ। ਆਹ ਫੁੱਲ ਪੱਤੀਆਂ ਇਸ ਕਰਕੇ ਲਾਈਆਂ ਹੋਈਆਂ ਨੇ ਕਿਉਂਕਿ ਨਾਜ਼ਰ ਸਿੰਘ ਹੋਣਾ ਦਾ ਵੱਡਾ ਪੋਤਾ ਅੱਜ ਕੈਨੇਡਾ ਤੋਂ ਪੜ੍ਹ ਕੇ ਆ ਰਿਹਾ ਹੈ। ਹੁਣ ਤੁਸੀਂ ਇਹ ਸੋਚਦੇ ਹੋਵੋਗੇ ਵੀ ਨਾਜ਼ਰ ਸਿਓ ਆਪ ਤਾਂ ਅੰਗਰੇਜ਼ਾਂ ਦੇ ਇੰਨਾ ਖਿਲਾਫ ਹੈ ਤੇ ਪੋਤਾ ਬਾਹਰ ਕਿਉਂ ਪੜ੍ਹਨ ਭੇਜਿਆ ਬਈ? ਬਾਪੂ ਜੀ ਉਹ ਯਾਰ ਸਾਰਾ ਕੁਝ ਮੈਥੋਂ ਹੀ ਸੁਣ ਲੈਣਾ ਕਿ ਕੁਝ ਦੇਖਣਾ ਵੀ ਹੈ। ਆਲੋ ਦੇਖੋ। ਆ ਜਿਉਂਦਾ ਰਹਿ ਪੁੱਤਰਾ, ਤੈਨੂੰ ਦੇਖਣ ਲਈ ਅੱਖਾਂ ਤਰਸ ਗਈਆਂ ਸੀ। ਕੋਈ ਗੱਲ ਨਹੀਂ, 3 ਸਾਲ ਬਾਅਦ ਆਇਆ, ਪਿੰਡ ਦੀ ਮਿੱਟੀ ਤੇਰੇ ਗਲੇ ਲੱਗ ਕੇ ਮਿਲਣਾ ਚਾਹੁੰਦੀ ਹੈ ਤੈਨੂੰ। ਕੱਲੇ ਦੇ ਗੱਲ ਲੱਗੇ, ਮੇਰੀਆਂ ਅੱਖਾਂ ਨਾਲ ਕਾਹਨੂੰ ਜੱਫੀਆਂ ਪਾਉਂਦੀ ਫਿਰਦੀ ਹੈ? ਮੈਂ ਤਾਂ ਇੱਥੇ ਰਹਿਣਾ। ਬਕਵਾਸ ਬੰਦ ਕਰੋਗੇ ਮਾਨ ਸਾਹਿਬ? ਇੱਕ ਤਾਂ ਤੁਸੀਂ ਬੰਦੇ ਦੀ ਬੇਇੱਜ਼ਤੀ ਵੀ ਐਂ ਕਰਦੇ ਹੋ, ਬੰਦਾ ਗੁੱਸਾ ਵੀ ਨਹੀਂ ਕਰ ਸਕਦਾ। ਦੱਸੋ ਮਾਨ ਦੇ ਨਾਲ ਸਾਹਿਬ ਲਾਤਾ ਬਾਪੂ ਜੀ। ਇੰਨੀ ਜ਼ਿਆਦਾ ਤਿਆਰੀ ਮੇਰੇ ਆਉਣ ਦੀ ਖੁਸ਼ੀ ਚ? ਤੇਰੇ ਆਉਣ ਦੀ ਖੁਸ਼ੀ ਚ ਨਹੀਂ, ਤੈਨੂੰ ਫਸਾਉਣ ਦੀ ਖੁਸ਼ੀ ਚ। ਆਪਣਾ ਬਾਈ ਦਾ ਸਗਨ ਹੋ ਰਿਹਾ ਨਾ ਹੱਥੋ ਹੱਥੀ। ਵਟ ਬਾਈ ਮੰਗਣਾ ਤੇਰਾ ਹੱਥੋ ਹੱਥੀ? ਹੱਥੋ ਹੱਥੀ ਤੈਨੂੰ ਪਤਾ, ਹੱਥੋ ਹੱਥੀ ਜਿਵੇਂ ਪਾਣੀ ਹੱਥੀਆਂ ਰੋਟੀ ਨਹੀਂ ਹੁੰਦੀਆਂ, ਗਰਮਾ ਗਰਮ ਚੱਕ ਮੇਰੇ ਭਾਈ ਮੰਗਣਾ ਤੇਰਾ। ਹੋਰ ਮੰਗਣਾ ਹੈ? ਮੰਗਣਾ ਮੇਰਾ ਮੰਗਣਾ ਬਾਪੂ ਜੀ? ਹਾਂ ਬੇਟਾ। ਕਾਲਾ ਕਿੱਥੇ ਆ? ਕੀ ਗੱਲ ਕਾਲੇ ਨਾਲ ਕਰਾਉਣਾ? ਚੱਲ ਪੁੱਤ ਅੰਦਰ ਚੱਲੀਏ। ਚਲੋ ਜੀ, ਤੈਨੂੰ ਨਹੀਂ ਆਖਿਆ। ਚਲੋ ਜੀ ਆ ਬੇਟਾ, ਆ ਟੈਚੀ ਚੱਕ ਲਈ ਅੰਦਰ। ਚਲੋ ਜੀ, ਇਹਨਾਂ ਨੇ ਤਾਂ ਆਪਦੀ ਸਾਰੀ ਟੈਨਸ਼ਨ ਪਾਤੀ ਤੇਰੀ ਝੋਲੀ ਚ। ਓਏ ਆ ਕੀ ਬਕਵਾਸ ਕਰੀ ਜਾਂਦਾ, ਐਡਾ ਸੋਹਣਾ ਰਿਸ਼ਤਾ ਕਰਾਇਆ ਮੈਂ ਆਪਦੇ ਭਤੀਜ ਨੂੰ, ਜੇ ਹੋਰ ਬੋਲਿਆ ਨਾ ਕੰਨ ਤੇ ਮਾਰੂ ਮੈਂ ਤੇਰੇ ਮਾਨ ਸਾਹਿਬ। ਉਹ ਫੱਫੜਾ, ਜਾਂ ਤਾਂ ਸਾਹਿਬ ਕਹਿ ਲੈ ਜਾਂ ਕੰਨ ਤੇ ਮਾਰ ਲੈ। ਗੱਲਾਂ ਕਰਦਾ ਓਏ, ਮੇਰਾ ਮਤਲਬ ਫੁੱਫੜ ਜੀ ਗੱਲਾਂ ਕਰ ਰਹੇ ਨੇ। ਹਾਂ ਬਸ ਨੱਚ ਲਓ। ਆਏ ਕਿਵੇਂ ਰਹਿਣ ਦੋ ਚੀਚਾ ਮੈਂ ਮੁੰਡੇ ਦਾ, ਉਹਦਾ ਪ੍ਰਤਾਪ ਸਿੰਘ ਹੋਰੀ ਅੱਜ ਨਹੀਂ ਫੈਰ ਕੱਢਣਗੇ, ਫੇਰ ਕਦੋਂ ਕੱਢਣਗੇ ਵੀ ਹੈ? ਮੈਂ ਕਿੰਨੀ ਵੱਜ ਜਾਣੀ ਹੈ ਕਿਸੇ ਦੇ? ਆਏ ਕਿਵੇਂ ਵੱਜ ਜਾਣੀ ਹੈ, ਮੈਂ ਥੋੜੀ ਚਲਾਉਣੀ ਹੈ। ਓਏ 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 ਉੱਪਰ
ਕਰ ਕੇ ਚਲਾ। ਮੇਰਾ ਮਤਲਬ ਬਾਪੂ ਜੀ ਆਪਾਂ ਤਾਂ ਐਂ ਚਲਾਉਣੀ ਹੈ ਜੀ। ਡਰੋ ਨਾ ਕੁਛ ਨੀ ਹੈ। ਪ੍ਰਾਹੁਣੇ ਨੂੰ ਵੀ ਪੁੱਛ ਲੋ, ਦੁੱਧ ਗਰਮ ਕਰ ਲਈ, ਪਿਛਲੀ ਵਾਰੀ ਠੰਡਾ ਦੇਤਾ ਸੀ। ਉਹ ਕਾਲੇ ਨੂੰ ਬੁਲਾਓ, ਆ ਕੇ ਗਿੱਧਾ ਸਿੱਧਾ ਪਾਏ। ਕਾਲਾ ਗਾਹ ਕੰਨਿਆ ਮਹਾਵਿਦਿਆਲਾ ਚ ਪੜਦਾ, ਜਿਹੜਾ ਗਿੱਧਾ ਪਾਊਗਾ ਉਹ ਤਾਂ ਭੰਗੜਾ ਪਾਊ। ਸਾਡਾ ਵੀਰ ਹੁਣੀ ਬੁਲਾ ਲੈਂਦੇ ਆ। ਉਹ ਕਾਲੇ, ਉਹ ਕਾਲੇ, ਮੈਨੂੰ ਤੂੰ ਉਸਦੇ ਪ੍ਰਤਾਪ ਸਿੰਘ ਨੂੰ ਭੈਣ ਨੀ ਸੋਹਣੀ ਦਿੱਤੀ, ਇੱਜ਼ਤ ਤਾਂ ਸੋਹਣੀ ਦਿਓ। ਓ ਹੈਲੋ, ਕੀ ਹੋਇਆ? ਥੋੜੀ ਜੀ ਭਾਰੀ ਆ ਵਿਚਾਰੀ, ਸਾਡੀ ਭੈਣ ਵਰਗੀ ਭੈਣ ਨੀ ਹੈਗੀ ਕਿਸੇ ਦੀ। ਉਹ ਭੈਣਾ ਮੇਰੇ ਘਰੇ ਵੀ ਚਾਰ ਨੇ, ਮੈਨੂੰ ਭੈਣ ਨੀ ਘਰ ਵਾਲੀ ਚਾਹੀਦੀ ਸੀ। ਕੀ ਦੀ ਅੰਜਲੀਨਾ ਜੋਲੀ ਚੁੱਕ ਕੇ ਲਿਆਦਾ ਤੈਨੂੰ? ਜਿਹਦੀ ਮਰਜ਼ੀ ਲਿਆ ਦੇ ਓਏ। ਹੈਲੋ, ਹਾਂ ਰੂ ਬੁਲਾਉਂਦਾ? ਚਲੋ, ਕੱਲੇ ਨੂੰ ਬੁਲਾਉਂਦਾ? ਕੱਲਾ ਕੱਲਾ ਨੀ ਮੈਂ ਜਾਂਦਾ ਨਾ। ਇਹਨੂੰ ਕੱਲੇ ਨੂੰ ਬੁਲਾਉਂਦਾ? ਅੱਛਾ, ਇਹਨੂੰ? ਇਹਦਾ ਮਤਲਬ ਹੁਣ ਉਦੇ ਪ੍ਰਤਾਪ ਸਿੰਘ ਕਰਕੇ ਵੱਡੇ ਬੰਦੇ ਹੁਣ ਇੱਥੇ ਕੱਲੇ ਬੈਠਣਗੇ ਹੈ? ਉਹ ਕਾਹਦਾ ਉਦੇ ਪ੍ਰਤਾਪ ਸਿੰਘ ਹੋਏ, ਕੱਦ ਨਾਲੋਂ ਵੀ 2 ਫੁੱਟ ਉੱਚਾ ਤੂੰ ਨਾ ਰੱਖੀ ਫਿਰਦਾ। ਲੋਕ ਤਾਂ ਕੈਂਚੀ ਸਾਈਕਲ ਚਲਾਉਂਦੇ ਨੇ, ਇਹ ਕੈਂਚੀ ਸਕੂਟਰ ਖਿੱਚੀ ਫਿਰਦਾ। ਮੈਂ ਤੇਰੇ ਗੋਲੀ ਮਾਰ ਦੇਣੀ ਹੈ ਮਾਨ ਸਾਹਿਬ। ਜਾਂ ਗੋਲੀ ਉਹ ਮਾਰ ਲੈ ਜਾਂ ਸਾਹਿਬ ਕਹਿ ਲੈ। ਚਲੋ, ਮੈਂ ਤਾਂ ਸਾਹਿਬ ਹੀ ਕਹੂੰਗਾ, ਜਾਂ ਕਰ ਲੈ ਜਿਹੜਾ ਕੁਝ ਕਰਨਾ। ਸਾਹਿਬ, ਸਾਹਿਬ, ਸਾਹਿਬ। ਉਹ ਤੂੰ ਮੰਗਣੀ ਤੋਂ ਪਹਿਲਾਂ ਨਹੀਂ ਕਹਿ ਸਕਦਾ ਸੀ? ਥੋੜਾ ਲੱਭਿਆ ਤੈਨੂੰ? ਲੱਭਿਆ ਨਹੀਂ ਤੂੰ ਤੇ ਤੂੰ ਆਪ ਗੱਲ ਕਰ ਲੈਂਦਾ। ਮੈਂ ਡਰ ਗਿਆ ਸੀ ਯਾਰ ਬਾਪੂ ਤੋਂ।
ते मैनू बापू तो डर नहीं लगता। बापू मेरे चाचे का मुंडा। आ मैनू पहला दसे ही नहीं भी बापू तेरे चाचे का मुंडा है। मम्मा ना चुप कर यार, एक तो नाल यार तू साहब नहीं लाउंदा, ना तू मेरी बेइज्जती करी, ना एदी बेइज्जती नहीं कर सकता। गोरी नूं प्यार तां इह करदा है ना, तुहानूं आपदे आप नूं नहीं पता भी तुहाडा बापू पिंड दा गोरे बंदे नूं नहीं रहिण दिंदा। तू उत्थों गोरी नाल ब्याह कराउण लग्गिआ, उह वी रीजन नाल है। आ देख हुण वी उहदा ही फोन होणा, जदों दा पता लगा फोन ते फोन करी जांदी आ। तूं मेरी गल करा। हैलो जूलिया जी, इस रूट दीआं सारीआं लाइनां अज ही मंगीआं गईआं। प्लीज डियर जी, इस तरह ना कहो। पंजाबी है ओ, इन्ने गुरमुखी चैमे कीती आ, मैं सिखाई आ। तू झूठ बोल के कनेडा मैनू इसलिए भेजिया सी ना, गोरियां नूं पंजाबी सिखाउणी आ, सिखाती। ओ अच्छा अच्छा, जूलिया जी फेर दोहरा रहा, इह व्याह नहीं हो सकदा। इस तरह ना कहो डियर जी, हेल्प अस प्लीज, अपने बुढ़े नूं समझाओ। बुढ़ा ओ, तू सिद्धी बठिंडे वाली सिखा आया, दादा नहीं सिखा सकदा। दादे नूं डा डा करी जांदी सी, बुढ़ा सौखा सिख गई। ओ थोड़ा दादा तां है ही इन्ना औखा, अज तक सातों नहीं सिखिया गया। ओ एक मिंट यार, ओ जूलिया जी मेरी गल मनो, कोई होर मुंडा लभ लो। मेरी गल कर लेंदा मान साहब, काले दी होण वाली भाभी आ। ओ मेरे भी जुड़े आ भरावा। ठीक है कालिया, भुल गया ना जब तू छप्पड़ च डिगया सी, 3 साल दा सी, मैं तेनू अपनी जान ते खेड़ के बचाया, अज तेरी वारी है वीरे। ओ ज्यादा जज्बाती ना कर, तू वड्डा साहब आ, उन्हें यार मरवाया ही, इन्हें भरा मरवा देना, क्यों मान साहब? है साहब, तू साहब मैनू उदी कहना जदों तेनू कोई काम होंदा है, दस की काम है? ओ कोई नहीं यार, बस बापू दी बंदूक चो गोलियां कढ़ दियां सवेरे। पढ़, ये चिट्ठी है जिहड़ी मेरे वीर ने अपनी होण वाली भाभी कार्टून लिखी है, तो मेरे हाथ ला गई, आपां पढ़ दिंदे आ। नलके ते खड़ी मोढे ते परना, नलके ते खड़ी मोढे ते परना, सारे काम छोड़ के लैटर मेरा पढ़ना आया है, है। देख लो काटो का तो, ये जग चंद्रा साडा वैरी हो गया, तू प्यार मेरा सी, तेनू मंग मेरे बड़े भाई नाल दिता। अच्छा काटो का तो, असी इस दुनिया के फैसले नू आखरी मान लिया, मैं तेनू अपने दिल दी बनाउणा चाहुंदा सी चाबी, ना के बड़ी भाभी। बल्ले काले, गल बात आ तेरे च, क्या लिखदा? बस काटो का तो, मेरे नाल पाना बरत्या, तू मेरे नाम दी लाउणी सी मेहंदी, ते मैं तेरे नाम दा बटना, तेरे नाम ते पैणी सी बोलियां, ते मैं सी नचना, ते मैं सी नचना सी। अच्छा हुण सी हो गया, गल सुण ओए, उदों मंगणी वेले तां बड़ा मूहरे हो भंगड़े पाउंदा सी, उदों नहीं सी पता इहदा व्याह वी होणा। उहदे जी भुलेख जी पै पुगिआ जी। अगे पढ़ काटो का तो, पर हुण ब्याह मेरे वीर दा हो रहा है, ते मैं गाना भी नहीं गा सकदा। ओ गाना, ओ वीर जी बियाउण चले आ, ओ बल्ले ओ बल्ले ओ वीर जी। ओए ओए चिट्ठी पढ़ काटो का तो, असी हार मान लई, ए चिट्ठी मिलदिया ही कुछ पैसे ते गहने लै के उच्चे पुल दे थल्ले मिल, नहीं तो मैं 5.5 रुपए दियां सल्फास दियां गोलियां खा के चूहे दी मौत मर जावांगा। काटो तू किसे दी कोई गल नहीं मननी, जे तेनू कोई पुछे तू का तो काले नाल भज रही है। काटो का तो, काटो का तो, का तो काटो, काटो का तो। नहीं नहीं बापू जी, रब दी सौ लगे मैनू, ए चिट्ठी ना, ए चिट्ठी काले दा सफेद झूठ है। काटो डर गई बापू जी, ओदे नालों ज्यादा तां मैनू तू डरिया लगदा है। जिदा प्यार मुकर जे जी, ओ ते फिर डरिया लगूगा ही। हाँ काटो, नहीं नहीं बापू जी सच कहनी आ। देखो उदय प्रताप सिंह होरां दी एक सलाह है भी कक्का काला कक्का काटो, इन्हां दी राशि भी इको ही है, ते जानी तां कुड़ी उसे खानदान च है, रूप नाल ना सही काले नाल तोड़ दो। बिल्कुल सही गल है। की सही गल है ओए, बंद किसे दे होर पठे किते होर, मैं ये रिश्ता रूप नाल कराया। हाँ। जे रूप नाल व्याह नहीं हुंदा मेरा तो नक वड्या गया ना। गल तां इन्हां दी भी ठीक है। ओए एक मिंट एक मिंट, फोफड़ा गल सुन मेरी, आ मेरा साला हैगा, तू साला ही है, जे कल कल नूं सल्फास दियां गोलियां खा के ना मरिया, कुड़ी तोरती रूप दे नाल, तां एक दूजे दे मूंह लगदे, बेड़े चाएं टकराउंदे, चंगे लगणगे, विचली गल समझदी हुंदी है, सियाणे हो। सही गल है, तुसीं कुछ कहो सरदार साहब। ओ मैं की कहां भाई, इत्थे कोई सरदार मन्ने तां ना।
बापू जी आप ऐ करते हैं राय कर लेने बह के खानदान तो एक ही है ना ओए असी कुड़ी खानदान नाल नहीं ब्याहनी ओ किथे कनेडा तो पढ़ के इना सोना मुंडा किथे किथे दसवीं फेल कौन कहंदा है दसवीं चो फेल है अठवीं तो सानू स्कूल चो कट्ठे नू कढ़िया सी ओए नाले इना दी कुड़ी ने कड़ी पीएचडी कीती है मैं ता फिर अंग्रेजी आंदा ओ इना गल्लां हुंदा सारे इको जे ने खानदान देखो ओ केड़ा खानदान घरे लै जाओ अपने खानदान नू ओ बापू जी साडे खानदान बारे गल ओ जाओ खानदान तो प्यार कुर्बान मैं ना करदा होजे रिश्ते नू तू चुप करो काले चुप ओ करे ले जो नू असी अपनी कुड़ी नू किसे कनेडा तो आए मुंडे नाल ब्यावांगे थोड़े अनपढ़ डंगर नाल नहीं ओ जाओ फिर मैं भी जवान करदा जिथे असी अपने भरा दा व्याह किसे गोरी नाल करांगे ओ यस हां चुप हुण तो मुंह निकल गया जी ओए कालिया काला ओ तुसी दुखी ना हो बापू जी की होया इस मौके ते सारे रिश्तेदार अपना साथ छड़ गया थे मैं हैगा ना काला थोड़ा पोता मैं गोरी लभूंगा रूप दे व्याह लई तेरा दिमाग ठीक है ओ केड़ी गोरी इस उम्र मेरे सिर च मिट्टी पौनी है तू हैं ओ तुसी इस गल तो नहीं दुखी जी कि मेरा पोता चार बंदिया जबान कराया पूरी किवें होगी ओ केड़ी तेरी जबान बड़िया राजपूता तू बान दा बच्चा ना होवे ता राजपूत वाली गल बड़ी पसंद नहीं आई मैनू नाले केड़ा इन्नी देर दुश्मनी चक्की फिर आई आ तुसी मैनू हुणे इन्ना जलील किया मैं भी भुल ही गया आ देख सामने ओए ओ बच्चे आपस क्यों लड़दे दस आवें पागल जे लड़दे रहंदे आई नहीं 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 इन्हां दे परदादियां च आपस दुश्मनी सी फिर इन्हां दे दादियां च आई फिर इन्हां दे प्यो ने संभाली हुणे संभाल रहे ने आ कोनियो ओरे आ हाँ जी बापू जी तुसी आपस क्यों लड़दे सी बापू जी जदों मैं इनू देखदे हैं ना मेरा खून खोलन लग जांदा है देखिया इन्हां नू पता भी नहीं इन्हां दी आपस की दुश्मनी है पर फिर भी खून खोलदा है क्योंकि दुश्मनी खून छूंदी है बेगैरता ਬੜਾ ਤੇਰਾ ਖੂਨ ਖੋਲਦਾ ਵੱਡਿਆ ਵੈਲੀਆਂ ਨੱਕ ਪੁੰਝੇ ਨਹੀਂ ਜਾਂਦਾ ਹੈ ਉਹ ਨਾ ਕਾਲੇ ਯਾਰ ਕਾਲਾ ਕਿਉਂ ਹੁੰਦਾ ਕਾਲਾ ਕਿਉਂ ਹੁੰਦਾ ਅੱਛਾ ਚਾਚਾ ਮਾਫ ਕਰ ਦੇ ਯਾਰ ਚੱਲ ਦੇ ਹੋਰ ਹੁਣ ਕਾਲਾ ਕਿਹਾ ਤੇ ਹਾਲ ਵੇਖੋ ਕੀ ਕਰਦਾ ਤੁਹਾਡਾ ਕਾਲਾ 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 ਓਹੋ ਕਾਲਾ ਮੇਰੀ ਪਿੰਡ 'ਚ ਕਿਤੇ ਵੀ ਇੱਜ਼ਤ ਨਹੀਂ ਵਿਆਹ ਵਾਲੇ ਦਿਨ ਮਿੱਤਰਾ ਮੈਂ ਤੈਨੂੰ ਮਿਲੂੰ ਪਹਿਰ ਦੇ ਤੜਕੇ ਵੇ यार बस कर बहुत हो गया ओ वेख भाई तेरे को ना हुण तीन ही तरीके बजदे आ पहला ए के गोरी भाभी नू भुल जा ते दूजा ए के गोरी भाभी नू भुल जा ते तीजा यार नहीं भुल सकदा प्यार करदा उहनू देख मेरी हुण जिंदगी दी डोर भरा तेरे हाथ च आ ओ मेरे हाथ खाली आ भरावा कोई डोर नहीं आ भुल गया ना जद तू डेढ़ साल दा सी ओए किते तू गल्लां उदों दीआं करदा जदों मैं हले ताजा ताजा सुन लिया कर चाचा विश्ना ना ट्राली बैग करदा सी जे मैं ना तेनु बचाउंदा अज तू इत्थे नहीं सी होना अच्छा तू वड्डा शक्तिमान पता नहीं सच बोलदा झूठ बोलदा मैनू जज्बाती जिहा कर लैंदा हमेशा यार मैं की करां ओ बापू नू गोरियां दी कुड़ी नहीं चाहीदी गोरियां तो बदला चाहीदा दवा सकदा बदला ਉਹ ਨਾਜਰ ਸਿਆਂ ਜੋ ਵੀ ਹੋਇਆ ਕੱਲ ਮਾੜਾ ਹੋਇਆ ਸਾਰੇ ਇਲਾਕੇ ਦੇ ਵਿੱਚ ਥੂ ਥੂ ਹੋ ਗਈ ਨਾਜਰ ਸਿੰਘ ਦੇ ਪੋਤੇ ਨੂੰ ਆਖਰ ਕੁੜੀ ਜਵਾਬ ਦੇਗੀ ਹੱਦ ਹੋ ਗਈ ਯਾਰ ਤਾਇਆ ਤਾਈ ਕਹਿੰਦੀ ਸੀ ਤਾਏ ਆਪਣੇ ਨੂੰ ਕਈ ਲੋਕਾਂ ਨੂੰ ਬਾਹਰ ਬਹੁਤੀਆਂ ਸਲਾਹਾਂ ਨਾ ਦਿਆ ਕਰੇ ਆਪਣਾ ਘਰ ਵੇਖੇ ਘਰੇ ਮੱਝ ਦੁੱਧ ਨੂੰ ਜਵਾਬ ਦੇਗੀ ਤੇ ਕੁੜੀ ਪੜ੍ਹਨ ਨੂੰ ਕਹਿੰਦੀ ਜੇ ਛੇਤੀ ਨਾ ਆਇਆ ਤੇ ਲੱਤਾਂ ਭਾਂਦੂ ਕਹਿੰਦੀ ਉਹ ਚੰਗਾ ਚੱਲਦੇ ਆ ਕਾਲੇ ਉਹ ਦੇਖ ਲਾਂਗੇ
ਆਹੋ ਚਲੋ ਵੀ ਚਲੋ ਚੱਲ ਵੀ ਫੁੰਮਣ ਸਿਆ ਪਾਪੂ ਜੀ ਮੈਂ ਤਾਂ ਜਾ ਕੇ ਮੱਝਾਂ ਨੂੰ ਪਾਣੀ ਵੀ ਪਿਆਉਣਾ ਪਾਪੂ ਜੀ ਤੁਸੀਂ ਠੀਕ ਸੀ ਤੇ ਮੈਂ ਗਲਤ ਮੈਂ ਰਾਤੀ ਪਿਆ ਪਿਆ ਉਹ ਸੋਚਦਾ ਰਿਹਾ ਕਿ ਜੇ ਛੋਟੇ ਛੋਟੇ ਬੱਚਿਆਂ ਦਾ ਖੂਨ ਖੋਲ ਸਕਦਾ ਤੇ ਮੈਂ ਕਿਹੜਾ ਬਰਫ਼ ਖਾ ਕੇ ਜੰਮਿਆ ਮੇਰਾ ਵੀ ਖੋਲ ਹੀ ਸਕਦਾ ਹੁਣ ਮੈਂ ਸੋਚ ਲਿਆ ਬਾਪੂ ਜੀ ਗੋਰਿਆਂ ਤੋਂ ਬਦਲਾ ਲੈ ਕੇ ਰਹਿਣਾ ਜੇ ਗੋਰੇ ਇੱਕ ਵਾਰ ਮੇਰੇ ਸਾਹਮਣੇ ਆ ਜਾਣ ਤੇ ਮੈਂ ਮਾਰ ਮਾਰ ਡਾਂਗਾਂ ਚਿੱਬ ਪਾ ਦਾਂ ਸਾਰਿਆਂ ਦੇ ਕਿਉਂ ਬਾਪੂ ਜੀ ਪਰ ਗੱਲ ਇਹ ਆ ਜੀ ਕਿ ਗੋਰੇ ਸਾਹਮਣੇ ਆਉਣਗੇ ਕਿਵੇਂ ਇਹਦਾ ਵੀ ਹੱਲ ਕੱਢ ਲਿਆ ਜਿਹਦੇ ਨਾਲ ਤੁਹਾਡਾ ਬਦਲਾ ਵੀ ਪੂਰਾ ਹੋਜੂ ਤੇ ਮੇਰੀ ਜ਼ੁਬਾਨ ਵੀ ਰਹਿ ਜੂ ਮਾਰਿਓ ਨਾ ਜੀ ਪੂਰੀ ਗੱਲ ਸੁਣ ਲਓ ਇੱਕ ਵਾਰ ਮੰਨ ਲਓ ਮੂਲ ਧਨ 100 ਕੀ ਬਕਵਾਸ ਕਰ ਰਿਹਾ ਤੂੰ ਜੇ ਇਹ ਔਖਾ ਲੱਗਦਾ ਤੇ ਇਹ ਮੰਨ ਲਓ ਜੀ ਕਿ ਆਪਾਂ ਆਪਣੇ ਰੂਪ ਦਾ ਵਿਆਹ ਨਾ ਗੋਰਿਆਂ ਦੀ ਕੁੜੀ ਦੇ ਨਾਲ ਕਰ ਦਈਏ ਉਹ ਰਿਸ਼ਤਾ ਲੱਭ ਲਿਆ ਕੁੜੀ ਭਾਵੇਂ ਹੈਗੀ ਆ ਕੈਨੇਡਾ ਦੀ ਪਿੱਛੋਂ ਹੈਗੀ ਆ ਲੰਡਨ ਦੇ ਕਿਸੇ ਗੋਰੇ ਦੀ ਉਹਨੂੰ ਲਿਆਈਏ ਵਿਆਹ ਕੇ ਸਾਰੇ ਕਾਮਿਆਂ ਨੂੰ ਦੇ ਦਈਏ ਛੁੱਟੀਆਂ ਉਹ ਮੇਰਾ ਬਾਪੂ ਮਾਰ ਮਾਰ ਹੁਕਮ ਕਰਾਵੇ ਗੁਲਾਮਾਂ ਵਾਂਗੂ ਕੰਮ ਜਦੋਂ ਪਕਾਉਣੀਆਂ ਪਈਆਂ ਨਾ ਕੱਲੇ ਕੱਲੇ ਜੀਲੀ 13-13 ਰੋਟੀਆਂ ਆਹੋ 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 ਥੋਥੋ ਰੋਟੀ ਖਵਾਈ ਨਹੀਂ ਜਾਂਦੀ ਗੋਰੀ ਆ ਕੇ ਮੈਂ ਰੋਟੀ ਖਵਾਊਗੀ ਇਹ ਨਾ ਸਮਝੀ ਮੇਰੀ ਡਾਂਗ ਦੂਰ ਪਈ ਹੈ ਮਾਰ ਮਾਰ ਤੇਰੀ ਮੈਂ ਢੂਈ ਭੰਨ ਦੂੰਗਾ ਜਾ ਭੱਜ ਇੱਥੋਂ ਉਹ ਸੋਚ ਲਓ ਜੀ ਹੋਰ ਕੋਈ ਤਰੀਕਾ ਨਹੀਂ ਆ ਆਪਣੇ ਕੋ ਗੋਰਿਆਂ ਦੇ ਪਿੰਡ ਨਹੀਂ ਜਾਇਆ ਜਾਣਾ ਤਾਂ ਤੂੰ ਜਾਣਾ ਕਿ ਨਹੀਂ ਇੱਥੋਂ ਗੋਰਿਆਂ ਦੇ ਪਿੰਡ ਜਾਇਆ ਨਹੀਂ ਜਾਣਾ ਗੋਰਿਆਂ ਦੇ ਪਿੰਡ ਜਾਇਆ ਨਹੀਂ ਜਾਣਾ ਬਾਪੂ ਜੀ ਤੁਸੀਂ ਕਿਤੇ ਉਹ ਤੇ ਨਹੀਂ ਸੋਚ ਰਹੇ ਜੋ ਮੈਂ ਚਾਹੁੰਦਾ ਤੁਸੀਂ ਸੋਚੋ ਉਹ ਸੋਚਣ 'ਚ ਹਰਜ ਵੀ ਕੀ ਆ ਜੇ ਨਾ ਚੰਗਾ ਲੱਗਾ ਬਾਅਦ 'ਚ ਕੁਛ ਹੋਰ ਸੋਚ ਲਾਂਗੇ ਦੇਖੋ ਸ਼ੁਰੂ ਤੋਂ ਇਹੋ ਸੋਚਦੇ ਨਾ ਕਿ ਗੋਰਿਆਂ ਤੋਂ ਬਦਲਾ ਕਿਵੇਂ ਲੈਣਾ ਅੱਜ ਵੀ ਉਹ ਸੋਚਣਾ ਬਸ ਤਰੀਕਾ ਬਦਲਣਾ ਰਿਸ਼ਤਾ ਵਹੀ ਸੋਚ ਨਹੀਂ ਧਿਆਨ ਨਾਲ ਸੋਚੋ ਉਹ ਮੇਰਾ ਬਾਪੂ ਬੈਠਾ ਹੋਵੇ ਵਾਣ ਵਾਲੇ ਮੰਜੇ 'ਤੇ ਗੋਰਿਆਂ ਦੀ ਕੁੜੀ ਲੰਬਾ ਸਾਰਾ ਘੁੰਡ ਕੱਢ ਕੇ ਰੋਟੀ ਲੈ ਕੇ ਆਵੇ ਉਹ ਵੇਖੋ ਬਾਪੂ ਜੀ ਗੋਰੀ ਆ ਰਹੀ ਹੈ ਉਹ ਫਤਿਹ ਪਾਸੇ ਉਹ ਗੋਰੀ ਆਉਂਦੇ ਉਹ ਵੇਖੋ ਬਾਪੂ ਜੀ ਗੋਰੀ ਆ ਰਹੀ ਆ ਉਹਨੇ ਲੰਬਾ ਸਾਰਾ ਘੁੰਡ ਕੱਢਿਆ ਇੱਕ ਹੱਥ 'ਚ ਰੋਟੀਆਂ ਵਾਲਾ ਥਾਲ ਦੂਜੇ ਹੱਥ 'ਚ ਪੱਖੀ ਉਹ ਬਾਪੂ ਨਹੀਂ ਬਹਿਣ ਦੇਣੀ ਨੱਕ 'ਤੇ ਮੱਖੀ ਔਰ ਰੋਟੀ ਲੈ ਕੇ ਆ ਰਹੀ ਆ ਗੋਰੀ ਚੱਟੀ ਤੁਸੀਂ ਦੇਖਿਆ ਰੋਟੀ ਠੰਡੀ ਹੈ ਉਹ ਚੜ ਗਿਆ ਤਾਂ ਮੇਰੇ ਬਾਪੂ ਨੂੰ ਉਹ ਅੱਖਾਂ ਦੇ ਡੋਰੇ ਲਾਲ ਉਹ ਮਾਰੀ ਥਾਲੀ ਵਗਾ ਕੇ ਮੇਰੇ ਬਾਪੂ ਨੇ ਉਹ ਉੱਚੇ ਪੁਲਾਂ ਤੇ ਲੜਾਈਆਂ ਹੋਈਆਂ ਭਿੰਡੀਆਂ ਖਿਲਾਰਤੀਆਂ ਉਹ ਗੋਰੀ ਭਿੰਡੀਆਂ ਇਕੱਠੀਆਂ ਕਰਦੀ ਫਿਰਦੀ ਬਾਪੂ ਜੀ ਦੇਖਿਆ ਲਿਆਉਣੀ ਪਈ ਨਾ ਗਰਮ ਗਰਮ ਰੋਟੀ ਤੁਸੀਂ ਥਾਲੀ ਵੱਲ ਵੇਖਿਆ ਤੇ ਹਲਕਾ ਹਲਕਾ ਨਿੰਮਾ ਨਿੰਮਾ ਮੁਸਕਰਾਏ ਉਹ ਦੇਖੋ ਬਾਪੂ ਜੀ ਗੋਰੀ ਆਪਣਾ ਗੋਹਾ ਕੂੜਾ ਕਰਦੀ ਫਿਰਦੀ ਹੈ ਇੱਕ ਗੋਹਾ ਚੱਕਿਆ ਦੂਜਾ ਤਿਆਰ ਉਹ ਬਾਪੂ ਜੀ ਆਪਾਂ ਦੇ ਆਪਾਂ ਉਹ ਆਪਣੇ ਪਸ਼ੂ ਹੀ ਬਦਲਾ ਲੈਣਗੇ ਜੀ ਅੱਡੀ ਨਹੀਂ ਲੱਗਣ ਦੇਣੀ ਬਾਪੂ ਜੀ ਪੁੰਜੇ ਉਹ ਜ਼ਿਮੀਂਦਾਰਾਂ ਦੇ ਕੰਮ ਕਿਤੇ ਥੋੜਾ ਹੁੰਦਾ ਹੈ ਉਹ ਜਦੋਂ ਪੌਣੇ ਪਏ ਨਾ ਕੁਤਰ ਕੁਤਰ ਕੇ ਪੱਠੇ ਉਹ ਤਾਂ ਮਾਫੀਆਂ ਮੰਗਦੀ ਫਿਰੂ ਬਾਪੂ ਜੀ ਸਾਨੂੰ ਮਾਫ ਕਰ ਦਿਓ ਬਾਪੂ ਜੀ ਸਾਡੇ ਬਜ਼ੁਰਗਾਂ ਤੋਂ ਗਲਤੀ ਹੋ ਗਈ ਸੀ ਸਾਡਾ ਬਾਪੂ ਖੰਜਰ ਸੀ ਮਾਫੀ 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 ਬਾਪੂ ਜੀ ਬਾਪੂ ਜੀ ਮੈਨੂੰ ਤੇਰੀਆਂ ਗੱਲਾਂ ਠੀਕ ਨਹੀਂ ਲੱਗਦੀਆਂ ਆਹ ਪਰ ਚੰਗੀਆਂ ਜ਼ਰੂਰ ਲੱਗਦੀਆਂ ਤੇ ਫਿਰ ਚੰਗੀਆਂ ਵੱਲ ਸੋਚੋ ਨਾ ਠੀਕ ਤਾਂ ਆਪਾਂ ਬਾਅਦ 'ਚ ਕਰ ਹੀ ਲੈਣੀਆਂ ਯਾਰ ਮੈਨੂੰ ਗੱਲ ਦੱਸ ਹਾਂਜੀ ਉਹ ਗੋਰੀ ਗੋਹਾ ਕੂੜਾ ਕਰ ਲੂਗੀ ਉਹ ਬਾਪੂ ਜੀ ਗੋਹਾ ਕੂੜਾ ਉਹ ਆਪਾਂ ਉਹ ਤੋਂ ਮਰੇ ਕੱਟੇ 'ਚ ਕਾ ਲਿਆ ਕਰਨੇ ਆ ਉਹ ਨਹੀਂ ਯਾਰ ਕਿਸੇ ਦੀ ਧੀ ਭੈਣ ਤੋਂ ਬਦਲਾ ਲੈਣਾ ਪੰਜਾਬੀਆਂ ਦੀ ਫਿਤਰਤ ਨਹੀਂ ਗੱਲ ਤਾਂ ਬਣਦੀ ਹੈ ਜੇ ਪਿਓ ਕੋਲੋਂ ਬਦਲਾ ਲਵਾਂ ਪਿਓ ਤੋਂ ਹਾਂ ਉਹ ਵੇਖੋ ਉਹਦਾ ਪਿਓ ਆ ਰਿਹਾ ਉਹ ਨਹੀਂ ਕੱਦੂਆ ਜਿਹਾ ਪਿਓ ਆ ਰਿਹਾ ਮੇਰਾ ਮਤਲਬ ਜੀ ਪਿਓ ਨੇ ਕਿਹੜਾ ਆਇਆ ਨਹੀਂ ਕਰਨਾ ਜੀ ਉਹਨੂੰ ਵੀ ਲਾ ਲਿਆ ਕਰਾਂਗੇ ਨਰਮਾ ਚੁਗਣ ਸੁਖ ਨਾਇਰ ਕੀ ਹੋਇਆ ਵੀ ਬਹੁਤ ਆ ਮੈਂ ਗੋਰਿਆਂ ਨੂੰ ਆਪਣੇ ਸਾਹਮਣੇ ਹੱਥ ਜੋੜ ਕੇ ਖੜਾ ਵੇਖਣਾ ਚਾਹੁੰਦਾ ਪਰ ਹੱਥ ਜੋੜ ਕੇ ਨਰਮਾ ਕਿਵੇਂ ਚੁਗੂ ਜੀ
नहीं भोलिया कहो अपनी धी का रिश्ता मेथो मंगना आवे जदों सारे पिंड दे सामने हाथ जोड़ के मेथो माफी मंगूगा उदो मेरे दिल नूं तसल्ली मिलूगी। ए आ चक चाचा आ चक ओ काले ओ की है यार ओ की करना थे ओ की बनया बन चलिया चाचा भाभी ओ यार भाभी नहीं बापू दा की बनया ओ मन गया यार जा व्हाट ओ बापू मन गया लव यू जा यार जाके अपने सारे नु फोन कर आजे यस ओ किन्ने चक की है ਐਲਬਰਟ ਸਾਹਿਬ ਅੱਜ ਬੜੇ ਖੁਸ਼ ਨੇ ਇੰਡੀਆ ਜਾਣ ਵਾਸਤੇ ਜਿੱਥੇ ਇਹਨਾਂ ਦੇ ਪੁਰਖਿਆਂ ਨੇ 100 ਸਾਲ ਰਾਜ ਕੀਤਾ ਇਹਨਾਂ ਨੂੰ ਇੰਜ ਲੱਗਦਾ ਹੈ ਕਿ ਅੱਜ ਵੀ ਇੰਡੀਆ ਵਿੱਚ ਗਰੀਬ ਲੋਕ ਵੱਸਦੇ ਨੇ ਤੇ ਇਹ ਹੈ ਇਹਨਾਂ ਦੀ ਧੀ ਜੂਲੀਆ ਜਿਹੜੀ ਇਹਨਾਂ ਨੂੰ ਸਿਖਾ ਰਹੀ ਹੈ ਕਿ ਇੰਡੀਆ ਜਾ ਕੇ ਰੂਪ ਦੇ ਦਾਦੇ ਨੂੰ ਬੁੜਾ ਬੁਲਾਇਓ ਬੋੜਾ ਆਈ ਐਮ ਸ਼ੋਰ ਹੀ ਵਿਲ ਲਾਈਕ ਇਟ ਬੁੜਾ ਯੈਪ ਬੁੜਾ ਬੁੜਾ ਓਕੇ ਬੁੜਾ ਰਾਈਟ Now, where the heck is Alicia? Hey! Hi, Auntie. Hi, Uncle. I'm sorry. Oh, hello. पुत एक बार होर सोच ला प्लीज ना जा पंजाब मॉम प्लीज मैं सिर्फ 4 दिन ले जूलिया दे फादर दे नाल जा रही हां ताकि ओना नु ओथे लैंग्वेज दी प्रॉब्लम ना होवे ओके यू नो दैट पर ओ ते ठीक है तिन्नो पंजाब दे मुंडे बारे नहीं पता ए कैनेडियन कुड़ी दा बुलेट मोटरसाइकिल देख के पागल हो जंदे आ नाले तू ओथे जाके किसी नाल सेट ना हो जे मॉम माइंड योर लैंग्वेज इना नु केड़ा को समझ आंदा है नाले तू देख गुरुद्वारे दे सामने ना हाथ करके सौ खा कि तू जिद्दा जा रही है उद्दे ही आएंगी किधर हाथ करा आई एम नॉट अ चाइल्ड मॉम बाय आई लव यू टू ओके पर सुन वो ना पेंडुआ तो बच के रही और मेनू व्हाट्सएप ते मैसेज कर दी रही यू मीन फेसबुक ओ ही फेसबुक बाय लेट्स गो अलिशा आई एम डाइंग टू सी फोर पीपल डैड सॉरी द बुरा ऑफ रूप अंकल Bye. Bye. Have a good trip, guys. See you soon. Bye. Pind waleyo, aaj jo waqt aa gaya hai, jida apan nu bahut saalan to intezaar si, kal nu gora saadi dharti te pair paavega. Te assi ohnu danga maarange. Haan, danga maarange. Haan. Main ta thak gaya, bachiyan nu kutde. Oh, kal ta asli di wari hai. Haan. Oh, nahi ho kaka. Ghar hai mehmana te danga nahi maari diyan. ਆਹੋ ਹੁਣ ਕੁੜਮ ਬਣ ਕੇ ਤਰਸ ਆ ਗਿਆ ਚੁੱਪ ਕਰ ਕੁੜਮ ਬਣ ਗਿਆ ਤਰਸ ਆ ਗਿਆ ਇਹ ਗੱਲ ਨਹੀਂ ਹੈ ਮੈਂ ਰਿਸ਼ਤਾ ਹੀ ਇਸੇ ਕਰਕੇ ਕੀਤਾ ਤਾਂ ਕਿ ਅਸੀਂ ਗੋਰਿਆਂ ਤੋਂ ਬਦਲਾ ਲੈ ਸਕੀਏ ਪਰ ਇੱਕ ਪੱਕੀ ਗੱਲ ਹੈ ਜਿਵੇਂ ਹੀ ਗੋਰਾ ਆਵੇਗਾ ਸਾਰੇ ਪਿੰਡ ਦੇ ਸਾਹਮਣੇ ਉਸ ਤੋਂ ਮਾਫੀ ਮੰਗਾਈ ਜਾਵੇਗੀ ਬਿਲਕੁਲ ਠੀਕ ਨਾ ਤਾਇਆ ਤੂੰ ਸਾਰੀ ਦੁਨੀਆ ਤੋਂ ਮਾਫੀ ਮੰਗਾਉਂਦਾ ਰਹੇ ਨਾ ਨੂੰ ਤੇਰੀ ਨੇ ਮੰਜੀ ਤੇਰੀ ਗਲੀ ਚ ਡਾਈ ਹੁੰਦੀ ਆ ਉਹ ਤੋਂ ਮਾਫੀ ਮੰਗਾਈ ਨਹੀਂ ਤੂੰ ਐਸਾ ਕਰੋ ਕਾਲੇ ਬਜ਼ੁਰਗਾਂ ਨਾਲ ਤਮੀਜ਼ ਨਾਲ ਗੱਲ ਕਰਿਆ ਕਰੋ ਠੀਕ ਹੈ ਜੀ ਇਹ ਬਿਲਕੁਲ ਠੀਕ ਕਹਿ ਰਿਹਾ ਕੱਲ ਨੂੰ ਜਿਵੇਂ ਗੋਰਾ ਸਾਡੀ ਧਰਤੀ ਤੇ ਪੈਰ ਪਾਵੇਗਾ ਸਭ ਤੋਂ ਪਹਿਲਾਂ ਹੱਥ ਜੋੜ ਕੇ ਤੁਹਾਡੇ ਸਾਰੇ ਪਿੰਡ ਵਾਲਿਆਂ ਦੇ ਸਾਹਮਣੇ ਮਾਫੀ ਮੰਗੇਗਾ ਇੱਕੀ ਦੁੱਕੀ ਤੋੜ ਦੇ ਗੋਡਾ ਕਿੱਥੇ ਰਹਿ ਗਏ ਅੰਕਲ ਆਇਆ ਹੈ ਓਏ ਬਾਹਰੋਂ ਦੇਖ ਕਿਵੇਂ ਮਲਾਈ ਵਰਗੀਆਂ ਕੁੜੀਆਂ ਆਉਂਦੀਆਂ ਨੇ ਆਪਣੇ ਤਾਂ ਨਿਰਾ ਸਪਰੇਟਾ ਹੀ ਹੈ ਆਪਣੇ ਪਿੰਡ ਤਾਂ ਚੁੰਨੀ ਵੇਖ ਕੇ ਪਤਾ ਲੱਗਦਾ ਕਿ ਮੁੰਡਾ ਕਿ ਕੁੜੀ ਸਹੀ ਗੱਲ ਹੈ ਯਾਰ ਕਾਲੇ ਆ ਸਾਮ ਗੋਰੇ ਨੂੰ ਉਹ ਛੇਤੀ ਮਰੀ ਇੱਕ ਮਿੰਟ 'ਚ ਆਇਆ
मैडम या थोड़ा रुमाल डिग पै जी ये ट्रिक किसी होर ते आजमाना चेक वाला रुमाल मैं मेले तो नहीं आई वो तो थले डिगया सी जी मैं सोचा थोड़ा होगा वैसे थोड़ी ईमानदारी बहुत पसंद आई जी मैनू नहीं तो फ्री दी चीज कौन छड़दा थैंक यू फॉर योर अप्रिसिएशन कोई चक्कर नहीं जी वैसे रुमाल मेरा ही सी जी वो तो थोड़े ना गल करन दा बहाना सी ओह माय गॉड मॉम ठीक कहंदे सी इत्थों दे मुंडे कुड़ी बाहरले देशों आई नहीं कि बस पिछे पै जांदे आ ओ हेलो मैडम तुसी मैनू चंगे लागे मैं तां गल कर ली आप बार बुरदे आकर ना किसे होर नूं दिखायो मैनूं ते आप पिंड निक्का जलदार कहंदे आ 20 लख दा नरमा होया साडा इस साल ਉਹ ਰੋਜ਼ ਰਿਸ਼ਤੇ ਮੋੜਦਾ ਮੈਂ ਮੇਰੇ ਤੇ ਆਪਣੇ ਬਾਹਰਲੇ ਦੇਸ਼ਾਂ 'ਚ ਲਿੰਕ ਆ ਮੈਂ ਤੇ ਆਪ ਗੋਰਿਲ ਲੈਣ ਆਇਆ ਰਹਿ ਗਈਆਂ ਨਾ ਖੱਟ ਅੱਡੀਆਂ That's for me. I'm Albert. ਓ ਸਸੇ ਅੰਕਲ ਜੀ Alicia, what's he saying? ਓ ਲੀਸ਼ਾ ਅੱਛਾ ਤੁਸੀਂ ਨਾਲ ਆਏ ਹੋ ਲੈ ਤੁਸੀਂ ਦੱਸਿਆ ਨਹੀਂ ਜੀ ਇੰਨੇ ਚਿਰ ਤੋਂ ਆਪਾਂ ਗੱਲਾਂ ਕਰੀ ਜਾਂਦੇ ਹਾਂ ਮੈਂ ਵਿੱਕੀ ਓ ਕਾਲੇ ਤੂੰ ਵਿੱਕੀ ਕੌਣ ਤੋਂ ਹੋ ਗਿਆ ਓਏ ਕਾਲਾ ਜੀ ਤਾਂ ਮੈਂ ਕਾਲਾ ਸਿੰਘ ਜੀ ਰੂਪ ਦਾ ਛੋਟਾ ਭਰਾ ਮੈਂ ਜੱਗੀ ਮਾਨ ਸਾਹਿਬ ਬਲਵੀਰ ਮਾਨ ਸਾਹਿਬ ਦਾ ਛੋਟਾ ਭਰਾ ਬਸ ਬਾਜੀ ਉਹ ਰੂਪ ਨੂੰ ਜਾਣਦੀ ਤਾਂ ਕਰਕੇ ਦੱਸਿਆ ਮੈਂ ਬਲਵੀਰ ਮਾਨ ਨੂੰ ਥੋੜਾ ਜਾਣਦੀ ਆ ਆਹਾਂ ਓ ਅੱਛਾ ਅੱਛਾ ਸਤਿ ਸ਼੍ਰੀ ਅਕਾਲ ਮਾਸਟਰ ਜੀ ਪੈਰੀ ਪੈਣਾ ਜੀ ਵਾਟ ਦਾ ਹੈ ਆਜੋ 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 ਚਲੋ ਚਲੋ ਖਿੱਚੀ ਆਓ ਕਮਾ ਜੋ ਇੱਕ ਮਿੰਟ ਜੀ ਉਹ ਵਾਟ ਪਿੰਡ ਦੱਸਿਓ ਨਾ ਜੀ ਕਿਸੇ ਨੂੰ ਜਾ ਕੇ ਆ ਗੱਲਬਾਤ ਜੀ ਮੇਰੀ ਨਾ ਪਿੰਡ 'ਚ ਇੱਜ਼ਤ ਆ ਬਹੁਤ ਮੈਨੂੰ ਤੇ ਪਿੰਡ ਦਾ ਸਰਪੰਚ ਬਣਾਉਣ ਲੱਗੇ ਇਸ ਸਾਲ ਸਰਬਸੰਮਤੀ ਨਾਲ ਉਹ ਤੇ ਐਨ ਮੌਕੇ ਤੇ ਸਹਿਮਤੀ ਨਹੀਂ ਹੋਈ ਯਾ ਵਾਟਐਵਰ ਤਾਲਾ ਧਿਆਨ ਨਾਲ ਮਾਸਟਰ ਜੀ ਆ ਜਾਓ ਇਹ ਆ ਲੋ ਆ ਜਾਓ ਆ ਲੋ ਜੀ ਅਸੀਂ ਚਾਰ ਜਣੇ ਇਸ ਤੇ ਜਾਵਾਂਗੇ ਉਹ ਧਿਆਨ ਹੀ ਨਹੀਂ ਕੀਤਾ ਜੀ ਟੌਰ ਟੌਰ ਜੀ ਬੁੱਲਦੇ ਆ ਗਿਆ ਆਪਾਂ ਓਏ ਚਲੋ ਐ ਕਰੋ ਤੁਸੀਂ ਬੁਲਟ ਲੈ ਜਾਓ ਅਸੀਂ ਦੋਨੇ ਟੈਕਸੀ ਤੇ ਆ ਜਾਂਦੇ ਆ ਨਹੀਂ ਨਹੀਂ ਮਾਨ ਸਾਹਿਬ ਆਪ ਬੁਲਟ ਪੇ ਆਈਏ ਮੈਂ ਇਹਨੇ ਟੈਕਸੀ ਵੀ ਲੈ ਜਾਤਾ ਹੂੰ ਆਈਏ ਜੀ ਕਮ ਅੰਕਲ ਵੱਡਾ ਫੁਕਰਾ ਆਜ਼ਾਦੀ ਤੋਂ ਬਾਅਦ ਵਾਲੀ ਤਰੱਕੀ ਨਹੀਂ ਨਾ ਹੋਈ ਸਾਡੇ ਤੋ ਹਾਲੇ ਵੀ ਪੁਰਾਣੇ ਨਾਰੇ ਲੱਗੀ ਜਾਂਦੇ ਆ ਜੀ ਹਾਂ ਵਿਚਾਰੇ ਐਲਬਰਟ ਸਾਹਿਬ ਇਹਨਾਂ ਨੂੰ ਲੱਗ ਰਿਹਾ ਇਹ ਨਾਰੇਬਾਜ਼ੀ ਇਹਨਾਂ ਦੇ ਸਵਾਗਤ ਵਿੱਚ ਕੀਤੀ ਜਾ ਰਹੀ ਹੈ ਵੈਲਕਮ ਟੂ ਇੰਡੀਆ ਇਟਸ ਗ੍ਰੇਟ ਟੂ ਬੀ ਹੇਅਰ ਕੁਆਇਟ ਅ ਬਿਟ ਆਫ ਐਕਸਾਈਟਮੈਂਟ ਫਰਮ ਮਾਈ ਅਰਾਈਵਲ ਆਰਗੇਨਾਈਜ਼ਡ ਫੰਕਸ਼ਨ ਆਫ ਸਮ ਕਾਈਂਡ ਯੈਸ ਹੈ ਹਾਊ ਆਰ ਯੂ ਅਲੀਸ਼ਾ ਆ ਵੇਅਰ ਇਜ਼ ਯੂਰ ਗ੍ਰੈਂਡਫਾਦਰ ਹਾਂ Bura.
ਬੁੱਢਾ ਬਾਪੂ ਜੀ ਕਿਸੋਂ ਨਾ ਮਾਰਿਓ ਸਾਡਾ ਕਾਲੇ ਬੁੱਢਾ ਹੋਏਗਾ ਤੂੰ ਬੁੱਢਾ ਹੋਊਗਾ ਤੇਰਾ ਪਿਓ ਬੁੱਢਾ ਹੋਊਗਾ ਤੇਰਾ ਖਾਨਦਾਨ ਮੈਂ ਤੇਰਾ ਸਿਰ ਪਾੜ ਨਾ ਡਾਂਗ ਮਾਰ ਕੇ ਦੱਸਾਂ ਤੈਨੂੰ ਮੈਂ ਨਾ ਬਾਪੂ ਜੀ ਗਲਤੀ ਲੱਗੀ ਹੋਣੀ ਆ ਦੱਸ ਵਾਟ ਹੈਪਨਡ ਪਲੀਜ਼ ਡੋਨਟ ਸੇ ਬੁੱਢਾ ਯੂ ਬੀਇੰਗ ਰੂਡ ਚੂਯਾ ਟੋਲਡ ਮੀ ਇਟ ਵਾਸ ਅ ਟਰਮ ਆਫ ਰਿਸਪੈਕਟ ਕੀ ਕਹਿੰਦਾ ਏ ਇਹਨੂੰ ਕਹ ਹੱਥ ਜੋੜ ਕੇ ਮੇਰੇ ਸਾਹਮਣੇ ਖੜਾ ਹੋਵੇ ਕਹਿ ਨੂੰ ਹੱਥ ਕਿਉਂ ਸਾਡੇ ਪਿੰਡ ਦਾ ਰਿਵਾਜ਼ ਆ ਕੁੜੀ ਵਾਲੇ ਆ ਹੱਥ ਜੋੜਨੇ ਪੈਣੇ ਹਾਂ ਬਹੁਤ ਮਾੜਾ ਰਿਵਾਜ਼ ਹੈ ਓਕੇ ਅੰਕਲ ਪਲੀਜ਼ ਜੁਆਇਨ ਯਰ ਹੈਂਡਸ ਲਾਈਕ ਦਿਸ ਇਟਸ ਅ ਕਲਚਰ ਹੇਅਰ ਆਲ ਰਾਈਟ ਬਾਪੂ ਜੀ ਬਾਪੂ ਜੀ ਜੇ ਹੋ ਗਿਆ ਤੇ ਚਲੀਏ ਇਹਨੂੰ ਸਟੇਜ ਤੇ ਲੈ ਗਿਆ ਨਜਰ ਸਿੰਘ ਨਜਰ ਸਿੰਘ ਨਜਰ ਸਿੰਘ ਨਜਰ ਸਿੰਘ ਨਜਰ ਸਿੰਘ ਨਜਰ ਸਿੰਘ ਰਿਵਾਜ ਨਜਰ ਸਿੰਘ ਨਜਰ ਸਿੰਘ ਸਭ ਤੋਂ ਪਹਿਲਾਂ ਗੋਰੇ ਤੋਂ ਮਾਫੀ ਮੰਗਵਾਈ ਜਾਵੇ ਮਾਫੀ ਮੰਗਵਾਈ ਜਾਵੇ ਮੰਗਾਉਣੇ ਆ ਕੋਈ ਨਾ ਉਹ ਕਾਲੇ ਹਾਂਜੀ ਇਹਨੂੰ ਕਹ ਪਿੰਡ ਵਾਲਿਆਂ ਤੋਂ ਮਾਫੀ ਮੰਗੇ ਹੱਥ ਜੋੜ ਕੇ ਹਾਂਜੀ ਹਾਂਜੀ ਸਾਡੇ ਪਿੰਡ ਦਾ ਨਾ ਇੱਕ ਹੋਰ ਰਿਵਾਜ਼ ਆ ਸਮੇਂ ਦੇ ਬਹੁਤ ਪਾਬੰਦ ਹੈ ਲੋਕ ਤੇ ਮਾਫੀ ਤੇ ਮੰਗਣੀ ਪੈਣੀ ਨਾ ਆਪਾਂ ਲੇਟ ਆ 5 ਮਿੰਟ ਓ ਓਕੇ ਅੰਕਲ ਯੂ ਹੈਵ ਟੂ ਅਪੋਲੋਜਾਈਜ਼ ਬਿਕਾਜ਼ ਵੀ ਵਰ ਲੇਟ ਵਾਈ ਸ਼ੁਡ ਆਈ ਅਪੋਲੋਜਾਈਜ਼ ਹੀ ਇਸ ਦ ਵਨ ਹੂ ਮੇਡ ਅਸ ਲੇਟ ਸਨਿਓਰਟੀ ਦੇ ਬੇਸ ਤੇ ਬਣਦਾ ਤੇ ਇਹਨਾਂ ਦੀ ਆ ਜੀ ਨਾਲੇ ਮੈਂ ਤੇ ਮਾਫੀ ਮੰਗਦਾ ਨਾ ਜੀ ਪਿੰਡ ਵਾਲਿਆਂ ਤੋਂ ਬਜ਼ੁਰਗ ਨੇ Apparently, you're the one who's senior, so you have to say it. Ah, another cute cultural oddity. Well, what the hell? Hello, hello. Can you hear me? Everyone, hello? Is this working? Hi, hi. I just wanted to say that I am profoundly sorry. I apologize that we were late. ਉਹ ਆ ਕੀ ਭੌਂਕੀ ਜਾਂਦਾ ਬਾਈ ਉਹ ਸਾਲਾ ਅਨਪੜ੍ਹ ਆ ਕੀ ਬੋਲ ਰਿਹਾ ਆ ਗੱਲ ਸੀ ਬਾਪੂ ਜੀ ਸੌਰੀ ਕਿਆ ਸੌਰੀ ਆ ਮਾਫੀ ਮੰਗ ਲਈ ਨਜਰ ਸਿੰਘ ਜਿੰਦਾਬਾਦ ਨਜਰ ਸਿੰਘ ਜਿੰਦਾਬਾਦ ਨਜਰ ਸਿੰਘ ਮੈਨੂੰ ਖੁਸ਼ ਹੋ ਗਿਆ ਆਈ ਐਮ ਵੈਰੀ ਐਲਬਰਟ ਸਾਹਿਬ ਕਹਿ ਰਹੇ ਨੇ ਕਿ ਮੈਂ ਅੱਜ ਬਹੁਤ ਖੁਸ਼ ਹਾਂ ਗਰੀਬ ਲੋਕਾਂ ਨੂੰ ਵੇਖ ਕੇ ਲਓ ਜੀ ਕਾਲਾ ਸਾਹਿਬ ਫਸ ਗਏ ਹੁਣੇ ਕੀ ਕਰਨਗੇ ਓਏ ਇਹ ਅੰਗਰੇਜ਼ੀ ਚ ਬੋਲ ਕੀ ਰਿਹਾ ਜੀ ਪੰਜਾਬੀ ਦਾ ਦੱਸੋ ਮੈਂ ਕਰਦੀ ਹਾਂ ਇੱਕ ਮਿੰਟ ਮੈਂ ਕਰਦਾ ਸਪੀਕ ਆਈ ਐਮ ਹੈਪੀ ਟੂ ਸੀ ਯੂ ਪੂਰ ਪੀਪਲ ਆਫ ਪੰਜਾਬ ਆਹ ਕੀ ਕਹਤਾ ਓਏ ਕਹਿੰਦਾ ਕਿ ਪੰਜਾਬ ਦੇ ਇਹਨਾਂ ਅਮੀਰ ਤੇ ਬਹਾਦਰ ਲੋਕਾਂ ਸਾਹਮਣੇ ਮੇਰਾ ਸਿਰ ਝੁਕਦਾ ਹੈ ਅਸੀਂ ਤੁਹਾਡੇ ਤੇ 100 ਸਾਲ ਰਾਜ ਕੀਤਾ ਹੈ ਇਹ ਕਹਿ ਰਿਹਾ ਕਿ ਮੈਨੂੰ ਇੱਥੇ ਦਾ ਭੰਗੜਾ ਬਹੁਤ ਪਸੰਦ ਹੈ ਤੁਹਾਡੇ ਜੀਵਨ ਚ ਜੋ ਵੀ ਤਰੱਕੀ ਹੋਈ ਹੈ ਉਹ ਸਿਰਫ ਤੇ ਸਿਰਫ ਸਾਡੇ ਕਰਕੇ ਹੈ ਓ ਕੀ ਕਹਤਾ ਓਏ ਉਹ ਇਹ ਕਹਿੰਦਾ ਕਿ ਮੈਨੂੰ ਦੁੱਖ ਹੈ ਕਿ ਮੇਰੀ ਖੋਖੜੀ ਹੈ ਜਿੱਥੇ ਨੂੰ ਹੁੰਦੀਆਂ ਤਾਂ ਮੈਂ ਤੇਰੇ ਨਾਲ ਪਾਲੇ ਤੇਰੇ ਨਾਲ ਤੇ ਜੀ ਤਾਂ ਤੇਰੇ ਨਾਲ ਵਿਆਹ ਦਿੰਦਾ ਮੈਂ ਰੱਬ ਅੱਗੇ ਅਰਦਾਸ ਕਰਦਾ ਕਿ ਤੁਹਾਡੀ ਗਰੀਬੀ ਤੁਹਾਨੂੰ ਖਾ ਨਾ ਜਾਏ ਹਾਂਜੀ ਇਹ ਕਹਿ ਰਿਹਾ ਕਿ ਤੁਸੀਂ ਜੋ ਵੀ ਖਾਓ ਮੇਰੇ ਸਿਰ ਮੱਥੇ ਤੇ ਮੋਢਿਆਂ ਤੇ ਹੈ ਉਹ ਯਾਰ ਉਹ ਕਹਿੰਦਾ ਤੁਸੀਂ ਭਾਵੇਂ ਮੇਰੇ ਛਿੱਤਰ ਮਾਰ ਲਓ ਦੇਖਦੇ ਕੀ ਉਹ ਮਾਰੋ ਛਿੱਤਰ ਕਹਿੰਦਾ ਤੁਹਾਡੇ ਦਿਲਾਂ ਦੇ ਵਿੱਚ ਰਹਿ ਮੈਂ ਤੁਸੀਂ ਨੇਕ ਦਿਲ ਇਨਸਾਨ ਹੋ ਮਾਫੀ ਦੇਣ ਵਾਲਾ ਹਮੇਸ਼ਾ ਵੱਡਾ ਹੁੰਦਾ ਹੈ ਉਹ ਮਾਂ ਸਾਹਿਬ ਤੁਸੀਂ ਤੇ ਅਕਲ ਕਰੋ ਯਾਰ ਹਾਂ ਠੀਕ ਹੈ ਚੱਲ ਸ਼ਾਮ ਨੂੰ ਸਹੀ ਫਿਰ ਐਲਬਰਟ ਸਾਹਿਬ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਇਹਨਾਂ ਨੇ ਜੁੱਤੀਆਂ ਕਿਉਂ ਲਾ ਲਈਆਂ ਰਿਸਪੈਕਟ ਯੂਰਸ ਰਿਸਪੈਕਟ ਰਿਸਪੈਕਟ ਵੈਲ ਵੈਲ ਆਈ I am indeed honored. ਮੈਨੂੰ ਖੁਸ਼ੀ ਹੈ ਕਿ ਤੁਸੀਂ ਸਮਝਦੇ ਹੋ ਕਿ ਸਾਥੋਂ ਵਧੀਆ ਤੁਹਾਡੇ ਤੇ ਕੋਈ ਰਾਜ ਨਹੀਂ ਕਰ ਸਕਦਾ ਇਹ ਕਹਿੰਦਾ ਕਿ ਸਰਦਾਰ ਸਾਹਿਬ ਦੇ ਕਹੇ ਰਿਸ਼ਤਾ ਕਰਕੇ ਮੈਨੂੰ ਖੁਸ਼ੀ ਹੋ ਰਹੀ ਹੈ ਅੱਜ ਕੱਲ ਇਹੋ ਜਿਹੇ ਜ਼ਮੀਨ ਜਾਇਦਾਦ ਵਾਲੇ ਰਿਸ਼ਤੇ ਹੈ ਮੈਂ ਉਹਦਾ ਕਿੱਥੇ ਨੇ ਹਾਂ ਵੈਲਕਮ ਨਾਓ ਲੈਟਸ ਸੈਲੀਬ੍ਰੇਟ ਓ
ਓ ਮਾਈ ਗੋਡ ਤੂੰ ਇੱਥੇ ਤੂੰ ਮੇਰੇ ਕਮਰੇ ਤੱਕ ਆ ਗਿਆ ਉਹ ਦੇਖੋ ਮੈਨੂੰ ਗਲਤ ਨਾ ਸਮਝੋ ਜੀ ਮੈਂ ਪਹਿਲਾਂ ਹੀ ਤੁਹਾਡੇ ਤੋਂ ਮਾਫੀ ਮੰਗਣ ਆਇਆ ਮੈਂ ਗਲਤ ਮੁੰਡਾ ਨਹੀਂ ਹੈਗਾ ਤੇਰੇ ਤੋਂ ਮਾੜਾ ਕੋਈ ਨਹੀਂ ਹੋ ਸਕਦਾ ਓਕੇ ਏਅਰਪੋਰਟ ਤੇ ਜੋ ਮੇਰੇ ਨਾਲ ਹਰਕਤ ਕੀਤੀ ਛੱਡ ਅੰਕਲ ਦਾ ਕੀ ਹਾਲ ਕਰਵਾਤਾ ਛਿੱਤਰ ਪੈਂਦੇ ਪੈਂਦੇ ਬਚ ਗਏ ਉਹਨਾਂ ਨੂੰ ਮੈਂ ਨਾ ਇਹ ਸਾਰਾ ਕੁਝ ਰੂਬਾਈ ਦੇ ਵਿਆਹ ਲਈ ਕਰ ਰਿਹਾ ਤੁਹਾਡੇ ਉੱਥੇ ਦਾ ਤੇ ਪਤਾ ਨਹੀਂ ਸਾਡੇ ਇੱਥੇ ਨਾ ਪਿਆਰ ਨੂੰ ਰੱਬ ਮੰਨਦੇ ਆ ਤੇ ਪਿਆਰ ਕਰਨ ਵਾਲਿਆਂ ਨੂੰ ਪੁਜਾਰੀ ਤੇ ਮੈਂ ਇਹ ਸਾਰਾ ਕੁਝ ਨਾ ਉਹਨਾਂ ਦੋਵਾਂ ਪੁਜਾਰੀਆਂ ਨੂੰ ਮਿਲਾਉਣ ਲਈ ਕਰ ਰਿਹਾ ਦੇਖੋ ਪਿਆਰ ਤੋਂ ਉੱਪਰ ਕੁਝ ਨਹੀਂ ਹੁੰਦਾ ਸਾਰੀ ਦੁਨੀਆ ਨੂੰ ਪਿਆਰ ਕਰਨਾ ਚਾਹੀਦਾ ਊਚ ਨੀਚ ਰੰਗ ਰੂਪ ਕੈਨੇਡਾ ਪੰਜਾਬ ਵੱਧ ਪੜ੍ਹੀ ਲਿਖੀ ਕੁੜੀ ਘੱਟ ਪੜ੍ਹਿਆ ਲਿਖਿਆ ਮੁੰਡਾ ਇਹੋ ਜਿਹੇ ਭੇਦਭਾਵ ਨਹੀਂ ਹੋਣੇ ਚਾਹੀਦੇ ਇਹ ਲਾਸਟ ਲਾਈਨ ਤੋਂ ਆਪਣੇ ਵੱਲ ਇਸ਼ਾਰਾ ਕਰਕੇ ਕਿਉਂ ਕਹੀ ਫਿਰ ਗਲਤੀ ਹੋ ਗਈ ਹੋਣੀ ਆ ਜੀ ਘੱਟ ਪੜ੍ਹੀ ਲਿਖੀ ਕੁੜੀ ਤੇ ਵੱਧ ਪੜ੍ਹਿਆ ਲਿਖਿਆ ਮੁੰਡਾ ਤੂੰ ਵੀ ਨਾ ਦੇਖੋ ਜੀ ਮੈਂ ਨਾ ਸਾਫ਼ ਦਿਲ ਵਾਲਾ ਬੰਦਾ ਮੈਂ ਇਹ ਗੱਲ ਨਾ ਗੁਰਦੁਆਰੇ ਵੱਲ ਹੱਥ ਕਰਕੇ ਕਹਿ ਸਕਦਾ ਫਾਈਨ ਮਾਫ ਕਰਦਾ ਤੂੰ ਦਿਲ ਦਾ ਸਾਫ਼ ਹੀ ਨਹੀਂ ਕਿਊਟ ਵੀ ਹੈ ਗੁੱਡ ਨਾਈਟ ਓ ਕਾਲੇ ਓ ਕਾਲੇ ਹਾਂ ਕਿਵੇਂ ਫਿਰ ਯਾਰ ਮੈਨੂੰ ਲੱਗਦਾ ਉਹਨੂੰ ਨਾ ਮੇਰੇ ਨਾਲ ਪਿਆਰ ਜਿਹਾ ਹੋ ਗਿਆ ਉਹ ਚੱਲ ਕਿੱਥੇ ਤੂੰ ਤੇ ਕਿੱਥੇ ਮੇਰਾ ਮਤਲਬ ਕਿੱਥੇ ਤੂੰ ਤੇ ਕਿੱਥੇ ਉਹ ਗੱਲਾਂ ਕਰਦਾ ਪਤਾ ਮੇਰੇ ਵਾਲਾਂ 'ਚ ਹੱਥ ਮਾਰ ਕੇ ਨਾ ਮੈਨੂੰ ਕਿਊਟ ਕਹਿ ਕੇ ਗਈ ਆ ਲੈ ਸੌਂ ਖਾਓ ਏ ਖੁਦਾ ਕੀ ਕਸਮ ਹਮ ਕਭੀ ਝੂਠ ਨਹੀਂ ਭੁੱਲਦੇ ਫਿਰ ਤਾਂ ਦਲੀਪ ਕੁਮਾਰ ਸਾਹਿਬ ਤੁਹਾਡੇ ਕਿੰਨੀ ਪਾਰਟੀ ਹੋ ਗਈ ਲਾ ਲਾਂਗੇ ਕੱਲ ਘਰ ਦੀ ਕੱਢੀ ਦੇ ਸਾਸਾ ਦਾ ਪੈਗ ਠੀਕ ਹੈ ਵੈਸੇ ਯਾਰ ਉਹਨੂੰ ਮੇਰੇ 'ਚ ਚੰਗਾ ਕੀ ਲਗਾਊਗਾ ਆਹ ਗੱਲ ਸੋਚਣ ਵਾਲੀ ਹੈ ਯਾਰ ਜਾਂ ਤੇ ਉਹਨੂੰ ਮੈਂ ਸੋਹਣਾ ਬਾਹਲਾ ਲੱਗ ਗਿਆ ਜਾਂ ਫਿਰ ਉਹਨੂੰ ਮੇਰੀਆਂ ਗੱਲਾਂ ਬਹੁਤ ਚੰਗੀਆਂ ਲੱਗੀਆਂ ਹੋਣੀਆਂ ਨਾ ਸੋਹਣੇ ਨੂੰ ਮੈਂ ਮਰ ਗਿਆ ਸੀ ਨਾਲੇ ਗੱਲਾਂ ਨੂੰ ਤੂੰ ਅਬਦੁਲ ਕਲਾਮ ਹੈ ਨਾ ਆ ਤੇਰੇ ਦੰਦ ਜੇ ਸੋਹਣੇ ਲੱਗੇ ਹੋਣਗੇ ਉਹਨੂੰ ਹੈ ਇਹ ਵੀ ਹੋ ਸਕਦਾ ਗੱਲ ਸੁਣੋ ਉਹਨੇ ਇੱਕ ਦੋ ਦਿਨਾਂ ਨੂੰ ਚਲੀ ਜਾਣਾ ਇੱਥੋਂ ਇਦੋਂ ਪਹਿਲਾਂ ਵੀ ਤੂੰ ਕੰਧਾਂ 'ਚ ਟੱਕਰਾਂ ਮਾਰ ਮਾਰ ਕੇ ਸ਼੍ਰੀ ਅਕਰਮ ਰਾਹੀ ਸਾਹਿਬ ਦੇ ਗੀਤ ਸੁਣੇ ਇਹਦੇ ਨਾਲ ਗੱਲ ਨਿਬੇੜ ਲੈ ਉਹ ਤੂੰ ਸਵੇਰੇ ਵੇਖ ਮੈਨੂੰ ਕਿੱਡਾ ਸਪੈਸ਼ਲ ਟ੍ਰੀਟਮੈਂਟ ਮਿਲਦਾ ਸਵੇਰੇ ਬਿਮਾਰ ਹੋਣ ਲੱਗਿਆ ਤੂੰ ਉਹ ਗਰੀਬੋ ਫੋੜੀ ਫਿੰਸੀਆ ਤੋਂ ਬਾਹਰ ਵੀ ਆ ਜਾ ਕਰੋ ਕਿਤੇ ਸਪੈਸ਼ਲ ਟ੍ਰੀਟਮੈਂਟ ਦਾ ਮਤਲਬ ਵੇਖੀ ਮੇਰਾ ਕਿੰਨਾ ਧਿਆਨ ਰੱਖਦੀ ਹੈ ਅੱਛਾ ਹੁਣ ਤਾਂ ਸ਼ੇਰਾ ਬਸ ਸਵੇਰ ਦਾ ਇੰਤਜ਼ਾਰ ਹੈ ਵੈਸੇ ਯਾਰ ਅੱਜ ਕੱਲ੍ਹ ਰਾਤਾਂ ਕੁਝ ਜ਼ਿਆਦਾ ਲੰਬੀਆਂ ਨਹੀਂ ਹੋ ਗਿਆ ਉਹ ਤੂੰ ਦਫਾ ਹੋ ਮੈਨੂੰ ਸੌਣ ਦੇ ਉਹ ਬਸ ਮੁੜਿਆ ਰਾਂਝਿਆ ਹੁਣ ਉਹ ਕੀ ਕਰਾਂ ਬਾਈ ਸਾਰੀ ਰਾਤ ਨਹੀਂ ਸੁੱਤਾ ਗਿਆ ਸੀ ਹੈ ਇੱਕ ਗੱਲ ਕਹਿਣੀ ਸੀ ਹਾਂਜੀ ਕਹੋ ਅੰਕਲ ਨੂੰ ਬਾਹਰ ਲੈ ਜਾਓ ਹੈ ਪਲੀਜ਼ ਠੀਕ ਹੈ ਵੈਸੇ ਘਰ ਵੀ ਹੈਗਾ ਸੀ ਜੀ ਜੁਗਾੜ ਬਾਪੂ ਜੀ ਨੇ ਮਨਾ ਕੀਤਾ ਹੈ ਬਾਪੂ ਜੀ ਵੀ ਪਤਾ ਨਹੀਂ ਕਿਹੜੀਆਂ ਕਿਹੜੀਆਂ ਗੱਲਾਂ ਤੇ ਗੁੱਸਾ ਕੱਢਦੇ ਰਹਿੰਦੇ ਆ ਟਾਈਮ ਕਿੰਨਾ ਕੁ ਲਾਉਂਦੇ ਜੀ ਵਾਟ ਛੱਡੋ ਜੀ ਅੰਕਲ ਨੂੰ ਬੁਲਾਓ ਤੁਸੀਂ ਕਾਲੇ ਸਾਲੇ ਆ ਕਿਹੜਾ ਸਪੈਸ਼ਲ ਟ੍ਰੀਟਮੈਂਟ ਆ ਓਏ ਦਿਮਾਗ ਤੇ ਮੈਂ ਹੀ ਨਾ ਉਹਦੇ ਹੋਰ ਨਹੀਂ ਕਹਿਤਾ ਕਿਸੇ ਨੂੰ ਅੰਕਲ ਸਾਨੂੰ ਪਤਾ ਨਹੀਂ ਅਜਿਹਾ ਸਪੈਸ਼ਲ ਟ੍ਰੀਟਮੈਂਟ ਕਦੋਂ ਮਿਲੂਗਾ ਹਾਂ ਹਾਂ ਗੋ ਦੇਅਰ ਐਂਡ ਡਾਊਨਲੋਡ ਓਕੇ ਆਈ ਵਿਲ ਬੀ ਰਾਈਟ ਬੈਕ ਵੇਟਿੰਗ ਹੇਅਰ ਚਲੇ ਤੇਰੇ ਕੋਲ ਘੂਰਾ ਨਹੀਂ ਮਾਰਿਆ ਜਾਂਦਾ ਆ ਗਿਆ ਮੂੰਹ ਚੱਕ ਕੇ ਸੌਰੀ ਅੰਦਾ ਕਿ ਨਹੀਂ ਸੌਰੀ ਚੱਲ ਦਫਾਓ ਆਲ ਬਰ ਸਿਆ ਰੁਕ ਜਾ ਮੈਂ ਤੈਨੂੰ ਮਾਰ ਦੂੰਗਾ ਓ ਬ੍ਰਦਰ ਇਵਨ ਯੂ ਗੋ ਟੂ ਦ ਟਾਇਲਟ ਇਟਸ ਡੇਂਜਰਸ ਹੇਅਰ ਓ ਮੈਂ ਤੈਨੂੰ ਮਾਰ ਦੂੰਗਾ
Don't worry. Huh? Not after you. After Dangar. Dangar? Haan. Yeah, like that. Animal. Haan. Hitting them, not you. Animal. I can't do this anymore. Haan. Let's finalize the marriage. Get me out of here. Haan, okay. Udhar chalte hain. Field, there. Now, I take you there. झोली च पतासे घट पाते हूं देखते हैं रिश्ता किन्नी देर चलता है तुसी चुप करो जी मैं क्या ਵਧਾਈਆਂ ਹੁਣ ਜੀ ਮੇਰੇ ਖਿਆਲ 'ਚ ਵਧਾਈਆਂ ਰੂਪ ਨੂੰ ਦਿਓ ਇਹ ਤਾਂ ਇੱਥੇ ਆ ਜੀ ਤੁਸੀਂ ਚੱਲ ਜਾਣਾ ਦੋ ਕੁ ਦਿਨ 'ਚ ਵਧਾਈਆਂ ਜੀ ਉੱਪਰ ਜੀ ਵਧਾਈਆਂ ਪ੍ਰਾਹੁਣਿਆਂ ਐਂ ਕਿ ਮੈਂ ਖਾਲੀ ਵਧਾਈਆਂ ਇਸ ਖੁਸ਼ੀ ਦੇ ਮੌਕੇ ਤੇ ਜੇ ਹੁਣ ਤੇ ਪ੍ਰਤਾਪ ਸਿੰਘ ਹੁਣਾਂ ਨੇ ਕੁਝ ਵੀ ਕੀਤਾ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਣਾ ਨਹੀਂ ਮੈਂ ਤਾਂ ਕੀ ਕਰਨਾ ਆ ਜੈਤੋਂ ਵਾਲੇ ਪੱਪੜ ਨੇ ਇਸ਼ਾਰਾ ਆ ਕੀਤਾ ਸੀ ਮੈਂ ਤਾਂ ਐਂ ਕਹਿਣਾ ਜੀ ਹੁਣ ਸਾਰਾ ਕੁਝ ਹੋ ਗਿਆ ਲੱਗਦਾ ਤਾਂ ਫੈਸਲਾ ਲੈ ਲਓ ਵਿਆਹ ਕਿੱਥੇ ਕਰਨਾ ਕਿੱਥੇ ਕਰਨਾ ਓਏ ਜੰਜ ਤਾਂ ਕੁੜੀ ਆਣੇ ਦੇ ਘਰ ਹੀ ਜਾਊਗੀ ਕਿਉਂ ਵੀ ਕਾਲੇ ਕੁੜੀ ਵਾਲਿਆਂ ਦਾ ਘਰ ਕਿਹੜਾ ਪੁੱਛੋ ਮੰਡੀ ਕੋਲੇ ਆ ਵੀ ਉੱਥੇ ਚਲੇ ਜਾਵਾਂਗੇ ਕੈਨੇਡਾ ਜਾਣਾ ਉੱਥੇ ਕਿਵੇਂ ਜਾਊਗੀ ਬਰਾਤ ਜਾਊਗੀ ਉੱਥੇ ਹੀ ਜਾਊਗੀ ਦੁਨੀਆ ਵਾਲਿਆਂ ਨੂੰ ਇਹ ਤਾਂ ਪਤਾ ਲੱਗੇ ਕਿ ਸਰਦਾਰ ਨਾਜਰ ਸਿੰਘ ਆਪਣੇ ਪੋਤੇ ਦੀ ਬਰਾਤ ਗੋਰਿਆਂ ਦੇ ਘਰ ਲੈ ਕੇ ਗਿਆ ਸੀ 100 ਸਾਲ ਇਹਨਾਂ ਨੇ ਸਾਥ ਸੇਵਾ ਕਰਾਈ ਹੈ ਹਫ਼ਤਾ ਤਾਂ ਅਸੀਂ ਵੀ ਕਰਾਵਾਂਗੇ ਕਿਆ ਕਾਲਿਆ ਬਾਪੂ ਜੀ ਹਫ਼ਤਾ ਮੈਂ ਤੇ ਕਿੰਨਾ 2-3 ਮਹੀਨੇ ਰਹਿ ਕੇ ਆਉਂਦੇ ਹਾਂ ਜੀ ਬਦਲਾ ਚੰਗੀ ਤਰ੍ਹਾਂ ਲੈ ਕੇ ਆਵਾਂਗੇ ਹੁਣ ਮੁੰਡੇ ਦਾ ਖੂਨ ਖੋਲ ਚੁੱਕਿਆ ਹੈ ਹੁਣ ਇਹ ਬਦਲਾ ਲੈ ਕੇ ਰਹੂਗਾ ਸਾਈਮਨ ਕਮਿਸ਼ਨ ਬਾਪ ਹੋ ਜਾਏ ਸਾਈਮਨ ਕਮਿਸ਼ਨ ਕਮ ਬੈਕ ਓਏ ਓਏ ਮਾਨ ਸਾਹਿਬ ਚੁੱਪ ਸਾਈਮਨ ਕਮਿਸ਼ਨ ਦਾ ਬੱਚਾ ਪੁੱਤ ਕੋਰੇ ਨੂੰ ਮੇਰਾ ਫੈਸਲਾ ਸੁਣਾ ਅੱਛਾ ਅੰਕਲ ਦੇ ਆਰ ਸੇਇੰਗ ਦੈਟ ਦੇ ਵਿਲ ਆਲ ਕਮ ਟੂ ਕੈਨੇਡਾ ਫਾਰ ਦ ਮੈਰਿਜ Consider it done. No problem. How many are we talking? ਇਹਨਾਂ ਨੂੰ ਮਨਜ਼ੂਰ ਹੈ ਪਰ ਕਿੰਨੇ ਬੰਦੇ ਆਣਗੇ ਓ ਆ ਉਹ 1000 ਕ ਬੰਦਾ ਬਸ ਲੈ 1000 ਕੀ ਕਰਨਾ ਹੈ ਬੰਗਲਾਦੇਸ਼ ਹੀ ਲੈ ਜਾਓ ਨਾਲ ਚੁੱਪ ਕਰ ਮੇਰਾ ਮਤਲਬ ਤੁਸੀਂ ਸਿਆਣੇ ਹੋ ਜੀ ਥੋੜੀ ਮਰਜ਼ੀ ਜਿੰਨੇ ਲੈ ਕੇ ਜਾਣੇ ਨੇ ਇਹਨਾਂ ਦੇ ਅਸੀਂ ਗਏ ਆ ਉਹ ਤਾਂ ਨਾਲ ਜਾਣ ਗਈ ਕਿਉਂ ਪੁੱਤ ਬਣਦਾ ਜੀ ਬਣਦਾ ਪਰ ਬਾਪੂ ਜੀ ਇੰਨੇ ਬੰਦੇ ਸੁਣਦੇ ਆ ਜਿਹੜਾ ਕੈਨੇਡਾ ਨਹੀਂ ਗਿਆ ਉਹ ਕਦੇ ਜੰਮਿਆ ਹੀ ਨਹੀਂ ਲੈ ਤੂੰ ਬੇਬੇ ਜੰਮੀ ਨਹੀਂ ਜਿੰਨੀ ਤੇਰੀ ਉਮਰ ਹੈ ਹੁਣ ਤਾਂ 3 ਪੀੜ੍ਹੀਆਂ ਜੰਮੀਆਂ ਹੋਣੀਆਂ ਸੀ ਪਾਸਪੋਰਟ ਹੈਗਾ ਤੇਰੇ ਕੋਲੇ ਮੇਰੇ ਕੋਲੇ ਰਾਸ਼ਨ ਕਾਰਡ ਹੈ ਉਹ ਬੇਬੇ ਰਾਸ਼ਨ ਕਾਰਡ ਤੇ ਖੰਡ ਲੈਣੀ ਕੈਨੇਡਾ ਜਾ ਕੇ ਤੂੰ ਉਹ ਬਈ ਜਿਹਦੇ ਕੋਲ ਪਾਸਪੋਰਟ ਆ ਉਹੀ ਜਾਊਗਾ ਐਡਾ ਸੌਖਾ ਕੰਮ ਨਹੀਂ ਪੁੱਤ ਪਾਸਪੋਰਟਾਂ ਤੇ ਵੀਜ਼ੇ ਵੀ ਲਵਾਉਣੇ ਪੈਂਦੇ ਆ ਫੁੱਫੜ ਜੀ ਅੰਕਲ ਦੀ ਬਹੁਤ ਜਾਣ ਪਛਾਣ ਆ ਕੈਨੇਡਾ 'ਚ ਲਵਾ ਲੈਣਗੇ ਨਾ ਫਿਰ ਤਾਂ ਠੀਕ ਹੈ ਭਾਈ ਕਾਪੀਆਂ ਮੰਗਾਓ ਸਾਰਿਆਂ ਦੀ ਤੇ ਜਾਣ ਦੀ ਤਿਆਰੀ ਕਰੋ ਹਾਂਜੀ ਹਾਂਜੀ ਹੋ ਗਿਆ ਫੈਸਲਾ ਬਣ ਗਈ ਗੱਲ ਹੁਣ ਨਹੀਂ ਫਿਰ ਕੋਈ ਸਰਦਾਰ ਉਹਦਾ ਪ੍ਰਤਾਪ ਸਿੰਘ ਹੋਰਾਂ ਨੂੰ ਰੋਕ ਸਕਦਾ ਉਹ ਡਰਦੇ ਕਿਉਂ ਕੁਝ ਨਹੀਂ ਹੈ ਤਾਂ ਓਹੋ ਰੋਣਿਆ ਤੂੰ ਉੜੀ ਕੁੰਜ ਹੈ ਉਹ ਤੇਰੀ ਕਿੱਧਰ ਸ਼ਹਿਰ ਨੂੰ ਜਾ ਰਹੇ ਹਾਂ ਯਾਰ ਸ਼ਾਪਿੰਗ ਕਰਨ ਸ਼ਾਪਿੰਗ ਯਾ ਤੇ ਤੇਰੇ ਤੇ ਉਹ ਸਿਰ ਪੜੁੰਦੀ ਸੀ ਨਾ ਮੇਰੇ ਨੋ ਸਵੇਰੇ ਜਦੋਂ ਮੈਂ ਉਹ ਬਾਪੂ ਜੀ ਨੂੰ ਜੂਲੀ ਵਾਲੀ ਗੱਲ ਦੱਸਣ ਲੱਗਾ ਸੀ ਤੇ ਚੱਕਰੀ ਸੌਰੀ ਅਲੀਸ਼ਾ ਕੈਂਟ ਗੋ ਲੈ ਜਾਈ ਯਾਰ ਹਾਂ ਹਾਂ ਕੋਈ ਚੱਕਰ ਨਹੀਂ ਮੈਂ ਚੱਲ ਜਾਣਾ ਇਟਸ ਓਕੇ ਆਪਾਂ ਕੱਲ ਚੱਲਦੇ ਕੱਲ ਕੱਲ ਤੇ ਬੁੱਧਵਾਰ ਕੱਪੜਾ ਨਹੀਂ ਲੈਂਦੇ ਸੀ ਅੱਗਾਂ ਲੱਗ ਜਾਂਦੀਆਂ ਸੰਦੂਖਾਂ 'ਚ ਸਾਹਮਣੇ ਦੇਖ ਫਿਰ ਤੁਹਾਨੂੰ ਬੋਨਟ ਤੇ ਬਹਿਣਾ ਪੈਣਾ ਭੈਣ ਜੀ ਬਹੁਤ ਸੋਹਣੀ ਚੀਜ਼ ਹੈਗੀ ਜੀ ਗੋਟਾ ਤੇ ਵੇਖੋ ਕਿੰਨਾ ਸੋਹਣਾ ਲੱਗਾ ਹੈਗਾ ਭੈਣ ਜੀ ਮੈਂ ਨਾ ਤੁਹਾਡੇ ਨਾਲ ਗੱਲ ਕਰਨੀ ਸੀ ਜੀ ਇੱਕ ਆ ਲਾਲ ਰੰਗ ਦੇਖੋ ਜੀ ਗੋਰੇ ਰੰਗ ਤੇ ਕਿਆ ਹੀ ਬਾਤ ਲੱਗਣਾ ਹੈਗਾ ਨਾ ਜੀ ਨਾਓ ਦਿਸ ਇਜ਼ ਸੋ ਬਿਊਟੀਫੁਲ ਤੈਨੂੰ ਕਿਵੇਂ ਲੱਗਦਾ ਕਾਲੇ ਜੁਲੀਆ ਤੇ ਬਹੁਤ ਅੱਛਾ ਲੱਗੂਗਾ ਨਾ ਬਹੁਤ ਅੱਛਾ ਪੈਕ ਕਰ ਦੇ ਅੱਛਾ ਜੀ ਨਹੀਂ ਕੁਝ ਹੋਰ ਵੀ ਦਿਖਾ ਦਿਓ ਪਲੀਜ਼ ਲਓ ਜੀ ਲਓ ਆ ਪੀਲਾ ਓ ਯਾਰ ਤੂੰ ਪੂਰੀ ਦੁਕਾਨ ਹੀ ਵੇਚਣੀ ਅੱਜ 2 ਮਿੰਟ ਚੁੱਪ ਨਹੀਂ ਰਹਿ ਸਕਦਾ ਕਮਾਲ ਹੈ ਉਹ ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਉਹ ਗੱਲ ਹੈ ਜੀ ਮੈਂ ਨਾ ਉਹ ਇਹ ਕਹਿਣਾ ਸੀ ਜੀ ਤੁਹਾਨੂੰ ਮੈਨੂੰ ਪਤਾ ਹੈ
ਕੁੜੀਆਂ ਨਹੀਂ ਕਹਿ ਸਕਦੀਆਂ ਹੁੰਦੀਆਂ, ਮੁੰਡਿਆਂ ਨੂੰ ਕਹਿਣਾ ਪੈਂਦਾ। ਇਸ ਕਰਕੇ ਮੈਂ ਤੁਹਾਨੂੰ ਕਹਿ ਦਿੰਦਾ ਜੀ ਕਿ ਮੈਂ ਨਾ ਜੀ ਤੁਹਾਨੂੰ ਪਿਆਰ ਜਿਹਾ ਕਰਦਾ ਜੀ। ਕੀ ਕਿਹਾ? ਤੂੰ ਬੜਾ ਹੈਰਾਨ ਹੋ ਗਿਆ, ਤੇਰੀ ਭੂਆ ਲੱਗਦੀ ਦੇਖੋ ਜੀ, ਇਹੋ ਜਿਹੀਆਂ ਗੱਲਾਂ ਨਾ ਕਹਿ ਲੈਣੀਆਂ ਚਾਹੀਦੀਆਂ ਹੁੰਦੀਆਂ, ਨਹੀਂ ਤੇ ਬਾਅਦ ਦੇ ਵਿੱਚ ਬਹੁਤ ਕੰਮ ਖਰਾਬ ਹੁੰਦਾ। ਉਹ ਜਿਹੜਾ ਮੱਦੀ ਨੀ ਸਾਡੇ ਪਿੰਡ ਵਾਲਾ ਮੱਦੀ, ਚੱਕੀ ਵਾਲਿਆਂ ਦਾ ਮੁੰਡਾ, ਭੋਲੀ ਨੂੰ ਬਹੁਤ ਪਿਆਰ ਕਰਦਾ ਸੀ, ਕਹਿ ਨਹੀਂ ਪਾਇਆ। ਭੋਲੀ ਚੜ ਗਈ ਡੋਲੀ, ਹੁਣ ਨਸ਼ੇ ਕਰਦਾ ਫਿਰਦਾ ਤੇ ਮੈਂ ਨਸ਼ਿਆਂ ਨੂੰ ਬਹੁਤ ਨਫ਼ਰਤ ਕਰਦਾ। ਇਸ ਕਰਕੇ ਨਸ਼ੇ ਕਰਨ ਨਾਲੋਂ ਗੱਲ ਕਹੀ ਚੰਗੀ ਹੁੰਦੀ ਹੈ। ਬਾਕੀ ਤੁਹਾਨੂੰ ਵੀ ਤਾਂ ਪਿਆਰ ਹੋ ਹੀ ਗਿਆ ਜੀ ਥੋੜ੍ਹਾ ਥੋੜ੍ਹਾ। ਪਰ ਤੈਨੂੰ ਕਿਵੇਂ ਲੱਗਿਆ ਕਿ ਮੈਂ ਤੈਨੂੰ ਪਿਆਰ ਕਰਦੀ ਹਾਂ? ਮੈਂ ਦੇਖਣ ਨੂੰ ਹੀ ਬੋਲਾ ਲੱਗਦਾ ਜੀ, ਮੈਂ ਤਾਂ ਉਦੋਂ ਹੀ ਸਮਝ ਗਿਆ ਸੀ ਜਦੋਂ ਤੁਸੀਂ ਮੇਰੇ ਵਾਲਾਂ 'ਚੋਂ ਹੱਥ ਜਿਹਾ ਨਹੀਂ ਮਾਰਿਆ। ਮੈਂ ਉਸੇ ਵੇਲੇ ਸਮਝ ਗਿਆ। ਵਾਲਾਂ 'ਚ ਹੱਥ ਮਾਰਿਆ ਮਤਲਬ ਮੈਨੂੰ ਤੇਰੇ ਨਾਲ ਪਿਆਰ ਹੋ ਗਿਆ? ਕਮਾਲ ਹੈ, ਜੇ ਮੈਂ ਇਹਦੇ ਵਾਲਾਂ 'ਚ ਹੱਥ ਮਾਰਾਂ ਤਾਂ ਮੈਨੂੰ ਇਹਦੇ ਨਾਲ ਪਿਆਰ ਹੋ ਜਾਊ? ਮੈਂ ਹੁਣ ਕੀ ਸਮਝਾਂ ਜੀ? ਨਾ, ਇੱਥੇ ਤਾਂ ਸਾਰੇ ਪਾਗਲ ਇਕੱਠੇ ਹੋਏ ਨੇ। ਠੀਕ ਕਹਿੰਦੇ ਸੀ ਮੰਮੀ ਜੀ ਯਾਰ, ਇੱਥੋਂ ਦੇ ਦੇਸੀ ਮੁੰਡੇ ਵੀ ਨਾ। ਸ਼ਰਮਾ ਗਈ ਹੋਣੀ ਆ ਮੇਰੇ ਤੋਂ ਕਿ ਤੁਹਾਡੇ ਤੋਂ? ਹਾਂ, ਤੇਰੇ ਫੁੱਫੜ ਤੋਂ। ਕਮਾਲ ਹੈ ਯਾਰ। ਤੇਰੇ ਦਾ ਅਸਰ ਹੈ ਹੁਣ ਜੋ ਮੈਨੂੰ ਨੀਂਦ ਰਾਤ ਨੂੰ ਆਵੇ ਨਾ, ਹੋ ਨਾ ਹੋਏ ਪਿਆਰ ਤੇਰੇ ਦਾ ਅਸਰ ਹੈ ਹੁਣ ਜੋ ਮੈਨੂੰ ਨੀਂਦ ਰਾਤ ਨੂੰ ਆਵੇ ਨਾ। ਅੱਖੀਆਂ ਦੇ ਵਿੱਚ ਘੁੰਮਦਾ ਸੋਹਣਾ ਚਿਹਰਾ ਦਿਲ ਜੋ ਮੇਰਾ ਚੈਨ ਜ਼ਰਾ ਵੀ ਪਾਵੇ ਨਾ, ਹੋ ਨਾ ਹੋਏ ਪਿਆਰ ਤੇਰੇ ਦਾ ਅਸਰ ਹੈ ਹੁਣ ਜੋ ਮੈਨੂੰ ਨੀਂਦ ਰਾਤ ਨੂੰ ਆਵੇ। ਮੈਡਮ ਉਹ ਜੀ, ਜੇ ਮੈਂ ਬਿਨਾਂ ਖਾਧੀ ਪੀਤੀ ਤੋਂ ਕੋਈ ਗਲਤ ਕਹਿ ਗਿਆ ਵਾ ਨਾ ਤਾਂ ਮੈਨੂੰ ਮਾਫ਼ ਕਰ ਦਿਓ। ਕੋਈ ਗੱਲ ਨਹੀਂ, ਮੇਰਾ ਕਾਲਾ ਏ ਸਰਦਾਰ ਗੋਰਿਆਂ ਨੂੰ ਦਫ਼ਾ ਕਰੋ। ਕਾਲੇ, ਤੇਰਾ ਨਾਮ ਕਾਲਾ ਕਿਉਂ ਹੈ? ਉਹ ਛੱਡੋ ਜੀ, ਜੇ ਮੈਂ ਦੱਸਿਆ ਤੁਸੀਂ ਫਿਰ ਕਹਿਣਾ ਆਪਣੀ ਤਰੀਫ਼ ਆਪੇ ਕਰੀ ਜਾਂਦਾ। ਜਦੋਂ ਮੈਂ ਜੰਮਿਆ ਸੀ ਨਾ ਕਹਿੰਦੇ ਮੈਂ ਬਹੁਤ ਜ਼ਿਆਦਾ ਸੋਹਣਾ ਸੀ, ਬਹੁਤ ਜ਼ਿਆਦਾ। ਨਸ ਦੇਵੇ ਨਾ ਮੇਰੇ ਬੇਬੇ ਨੂੰ, ਕਹਿੰਦੀ ਹੈ ਤੂੰ ਮੇਰਾ। ਫਿਰ ਨਾ ਮੇਰੀ ਬੇਬੇ ਨੂੰ ਫਿਕਰ ਪੈ ਗਿਆ, ਕਹਿੰਦੀ ਕਿਤੇ ਨਜ਼ਰ ਨਾ ਲੱਗ ਜਾਏ ਮੇਰੇ ਮੁੰਡੇ ਨੂੰ। ਫਿਰ ਨਾ ਉਹਨੇ ਮੇਰਾ ਨਾਂ ਕਾਲਾ ਸਿੰਘ ਰੱਖਤਾ ਜੀ। ਪਰ ਨਜ਼ਰ ਤਾਂ ਫਿਰ ਵੀ ਲੱਗ ਹੀ ਗਈ ਨਾ, ਤਾਂ ਹੀ ਤਾਂ ਮੇਰਾ ਕੁਝ ਬਣਿਆ ਨਹੀਂ। ਇੰਜ ਨਾ ਕਹਿ, ਆਪਣੇ ਆਪ 'ਤੇ ਭਰੋਸਾ ਰੱਖ। ਉਹ ਨਾ ਜੀ ਨਾ, ਐਂ ਭਰੋਸਾ ਤਾਂ ਬਹੁਤ ਜ਼ਿਆਦਾ ਹੀ ਹੈ ਜੀ ਆਪਣੇ ਆਪ 'ਤੇ। ਐਂ ਤਾਂ ਮੈਂ ਕੁਛ ਵੀ ਕਰ ਸਕਦਾ, ਕੁਛ ਵੀ। ਐਂ ਤਾਂ ਮੈਂ ਜੇ ਤੁਸੀਂ ਕਹੋ ਤਾਂ ਚੰਨ ਵੀ ਥੱਲੇ ਲਾ ਸਕਦਾ। ਲੈ ਆਓ। ਆਓ ਪਿਆ ਜੀ। ਅੱਛਾ, ਬਹੁਤ ਅੱਛਾ। ਬਟ ਆਈ ਡੋਨਟ ਨੀਡ ਇਟ। ਅੱਛਾ ਚਲੋ ਫਿਰ ਵਾਪਸ ਭੇਜ ਦੇਣਾ ਜੀ ਉੱਪਰ। ਓਕੇ ਮੈਂ। Doing? Tu bada hi cute hai. So can I say I wanna be with you tonight.
साथ होई मेरे कहण ते रोशनी भी चन देन लगा तारियां दे नाल मेरी सी मुलाकात होई हुण ना मैनू धुप लगदी ना ठंड लगदी ए हनेरा कदे भी मैनू डरावे ना प्यार तेरे दा असर है हुण जो मैनू नींद रात नू आवे ना हो ना होए प्यार तेरे दा असर है हुण जो मैनू नींद रात नू आवे ना ਬੜਾ ਔਖੜਿਆ ਜਿਹਾ ਫਿਰਦਾ ਕੀ ਦੱਸਾਂ ਭਾਈ ਦਿਲ ਜਿਹਾ ਨਹੀਂ ਲੱਗਣਾ ਉਹਦੇ ਜਾਣ ਤੋਂ ਬਾਅਦ ਰੁਕ ਲਈਏ ਗੱਲ ਗੁੱਲ ਵੀ ਕੀਤੀ ਕਿ ਨਹੀਂ ਕੋਈ ਗੱਲ ਤਾਂ ਨਹੀਂ ਕੀਤੀ ਭਾਈ ਪਰ ਰਾਤੀ ਉਹਨੇ ਬਾਜ਼ੀਆਂ 'ਚ ਲੈ ਲਿਆ ਯਾਰ ਮੈਨੂੰ ਸੌ ਖਾਓ ਏ ਖੁਦਾ ਕੀ ਕਸਮ ਔਰ ਇੱਕ ਬਾਤ ਹਮ ਕਭੀ ਝੂਠ ਨਹੀਂ ਬੋਲਤੇ ਦਲੀਪ ਕੁਮਾਰ मुझे तुम्हारी बात को खास जची नहीं। Yes, mom. चुप कर। देख लेने स्काई लाइव कथे डिगदा फिर। हाँ जी आ रही हूँ। सब ठीक है। हाँ। मैं तेरे ना जेड़ियाँ गल्ला की हैं सी। सारियाँ याद है ना? हाँ जी। तू मेरे ना वादा कितना सी? जी याद है। याद है। इना पेंटुआ दिया गल्ला जना आ जी। समझ गई? इना तो बच के रही। ओके ओके मॉम ओके बाय बाय की होया ओ रात चन वाली गल याद होगी केड़ी चन वाली गल रातियों मैं चन ऊपर बचाता है ना ते तुसी मेनू जफ्फी प्लीज मैं तेनू जफ्फी पाने की हिम्मत किवें कर सकती हूं इट नेवर हैपेंड ओके पर कोई गल नहीं काले वीर दुनियादारी है पर मैनू नहीं लगता तेरे बाला च भी हथ फेरिया हुए ने ये पता हाँ जी बापू जी चल बैठ तुसी भी जाना होना नहीं मेरी जरूरी मीटिंग है मज्जा नू पठे पाया कर मीटिंग दा बच्चा ठीक है तेरी Look, we get to the airport, we make the train. Oh, Master Ji! Sassi Gal Peri Pena! Wow! God, keep him away from me. Yeah, Rakha Master Ji, Abda! Haan, bhai. Eho jagah hai, jithe main Roop nu kothi pa ke deni. ਵਿਆਹ ਤੋਂ ਬਾਅਦ ਦੋਨੋਂ ਜੀ ਇੱਥੇ ਇਕੱਠੇ ਰਹਿਣਗੇ ਹੈ ਜੀ ਵਾਟ ਐਗਜ਼ੈਕਟਲੀ ਇਜ਼ ਹੀ ਸੇਇੰਗ ਅਲੀਸ਼ਾ ਅੰਕਲ ਦਾਦਾ ਜੀ ਜਸਟ ਸੈਡ ਦੈਟ ਆਫਟਰ ਦ ਮੈਰਿਜ ਆਫ ਰੂਪ ਐਂਡ ਜੂਲੀਆ ਹੀ ਇਜ਼ ਗੋਇੰ ਟੂ ਬਿਲਡ ਅ ਹਾਊਸ ਹੇਅਰ ਫॉर ਬੋਥ ਆਫ ਥੈਮ ਟੂ ਲਿਵ ਹੇਅਰ ਇਜ਼ ਹੀ ਇਨਸੇਨ ਮਾਈ ਡਾਟਰ ਐਂਡ ਸਨ ਇਨ ਲਾ ਆਰ ਨਾਟ ਗੋਇੰ ਟੂ ਲਿਵ ਇਨ ਦ ਬਲਡੀ 16th ਸੈਂਚਰੀ ਦੇ ਲਿਵ ਇਨ ਕੈਨੇਡਾ ਔਰ ਦਿਸ ਮੈਰਿਜ ਇਜ਼ ਕੈਨਸਲਡ ਤੁਹਾਨੂੰ ਸਾਰਿਆਂ ਨੂੰ ਕੀ ਸਭ ਸੁਣ ਗਿਆ ਕੀ ਕਹਿੰਦਾ ਓਏ ਜੇ ਤੂੰ ਜ਼ਿਆਦਾ ਤੜਪੜ ਕੀਤੀ ਨਾ ਵਿਆਹ ਤੇ ਇੱਕ ਪਾਸੇ ਮੈਂ ਤਾਂ ਸਿਰ ਪਾੜ ਦੇਣਾ ਸਾਲਾ ਚੜਾ ਜਾ ਕਰਦਾ ਕੀ ਹੈ ਇੱਕ ਮਿੰਟ ਮੈਂ ਦੱਸਦਾ ਉਹ ਬਾਪੂ ਜੀ ਤੁਸੀਂ ਤੇ ਐਵੇਂ ਗੁੱਸਾ ਕਰ ਗਏ ਹੋ ਉਹ ਕਹਿੰਦਾ ਗੋਰਾ ਕਹਿੰਦਾ ਕਿ ਇੱਥੇ ਕੋਠੀ ਨਹੀਂ ਪਾਉਣੀ ਉਹ ਕਹਿੰਦਾ ਹਵੇਲੀ ਚ ਰਹੋ ਸਰਦਾਰ ਹਵੇਲੀ ਚ ਰਹਿੰਦੇ ਚੰਗੇ ਲੱਗਦੇ ਆ ਉਹ ਕਹਿੰਦਾ ਰੂਪ ਰਾ ਨੇ ਸੇਵਾ ਨਾ ਨਾ ਕੀਤੀ ਬਾਪੂ ਜੀ ਦੀ ਕਹਿੰਦਾ ਫੇਰ ਮੈਂ ਕੁੱਟੂ ਇਹਨਾਂ ਨੂੰ ਇਹ ਬੜਾ ਚੰਗਾ ਬੰਦਾ ਬਈ ਬਹੁਤ ਚੰਗੀ ਗੱਲ ਹੈ ਵਿਆਹ ਤੋਂ ਬਾਅਦ ਧੀ ਪੁੱਤ ਮੇਰੇ ਨਾਲ ਰਹਿਣਗੇ ਓਏ ਗੁੜ ਗੁੜ ਓਏ ਗੁੜ 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 ਯਾ ਗਰੀ ਹੀ ਸੇ ਦੋਵੇਂ ਜਾਣੇ ਆਫਟਰ ਮੈਰਿਜ Go there. Go. Go. There. Excellent. Yes. Great. Nahi, idhar haveli, idhar hai. No. Idhar haveli, tu mere naal chal. Look, we can work this out. Tu Punjabi boli sik. Tera dimag theek hai? Kyon? Ek hi kitta tu. Tu fikr na kar, main samlu aape.
Excuse me, ਇਹ ਚੰਨ ਸੁੱਟਣ ਵਾਲੀ ਗੱਲ ਨਹੀਂ ਹੈ। ਤੈਨੂੰ ਚੰਨ ਵਾਲੀ ਗੱਲ ਯਾਦ ਆ? ਨਹੀਂ, ਝੂਠ ਤੇ ਆ ਯਾਰ। ਤੂੰ ਚੰਨ ਵਾਲੀ ਗੱਲ ਤੇ ਆ। ਤੂੰ ਝੂਠ ਵਾਲੀ ਗੱਲ ਤੇ ਆ। ਤੂੰ ਚੰਨ ਵਾਲੀ ਗੱਲ ਤੇ ਆ। ਓ ਗੱਡੀ ਕਾਹਦਾ ਪੁੱਤ? ਆਇਆ ਬਾਪੂ ਜੀ। ਦੇਖ ਕੁਝ ਨਹੀਂ ਹੋਇਆ। ਕੁਝ ਨਹੀਂ ਹੋਇਆ? ਤੈਨੂੰ ਇਸ ਦੇ ਅੰਜਾਮ ਦਾ ਆਈਡੀਆ ਵੀ ਹੈ? ਕੱਲ ਨੂੰ ਜਦੋਂ ਝੂਠ ਫੜਿਆ ਗਿਆ ਤਾਂ ਕੀ ਹੋਏਗਾ? ਓ ਮੈਂ ਓ ਜੋ ਸ਼ਟ ਅਪ ਸ਼ਟ ਅਪ। ਇਹ ਤਾਂ ਐਂ ਕਰਦੀ ਜਿਵੇਂ ਗੋਰਾ ਮੰਨੂਗਾ ਹੀ ਨਹੀਂ, ਪਰ ਜੇ ਨਾ ਮੰਨਿਆ ਫਿਰ। ਹਾਂਜੀ ਆਇਆ ਜੀ। ਗੋਰਾ ਮੰਨ ਜੂਗਾ? ਉਹ ਬਸ ਕਰੋ ਮਾਤਾ ਜੀ, ਜੇ ਹੁਣ ਖੰਡ ਬਣ ਗਿਆ ਇਹਨੂੰ ਖੀਰ ਚ ਪਾ ਲਈਏ। ਆਹ ਗਾਣਾ ਛੱਡੋ ਪਰਾਂ, ਤੁਸੀਂ ਆਹ ਗਾਣਾ ਗਾਓ। ਜਦੋਂ ਚੜਿਆ ਵੀਰਾ ਜਹਾਜ਼ ਵੇ ਸਾਡੇ ਪਿੰਡ ਦਾ ਹੋ ਰਵਾਜ ਵੇ ਬਦਲਾ ਲੈ ਕੇ ਆਉਣਾ। ਚੁੱਪ ਕਰ ਜਾ ਮਾਨਾ, ਮੈਂ ਤੇਰਾ ਜਹਾਜ਼ ਬਣਾ ਦੇਣਾ। ਗੋਰਾ ਮੰਨ ਜੂਗਾ? ਨਾ, ਤੁਸੀਂ ਪਹੁੰਚੋ ਫਿਰ, ਮੈਂ ਦੋ ਤਿੰਨ ਦਿਨ ਬਾਅਦ ਹੀ ਆਉਂਦਾ। ਨਹੀਂ ਨਹੀਂ, ਤੂੰ ਨਾਲੇ ਚੱਲ। ਪੱਲੇ ਭਤੀਜ, ਕਿਵੇਂ ਆ ਚਾਚਾ? ਉਹ ਕਿਵੇਂ ਆ, ਕੀ ਹਾਲ ਹੈ ਤੇਰਾ ਸ਼ੀਰਾ? ਮਾੜੀ ਹੈ ਚਾਚਾ। ਓਏ ਕੋਈ ਗੱਲ ਨਹੀਂ, ਹੌਸਲਾ ਨਾ ਹਾਰ। ਓ ਜੇ ਉਹਨੂੰ ਗੋਰੀ ਮਿਲ ਸਕਦੀ ਹੈ ਤੈਨੂੰ ਵੀ ਕੋਈ ਕਾਲੀ ਪੀਲੀ ਮਿਲੀ ਜਾਊ। ਓਏ ਤੂੰ ਨਹੀਂ ਚਾਚੇ ਵਾਂਗੂ ਛੜਾ ਰਹਿੰਦਾ, ਹੌਸਲਾ ਰੱਖ। ਨਾਲੇ ਕੈਨੇਡਾ ਜਾ ਕੇ ਗੋਰੀਆਂ ਗੋਰੀਆਂ ਵੀ ਦੇਖਣੀਆਂ। ਸਤਿ ਸ੍ਰੀ ਅਕਾਲ ਜੀ, ਪੈਰੀ ਪਹਿਨਾ। ਕੀ ਹਾਲ ਹੈ ਭਤੀਜ, ਆ ਗਏ ਆ? ਹਾਂਜੀ ਹਾਂਜੀ। ਓ ਕਿੱਥੇ ਰਹਿ ਗਿਆ ਸੀ? ਓ ਕਲਕੱਤੇ ਗਿਆ ਸੀ ਜੀ, ਅੰਬਾਂ ਦਾ ਗੇੜਾ ਲਾਉਣ। ਫਿਰ ਮੈਂ ਸੋਚਿਆ ਵੀ ਲੋਕ ਆਖਣ ਗਏ ਜਦੋਂ ਬਦਲਾ ਲੈਣ ਦਾ ਟਾਈਮ ਆਇਆ ਉੱਥੇ ਅੰਬ ਲੈਣ ਗਿਆ ਸੀ। ਠੀਕ ਹੈ ਠੀਕ ਹੈ, ਚੱਲ ਸਮਾਨ ਰੱਖ ਤੇ ਗੱਡੀ 'ਚ ਬੈਠ। ਠੀਕ ਹੈ ਜੀ। ਉਹ ਕਾਲੇ ਤੇਰਾ ਜੀਜਾ ਕਿੱਥੇ ਹੈ? ਅੰਦਰ ਹੀ ਹੋਣਾ ਜੀ। ਜਾਣ ਨੂੰ ਲੈ ਗਿਆ ਉਹਨੂੰ, ਕਹ ਜਹਾਜ਼ ਦਾ ਟਾਈਮ ਹੋ ਜਾਂਦਾ, ਜਲਦੀ ਕਰੋ। ਚਲੋ ਮੁੰਡਿਓ, ਚਲ ਬਈ ਚਲ ਚਾਚਾ। ਉਹ ਚੱਕ ਲਈ ਬੰਦੂਕ ਸੂਰਮੇ ਨੇ ਹਾਰ ਕੇ। ਕਿਵੇਂ ਆ ਭਗਵਾਨ ਨੇ ਕਰਦੀ ਪੈਕਿੰਗ? ਫਿਰ ਹਲਦੀ ਦਾ ਪੈਕਟ ਇੱਥੇ ਰੱਖਿਆ, ਥੋੜਾ ਨਾ ਗੋਲੀ ਗੋਲੀ ਚਲਾਉਣ ਦਾ ਪਰਹੇਜ਼ ਹੀ ਰੱਖਿਓ। ਠੀਕ ਹੈ ਠੀਕ ਹੈ, ਵੈਸੇ ਤੂੰ ਚੰਗਾ ਕੀਤਾ, ਦੁੱਧ ਤਾਂ ਉਧਰ ਵੀ ਮਿਲ ਹੀ ਜਾਊਗਾ। ਪਰੌਣੇ ਬਾਪੂ ਜੀ ਬੁਲਾਉਂਦੇ। ਚੰਗਾ ਫਿਰ, ਦਿਓ ਆ ਗਿਆ, ਚੱਲੀਏ ਕੈਨੇਡਾ ਨੂੰ। ਹੈ ਆ ਕਿਧਰ ਚੱਕ ਲਈ ਤੂੰ ਵੱਡਾ ਜਿਉਣਾ ਮੋੜ? ਓਏ ਤੂੰ ਕੋਈ ਨਹੀਂ ਲੈ ਕੇ ਜਾ ਸਕਦੇ ਯਾਰ। ਕਿਉਂ ਨਹੀਂ ਲੈ ਕੇ ਜਾ ਸਕਦੇ? ਇਹਦੇ ਬਿਨਾ ਉਹਦੇ ਪ੍ਰਤਾਪ ਸਿੰਘ ਹੋਰਾਂ ਨੇ ਅੱਧਾ ਰਹਿ ਜਾਣਾ। ਤੈਨੂੰ ਫੜ ਕੇ ਬਹੁਤ ਤੋੜਦੇ ਕਬੂਤਰ, ਹੱਥ ਨਾ ਲਾ ਲੈਣਾ। ਉਹਦਾ ਹੈ ਪ੍ਰਤਾਪ ਸਿੰਘ ਹੋਰਾਂ ਦੀ ਮੂੰਹ ਤੇ ਬੇਇੱਜ਼ਤੀ ਓਏ। ਉਹ ਤੂੰ ਬਹਿਣਾ ਗੱਡੀ 'ਚ ਕੇ ਪਿੱਛੇ ਭੱਜ ਕੇ ਆਉਣਾ ਏਅਰਪੋਰਟ? ਮੇਰਾ ਮਤਲਬ ਪਿੱਠ ਪਿੱਛੇ ਕਰ ਲਿਆ ਕਰੋ। ਆ ਫੜ ਹੁਣ, ਇਹ ਮੈਂ ਸਿਰ 'ਚ ਮਾਰਨੀ ਹੈ। ਇਹਨੂੰ ਕੋਈ ਜ਼ਿਆਦਾ ਨਹੀਂ ਸਿਰ ਤੇ ਚੜਾਇਆ ਤੂੰ? ਉਹ ਲੱਭ ਕੇ ਵੀ ਤਾਂ ਤੁਸੀਂ ਉਹ ਦਿੱਤਾ। ਅੱਛਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਿਵਾਰ ਵੱਲੋਂ ਹੱਥ ਜੋੜ ਕੇ ਬਹੁਤ ਹੀ ਸਖਤਾਈ ਨਾਲ ਬੇਨਤੀ ਕੀਤੀ ਜਾਂਦੀ ਹੈ ਵੀ ਕੈਨੇਡਾ ਦੇ ਵਿੱਚ ਕਿਸੇ ਨੇ ਭੱਜਣ ਦੀ ਕੋਸ਼ਿਸ਼ ਨਹੀਂ ਕਰਨੀ। ਜੇ ਕਿਸੇ ਨੇ ਉੱਥੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਹ ਆਪ ਦਾ ਜ਼ਿੰਮੇਦਾਰ ਆਪ ਹੈ, ਅਸੀਂ ਨਹੀਂ ਨਾਲ ਲੈ ਕੇ ਆਉਣਾ। ਰਹੇ ਪਰ ਸਾਰੀ ਉਮਰ ਉੱਥੇ ਧੱਕੇ ਖਾਂਦਾ। ਬਾਕੀ ਆ ਕਾਪੀ 'ਚ ਨੌ ਨੋਟ ਕਰ ਲੈਂਦੇ ਮੈਂ ਸਾਰਿਆਂ ਦੇ, ਹਰ ਰੋਜ਼ ਹਾਜ਼ਰੀ ਲੱਗਿਆ ਕਰੂ ਕੈਨੇਡਾ ਦੇ ਵਿੱਚ। ਕਿਸੇ ਨੇ ਵੀ ਭੱਜਣ ਦੀ ਕੋਸ਼ਿਸ਼ ਨਹੀਂ ਕਰਨੀ ਉੱਥੋਂ। ਅੱਛਾ, ਹੁਣ ਤੁਹਾਨੂੰ ਐਂ ਲੱਗਦਾ ਵੀ ਅਸੀਂ ਭੱਜਾਂਗੇ? ਆ ਘਰ ਦੇ ਪਰੌਣਿਆਂ ਨੂੰ ਕੋਈ ਪੁੱਛਦਾ ਨਹੀਂ, ਆ ਮਹੱਲੇ ਦੀ ਲੱਲੀ ਛੱਲੀ ਸਿਰ ਚੜਾ ਰੱਖੀ ਹੈ। ਤੂੰ ਠੀਕ ਕਹਿ ਰਿਹਾ ਪੁੱਛ ਵਾਲਿਆ ਪਰੌਣਿਆਂ। ਦੇਖ ਪਹਿਲਾਂ ਤਾਂ ਸਾਡਾ ਕਿਰਾਇਆ ਰਿਸ਼ਤਾ ਤੜਵਾਇਆ, ਨੱਕ ਵੱਢ ਕੇ ਰੱਖਤਾ ਸਾਡਾ, ਹੁਣ ਆ ਨਵੀਂ ਤੋਤਕੜਾ ਛੱਡਤਾ, ਅਖੇ ਉੱਥੇ ਜਾ ਕੇ ਭੱਜੋਗੇ? ਐਂ ਕਰ, ਆਪਾਂ ਜਾਂਦੇ ਹੀ ਨਹੀਂ। ਜਾਂਦੇ ਹੀ ਨਹੀਂ, ਚੱਲ। ਉਹ ਕਿਹੜਾ ਕਹਿੰਦਾ ਨਹੀਂ ਜਾਣਾ? ਨਹੀਂ ਕਾਲੇ, ਮਤਲਬ ਆਏ ਨੀ ਕਹਿੰਦੇ ਵੀ ਜਾਣਾ ਨੀ, ਆਏ ਆ ਵੀ ਐਕਣ ਕਿਕਣ ਵਗ ਜੀਏ, ਫੈਰ ਕਰਕੇ ਜਾਵਾਂਗੇ, ਇਹ ਕਰ ਲੈਣ ਦੇ ਕੁਛ ਨਹੀਂ ਉੱਤੇ। ਲੈ ਫਿਰ ਦੇਖ ਕੇ ਰਾਂ, ਕੁਛ ਵੀ ਆਉਂਦੇ ਕੁਛ ਨੀ ਪਾਤਾ ਚਿੱਪ। ਓਹੋ ਓਹੋ ਤੇਰੀ, ਓਏ ਹਲਦੀ ਹੁਲਦੀ ਲਾਵਾਂ ਦੇ ਵਾਸਤੇ ਕਾਲਿਆ। ਅੱਜ ਤੇਰੇ ਕਰਕੇ ਮੈਂ ਗੋਰਿਆਂ ਕੋਲੋਂ ਆਪਣੇ ਪਿਓ ਦਾ ਬਦਲਾ ਲੈਣ ਦੇ ਕਾਬਿਲ ਹੋਇਆ, ਬੜਾ ਮਾਣ ਹੈ ਮੈਨੂੰ ਤੇਰੇ ਤੇ। ਐ ਪੁੱਤਾ ਹੋਵੇ ਤਾਂ ਤੇਰੇ ਵਰਗਾ ਹੋਵੇ। ਉਰਾ ਅੱਜ ਆਉਂਦਾ ਰਹਿ ਪੁੱਤਰਾ। ਆ ਚੱਲੀਏ, ਚੱਲ ਚਲੋ ਜਲਦੀ ਕਰੋ। ਚਿਪਾਇਆ ਨਾ ਰੜਕੇ।
Why are we standing like this? This is Indian tradition. We have to wait out here until they arrive. What? Yeah, actually, we're from the girls' side. Pehla sorry, thank you, karde si. Sade khoob ch paani bharde si. Hun assi inna nu dassange, inna te tanne kassange. Hun assi inna nu dassange, inna te tanne kassange. Oh, kudi le aake, assi inna di apni banani nu. ਸਤਿ ਸ਼੍ਰੀ ਅਕਾਲ ਧੀਏ ਜਿਉਂਦੀ ਰਹਿ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਅੱਛਾ ਪਹਿਲਾਂ ਪੰਜਾਬੀ ਤਰੀਕੇ ਨਾਲ ਮਿਲਣੀ ਹੋਵੇਗੀ ਦੇਖੋ ਤੁਸੀਂ ਘਰ ਦੇ ਪ੍ਰਾਹੁਣੇ ਹੋ ਤੁਸੀਂ ਚਲੋ ਅੱਗੇ ਹਾਂਜੀ ਤੁਹਾਡਾ ਬਣਦਾ ਹੈ ਚਲੋ ਆਪਾਂ ਹੀ ਚਲੇ ਜਾਂਦੇ ਹਾਂ ਸਤਿ ਸ੍ਰੀ ਅਕਾਲ ਜੀ ਲਾਟਰੀ ਲੱਗੀ ਸਾਲੇ ਜੈਲਸ ਕਰਦੇ ਨੇ ਤੁਸੀਂ ਤਾਂ ਸ਼ਰਮ ਕਰੋ ਜਵਾਈ ਭਾਈ ਉਹ ਕਰਦੇ ਦੇਖ ਦੇਖ ਕਿੰਨੇ ਪਾਗਲ ਲੋਕ ਨੇ ਇਹ ਗੋਰਾ ਤਾਂ ਪਾਗਲ ਹੋ ਗਿਆ ਪਾਗਲ ਜਿਹੜਾ ਆਪਣੀ ਧੀ ਦੇਸੀਆਂ ਨੂੰ ਦੇਣ ਲੱਗਾ ਆ ਅੱਛਾ ਇਹ ਦੇਸੀ ਲੋਕ ਨੇ ਆਪਾਂ ਬਹੁਤ ਅੰਗਰੇਜ਼ੀ ਫਿਲਮਾਂ 'ਚ ਗੋਡਜ਼ਿਲਾ ਬਣਦੇ ਰਹੇ ਆ ਉਹ ਤੁਹਾਡੇ ਵਰਗਿਆਂ ਨੇ ਨਾ ਆਪ ਘੁੰਡ ਕੱਢ ਕੇ ਪਾਸਪੋਰਟ ਤੇ ਫੋਟੋ ਲਾਈ ਹੁੰਦੀ ਹੈ ਬਾਕੀਆਂ ਨੂੰ ਦੇਸੀ ਕਹਿੰਦੀਆਂ ਇੱਕ ਮਿੰਟ ਕੀ ਇੱਕ ਮਿੰਟ ਉਹ ਅਗਲੇ ਮਿੱਟੀ ਨਾਲ ਜੁੜੇ ਹੋਏ ਲੋਕ ਨੇ ਇਹ ਮੇਰੇ ਮੰਮੀ ਨੇ ਹੈ ਪੈਰੀ ਬਿਨਾਂ ਆਂਟੀ ਜੀ ਬਿਲਕੁਲ ਠੀਕ ਕਹਿ ਰਹੇ ਤੁਸੀਂ ਉਹ ਕਾਹਦੇ ਮਿੱਟੀ ਨਾਲ ਜੁੜੇ ਹੋਏ ਲੋਕ ਤੁਸੀਂ ਉਹ ਤਿੰਨ ਤਿੰਨ ਦਿਨ ਨਹਾਉਂਦੇ ਨਹੀਂ ਤੁਸੀਂ ਉਹ ਉਲਟਾ ਮਿੱਟੀ ਤੁਹਾਡੇ ਨਾਲ ਜੁੜੀ ਹੋਈ ਹੈ ਚਲੋ ਆਂਟੀ ਚੱਲੀ ਆਪਾਂ ਕੀ ਮੂੰਹ ਲੱਗਣਾ ਇਹਨਾਂ ਚਵਲਾਂ ਦੇ ਓ ਚਵਲ ਕਿਹਨੂੰ ਕਿਹਾ ਹੈ ਤੈਨੂੰ ਕਾਲਿਆ ਯਾਰ ਕੋਈ ਨਹੀਂ ਕਹੂਗਾ ਚਲੋ ਅੰਦਰ ਚਲੀਏ ਚਾਹ ਛਾ ਛਕੀਏ ਚਾਹ ਦਾ ਕੀ ਕਰਦੇ ਪੈਕ ਹੀ ਲਾ ਲਾਂਗੇ ਆ ਜਾ ਆ ਜਾ Rupa can't live without you Even I can't Everything's gonna be fine But the situation doesn't seem to be fine Don't worry Kala will handle everything Where is he I want to see him There he is Kala Sat Sri Akal Baba ji Oh Sat Sri Akal Thank you so much Dorji 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 Acha
Oh, theek thaak ho? Everything all right? Everything's all right. But please help us. Only good impression of your family can save us. My father can allow us to move to Punjab. ਅੰਗਰੇਜ਼ੀ ਦੇ ਭਾਬੀ ਚਰੇ ਉਂਗ ਵੜਦੀ ਹੋਏ ਮਹੀਨੇ ਦੀ 5000 ਦੀ ਟਿਊਸ਼ਨ ਕਿਤੇ ਨਹੀਂ ਗਈ ਉਹ ਤੁਸੀਂ ਟੈਨਸ਼ਨ ਨਾ ਲਓ ਜੀ ਮੈਂ ਹੈਗਾ ਨਾ ਸਾਰਾ ਕੁਝ ਸਾਂਭ ਲੂ ਮੈਂ ਆਪੇ ਤੂੰ ਬਸ ਗੋਹਾ ਕੂੜਾ ਕਰਾਉਣ ਦੀ ਤਿਆਰੀ ਕਰਾ What did he say? He's saying you're so pretty. Really? ਸਿਆਣਾ ਹੋ ਗਿਆ ਤੂੰ ਵੀ ਦੋ ਦਿਨ ਬਸ ਇਦਾਂ ਹੀ ਸਾਂਭ ਲੈ ਕਿਸੇ ਤਰ੍ਹਾਂ Hello down there. We are very happy you people could be here. Two families are coming together from different countries to be together forever. I find Roop a very fine young man, and of course my daughter is out of this world. So, let's celebrate and say a prayer for a happy marriage between Julia and Roop. ਤਾੜੀ ਮਾਰੋ ਯਾਰ ਚੁਟਕਲਾ ਸੁਣਾਇਆ ਉਹ ਇੱਕ ਮਿੰਟ ਮੇਰੀ ਗੱਲ ਸੁਣ ਲਓ ਬੇਇੱਜ਼ਤੀ ਨਹੀਂ ਹੋਣੀ ਚਾਹੀਦੀ ਕੋਈ ਵੀ ਬੰਦਾ ਇੱਕ ਜਾਂ ਦੋ ਤੋਂ ਵੱਧ ਬੋਤਲਾਂ ਨਹੀਂ ਪੀਊਗਾ ਖਿੱਚੋ ਹਾਂ ਠੀਕ ਹੈ ਦੋ ਬੋਤਲਾਂ ਤੋਂ ਵੱਧ ਪੀਣੀ ਵੀ ਨਹੀਂ ਚਾਹੀਦੀ ਪਾਣੀ ਪੂਣੀ ਠੋਕਲੇ ਵਿੱਚ ਤਿੱਖੀ ਹੁੰਦੀ ਆ ਗੋਰਿਆਂ ਵਾਲੀ ਹਾਂ ਆ ਪਾਣੀ ਫੜਾਈ ਕਰਾ ਲੈ ਆ ਲੈ ਓਏ ਚਾਚਾ ਉਹਨਾਂ ਦੀਆਂ ਜਨਾਨੀਆਂ ਤੇ ਸੁੱਕੀ ਪੀ ਜਾਂਦੀਆਂ ਓਏ ਵਾਈਨ ਵਾ ਇਹਨੂੰ ਸੁੱਕੀ ਪੀਂਦੇ ਹੁੰਦੇ ਸੁੱਕੀ ਪੀਂਦੀਆਂ ਸਾਡੀ ਤਾਂ ਬੇਇੱਜ਼ਤੀ ਹੋ ਗਈ ਫਿਰ ਆਪਾਂ ਗਾਲੇ ਦੀ ਗੱਲ ਥੱਲੇ ਨਹੀਂ ਲੱਗਣ ਦੇਣੀ ਐਂ ਚੱਕੋ ਜੇ ਗੱਲ ਤਾਂ ਚੱਕ ਲੈਨੇ ਆ ਫਿਰ ਉਹ ਚਾਚਾ ਉਹ ਨਹੀਂ ਆ ਚੱਕੋ ਅੱਛਾ ਚੱਕੋ ਆ ਬੋਤਲ ਕੋ ਖਾਈ ਪੀਆਂ ਇੱਕ ਮਿੰਟ ਬਸ ਹੁਣ ਦੇਖੋ ਜੱਟ ਅੰਗਰੇਜ਼ੀ ਚ ਇਹਨਾਂ ਦਾ ਥੈਂਕ ਯੂ ਕਰੂਗਾ ਅੰਗਰੇਜ਼ੀ ਚ ਜੱਟ ਦੇਖੋ ਇੱਧਰ ਹੁਣ ਜਿਵੇਂ ਕੱਢਦਾ ਜੱਟ ਅੰਗਰੇਜ਼ੀ ਚ ਥੈਂਕ ਯੂ ਜੀਓ ਮਾਨ ਸਾਹਿਬ ਲੈ ਆਪ ਜਬ ਹਮਾਰੇ ਪਿੰਡ ਆਏ ਥੇ ਤੋ ਹਮਨੇ ਪ੍ਰਾਹੁਣਾਦਾਰੀ ਵਾਲੇ ਭੁਮੱਕੜ ਕਾਢ ਦਿਏ ਥੇ ਔਰ ਹਮ ਯਹਾਂ ਆਏ ਹੈ ਤੋ ਇਹੀ ਉਮੀਦ ਰੱਖਤੀ ਹੈ ਸਾਰੀ ਬਰਾਤ ਕਿ ਆਪ ਵੀ ਪ੍ਰਾਹੁਣਾਦਾਰੀ ਵਾਲੇ ਪੂਰੇ ਚਿੱਪ ਕੱਢੋਗੇ What's he saying? ਤੇ ਬਾਕੀ ਮੈਂ ਤੋਂ ਤੁਹਾਡਾ ਥੈਂਕ ਯੂ ਕਰਨਾ ਤਾਂ ਜੱਟੋ ਸਵਾਦ ਲਿਆਤਾ ਦਾਰੂ ਹੋਰ ਮਗਾ ਲਓ ਬਸ ਥੈਂਕ ਯੂ ਮਜ਼ਾ ਆ ਗਿਆ ਕਾਲੇ ਜਿਉਂਦੇ ਨੇ ਇਸ਼ਰ ਆ ਬੱਲੇ ਮਾਰ ਜਾ ਅੰਗਰੇਜ਼ੀ ਆਉਂਦੀ ਹੈ ਇਹਨੂੰ ਇਹ ਕਹਾਂ ਸੇ ਸਿੱਖੀ ਹੈ ਮੈਂ ਤਾਂ ਇਹ ਕਰਦਾ ਆਈ ਦੇਖਦਾ Maybe we should bring the food. Fellas, the food, food. We're going to bring the food. ਉਹ ਰੋਟੀ ਆਉਣ ਲੱਗੀ ਰੋਟੀ ਅੱਛਾ ਰੋਟੀ ਬੱਕਰਾ ਬੁਕਰਾ ਵੱਡਿਆ ਜਾ ਆਲੂ ਹੀ ਮਾਰਨਗੇ ਮੱਥੇ ਮਿੱਸੀ ਵਾਲ ਮਿੱਸੀ ਸਤਿ ਸ੍ਰੀ ਅਕਾਲ ਜੀ ਉਹ ਸਭ ਹੋਈ ਡੀ ਵੱਡੀ ਮੱਛੀ ਉਹ ਤਾਂ ਸਾਡੇ ਪਰੌਣੇ ਨਾਲੋਂ ਵੀ ਵੱਡੀ ਲੱਗਦੀ ਹੈ ਇਹ ਤੂੰ ਤਾਂ ਪੁੱਛੋ ਵਾਲੇ ਦੇ ਉੱਤੇ ਮਸਾਲੇ ਭੁੱਕ ਲੈਂਦੇ ਆਪਾਂ ਉਹ ਇੱਥੇ ਵੀ ਬੇਇੱਜ਼ਤੀ ਪਹਿਲਾਂ ਹਿਸਾਬ ਲਾ ਵੀ ਇਹਨੂੰ ਪਤੰਦਰੀ ਨੂੰ ਖਾਣਾ ਕਿਵੇਂ ਹੈ ਐ ਕਰਦੇ ਆ ਤੂੰ ਇਹਨੂੰ ਧੋਣ ਤੋਂ ਨੱਪ ਮੇਰੀ ਪੂਛ ਖਿੱਚਦਾ ਮੇਰੇ ਪੁੱਤੇ ਦੁਬਾਰੇ ਹਟੇ ਡੁੱਲਿਆ ਹਟੇ ਡੁੱਲਿਆ Jeez. Are you sure you want to get married into this family? Come on. Stop it. Just stop it. Shut up. Quiet.
You don't have to go live with these idiots. ਕੀ ਕਹਿੰਦਾ ਏ? ਕੁਛ ਨਹੀਂ ਬਾਪੂ ਜੀ, ਉਹ ਕਹਿੰਦਾ ਮੇਰੇ ਧਨ ਭਾਗ ਮੇਰੀ ਕੁੜੀਆਂ ਨਾ ਹਸਮੁਖ ਲੋਕਾਂ ਦੇ ਪਿੰਡ ਜਾ ਰਹੀ ਆ। ਬਹਿ ਜਾ ਹਸਮੁਖ। ਬੜਾ ਅਜੀਬ ਬੰਦਾ, ਇਹ ਗੁੱਸੇ ਚ ਨੀਆਂ ਸੋਹਣੀਆਂ ਗੱਲਾਂ ਕਰਦਾ ਹੈ। ਬਾਪੂ ਜੀ ਇਹਨਾਂ ਦੇ ਕੰਮ ਹੀ ਪੁੱਠੇ ਆ, ਸਵਿੱਚ ਪੁੱਠੇ ਪਾਸੇ ਲਾਏ ਆ, ਗੱਡੀਆਂ ਪੁੱਠੇ ਪਾਸੇ ਚਲਾਉਂਦੇ ਆ, ਇਹ ਪਿਆਰ ਵਾਲੀ ਗੱਲ ਕਈ ਵਾਰੀ ਗੁੱਸੇ ਨਹੀਂ ਕਰਦੇ। ਹਾਂ ਬਾਈ, ਨੈਬ ਵੱਢ ਖਾਣੇ ਚੋਂ ਹਾਜ਼ਰ ਹਾਂ ਜੀ। ਠੀਕ ਹੈ, ਸੰਦੌੜ ਤੋਂ ਰਣਜੀਤ ਸਿਓ ਆ ਗਿਆ। ਠੀਕ ਹੈ, ਮਾਸੜ ਬੱਦੀ ਵਾਲਾ ਆ ਗਿਆ ਜੀ, ਹੈ ਇੱਥੇ ਰੱਖ। ਠੀਕ ਹੈ, ਦੋ ਜਣੇ ਕਰੀ ਚਲੋ, ਮਾਸੜ ਬਣੀ ਜਾਂਦੇ ਹੋ। ਤੜਕੀ ਲੱਗਦਾ ਹੁਣ ਆ ਕੰਮ ਵੀ ਔਖਾ ਹੋ। ਮੇਰਾ ਨਿੱਕੇ ਕੱਦ ਵਾਲਾ ਜਵਾਨੀ ਫੌਜੀ, ਉਹ ਬੰਦੂਕ ਤੇ ਲੱਭ ਲਿਆ ਹੈ। ਬੇਬੇ ਦਾ ਸੰਦੂਕ ਬਿਨਾ ਤੇ ਜੀਜੇ ਦਾ ਬੰਦੂਕ ਬਿਨਾ ਵਿਆਹ ਚ ਭੋਰਾ ਨੀ ਸਰਦਾ। ਓਏ, ਅਲਵਾਟੇ ਦੀ ਚੋਰੀ ਕੀਤੀ ਹੈ। ਚਾਵਲ ਕਿਨੂੰ ਕਿਹਾ ਸੀ ਗੋਲੀ ਖਾਣ ਲਈ ਚੋਰ ਹੋ ਜਾ? ਮੈਂ ਤੇ ਪਹਿਲਾਂ ਹੀ ਫੱਟੜ ਹੋਇਆ ਫਿਰਦਾ, ਮੈਨੂੰ ਕੀ ਮਾਰਨਾ ਤੂੰ? ਓ ਬੰਦੂਕ ਨਾ ਚਲਾਈ, ਪੁਲਿਸ ਨੇ ਫੜ ਲੈਣਾ ਇੱਥੇ। ਕਿਉਂ? ਪੰਜਾਬ ਚ ਰੈਡ ਕ੍ਰਾਸ ਵਾਲੇ ਫੜਦੇ ਨਾ, ਉੱਥੇ ਵੀ ਤਾਂ ਪੁਲਿਸ ਵਾਲੇ ਫੜਦੇ ਨੇ। ਇੱਥੇ ਨਹੀਂ ਚਲਾਉਂਦਾ, ਮੈਂ ਮਰਨਾ ਖੁੱਲੀ ਜੀ ਥਾਂ ਦੇਖ ਕੇ ਚਲਾਉਂਗਾ। ਅਲੀਸ਼ਾ ਜੀ, ਆ ਤੁਹਾਡਾ ਆ ਬੜਾ ਵਧੀਆ ਕੰਮ ਹੈ ਜੀ, ਸਵੇਰੇ ਭੱਜਣ ਵਾਲਾ। ਆਪਣਾ ਤਾਂ ਆਪ ਪਿੰਡ ਇਹੀ ਕੰਮ ਹੁੰਦਾ, ਸਵੇਰੇ ਬੁਰਸ਼ ਕਰੋ ਨਾ ਕਰੋ, ਭੱਜਣਾ ਜ਼ਰੂਰ ਹੁੰਦਾ ਜੀ। ਬ੍ਰਸ਼ ਦਾ ਫਾਇਦਾ ਵੀ ਕੀ ਜਦ ਮੂੰਹ ਚੋਂ ਝੂਠ ਹੀ ਬੋਲਣਾ ਹੋਵੇ? ਤੁਸੀਂ ਡਰਦੇ ਬਹੁਤ ਹੋ ਜੀ, ਇਹੋ ਜਿਹੀਆਂ ਗੱਲਾਂ ਤਾਂ ਮੇਰੇ ਖੱਬੇ ਹੱਥ ਦਾ ਕੰਮ ਹੈ ਜੀ। ਇਹ ਸੱਜਾ ਹੈ, ਖੱਬੇ ਨਾਲ ਮੇਰੇ ਕੋਈ ਚੁਟਕੀ ਨਹੀਂ ਵੱਜਦੀ ਜੀ, ਇਹ ਨਿੱਕੀਆਂ ਗੱਲਾਂ ਜੀ, ਤੁਸੀਂ ਐਵੇਂ ਟੈਨਸ਼ਨ ਨਾ। ਇਹ ਨਿੱਕੀ ਜੀ ਗੱਲ ਹੈ, ਵਿਲ ਯੂ ਐਵਰ ਸਟਾਪ ਟੇਕਿੰਗ ਸਮਥਿੰਗ ਸੀਰੀਅਸਲੀ? ਪਤਾ ਉਦੋਂ ਲੱਗੇਗਾ ਜਦੋਂ ਸੱਚ ਸਾਹਮਣੇ ਆਇਆ। ਓਹੋ, ਕਿੱਡੀ ਕੁ ਗੱਲ ਹੈ ਜੀ, ਮੈਂ ਪਿੰਡ ਬਾਪੂ ਨੂੰ ਇਹੀ ਝੂਠ ਬੋਲਿਆ ਨਾ ਕਿ ਰੂਪ ਹਰੀ ਵਿਆਹ ਤੋਂ ਬਾਅਦ ਉੱਥੇ ਰਹਿਣਗੇ, ਤੇ ਰੂਪ ਦੇ ਸਹੁਰਾ ਸਾਹਿਬ ਨੂੰ ਐਂ ਬੋਲਿਆ ਕਿ ਉਹ ਵਿਆਹ ਤੋਂ ਬਾਅਦ ਇੱਥੇ ਰਹਿਣਗੇ। ਵੈਸੇ ਗੱਲ ਤਾਂ ਵੱਡੀ ਹੈ ਜੀ। ਯੈਸ, ਪਰ ਇੱਕ ਗੱਲ ਹੈ ਨਾ, ਇਹ ਗੱਲ ਤੁਹਾਨੂੰ, ਮੈਨੂੰ, ਰੂਪ ਨੂੰ ਤੇ ਜੂਲੀਅਨ ਨੂੰ ਹੀ ਤਾਂ ਪਤਾ, ਹੋਰ ਤਾਂ ਕਿਸੇ ਬੰਦੇ ਨੂੰ ਵੈਸੇ ਹੀ ਨਹੀਂ ਪਤਾ। ਤੁਸੀਂ ਐਵੇਂ ਨਹੀਂ ਹੈ, ਟੈਨਸ਼ਨ ਲਈ ਵਰਦੇ ਆਹੋ, ਰਨਿੰਗ ਕਰਦੇ, ਯੋਗਾ ਕਰਦੇ ਜੀ ਤੁਸੀਂ? ਹੁਣ ਫੁੱਫੜ ਨੂੰ ਵੀ ਪਤਾ ਹੈ, ਹੁਣ ਦੇਖੀ ਬੱਚੋ ਕਿਵੇਂ ਉੱਡਦੇ ਨੇ ਤੋਤੇ। ਓਏ, ਅੱਜ ਭੰਨ ਦੂੰ ਗਲਾਸ ਤੇ ਗਲਾਸੀਆਂ, ਪੁੱਠੇ ਮੋੜ ਦੂੰਗਾ ਮਾਮੇ ਨਾਨੇ ਮਾਸੀਆਂ, ਵਿਆਹ ਤੇਰਾ ਹੋਣ ਨਹੀਂ ਦੇਣਾ ਕਾਲਿਆ ਕਾਲਿਆ। ਬਾਪੂ ਜੀ, ਓ ਬਾਪੂ, ਬਾਪੂ ਓਏ, ਓ ਬਾਪੂ, ਅਲਬਰਟ ਸਿਆ ਇਹਦੇ ਕੋਲ ਪਾਉਂਦੇ ਪਾਂਡਾ। ਓਏ ਅਲਬਰਟ ਸਿਆ, ਅਲਬਰਟ ਸਿਆ, ਓਏ ਵਾਹ, ਓਏ ਵਾਹ, ਅਲਬਰਟ ਸਿਆ, ਅਲਬਰਟ ਸਿਆ, ਓਏ ਅਲਬਰਟ ਸਿਆ, ਓਏ ਤੂੰ ਇੱਥੇ ਆਹ ਅਖਬਾਰ ਫੜੀ ਬੈਠਾ, ਮੈਂ ਇੱਥੋਂ ਸੁਣ ਪੰਜਾਬੀ ਚ ਖਬਰਾਂ ਤਾਜ਼ੀਆਂ। ਤੂੰ ਕੀ ਸੋਚਦਾ ਬਈ ਉਹ ਮੁੰਡਾ ਕੁੜੀ ਤੇਰੇ ਵਿਆਹ ਕਰਾ ਕੇ ਇੱਥੇ ਤੇਰੇ ਕੋਲ ਰਹਿਣਗੇ, ਤੇਰੀ ਸੇਵਾ ਕਰਨਗੇ? ਨਾ ਨਾ ਭੋਲਿਆ ਪੰਛੀਆ, ਉਹ ਤਾਂ ਉੱਡਣ ਦੀ ਤਿਆਰੀ ਚ ਨੇ ਪੰਜਾਬ। ਦੇਖ ਤੇਰੀ ਚੰਨ ਵਰਗੀ ਸੋਹਣੀ ਧੀ ਗੋਰੀ ਚਿੱਟੀ, ਉੱਥੇ ਜਾਊ ਸਾਰੇ ਟੱਬਰ ਦਾ ਅੰਨ ਪਾਣੀ ਪਕਾਊ, ਡੰਗਰ ਸਾਂਭੂ, ਓਏ ਤੇਰੀ ਧੀ ਤਾਂ ਰੁੱਝੂ ਉੱਥੇ। Her? You talking about her? What about her? What? Hai ho rabba, ar pad banda hai, le punjabi vi nahi aundi. What? What was all that? Explain. Marge, where is Kala? Oye, inna chahda mainu putt jamme to nahi chadya si, jinna khabar sun ke chad gaya. Main hun banda banda aaye si itthe munda ve hun dekh dange main jande aparat le. Ki dassna phuppad ji? Main sab kuch dassunga. Tu rishta moda si na mera, hun dekh ki tamasha kar. ਉੱਥੇ ਦੇਖਾ ਨਾ, ਦੇਖੇ ਮੇਰੇ ਵੱਲ, ਮੇਰਾ ਚਿੱਤ ਘਬਰਾਉਂਦਾ, ਫੁੱਫੜ ਲੱਗਦਾ ਤੇਰਾ ਯਾਰ, ਮੈਂ ਫਿਰ ਵੀ ਹੋਰ ਨਾ ਕਿਤੇ ਟੰਡਾ ਟੁੰਡਾ ਮਾਰਦੀ ਗੁੱਸੇ 'ਚ। ਉਹ ਰਿਸ਼ਤੇ ਦਾ ਕੋਈ ਲਿਹਾਜ਼ ਤਾਂ ਰੱਖੇਗਾ ਨਾ, ਤੁਹਾਡੇ ਡੰਡਾ ਮੈਂ ਕਿਵੇਂ ਮਾਰ ਸਕਦਾ ਫੁੱਫੜ ਜੀ? ਹੱਥ ਪੈਰ ਬੰਨੀ ਜਾਂਦਾ, ਮੂੰਹ ਤਾਂ ਖੁੱਲ੍ਹਾ,
ਦੱਸਣਾ ਤਾਂ ਮੂੰਹ ਨਾਲ ਹੀ ਹੁੰਦਾ ਹੈ। ਉਹ ਕਾਲੇ ਇੱਕ ਮਿੰਟ, ਕਾਲੇ ਫੁੱਫੜ ਕਿੱਥੇ? ਮੈਂ ਹਾਜ਼ਰੀ ਲਾਉਣ ਕੇ ਨਹੀਂ ਬੈਠਾ। ਫੁੱਫੜ ਕੌਣ ਫੁੱਫੜ? ਉਹ ਇੱਕੋ ਤਾਂ ਫੁੱਫੜਾ ਯਾਰ, ਹੋਰ 50 ਫੁੱਫੜ ਨੇ। ਕਾਲੇ ਦਾ ਫੁੱਫੜਾ, ਫੁੱਫੜ ਕਿੱਥੇ ਆ ਯਾਰ? ਉਹ ਕਿਤੇ ਪਿਆ ਹੋਣਾ ਬੇਹੋਸ਼ ਯਾਰ। ਉਹ ਅੱਛਾ ਅੱਛਾ, ਦਰਦ ਰੂਪੀ ਕੀ ਹੋ ਗਿਆ ਹੋਣਾ। ਪਰ ਮੈਂ ਸਾਰਾ ਘਰ ਛਾਣ ਮਾਰਿਆ, ਮੈਨੂੰ ਤਾਂ ਕਿਤੇ ਮਿਲਿਆ ਨੀ। ਬਸ ਆਹ ਕਮਰਾ ਦੇਖਣ ਨੂੰ ਰਹਿ ਗਿਆ। ਇਸ ਕਮਰੇ ਜਾਣ ਤੋਂ ਪਹਿਲਾਂ ਤੈਨੂੰ ਮੇਰੀ ਲਾਸ਼ ਤੋਂ ਲੰਘਣਾ ਪਊਗਾ। ਕਾਲੇ ਹੁਣ ਮੈਨੂੰ ਤੈਨੂੰ ਮਾਰਨਾ ਪੈਣਾ ਉਹ ਇਸ ਕਮਰੇ ਪਿੱਛੇ। ਕਾਲਿਆ ਇਹੋ ਜਿਹੇ 50 ਕਮਰੇ ਬਣਾ ਬਣਾ ਕੇ ਢਾ ਕੇ ਤੇਰੇ ਸਿਰ ਉੱਤੋਂ ਦੀ ਮਾਰਦਾ ਯਾਰ, ਕਮਾਲ ਕਰਦਾ ਤੂੰ। ਓਏ ਮੈਂ ਤਾਂ, ਤੂੰ ਤਾਂ ਸੀਰੀਅਸ ਹੀ ਲੈ ਗਿਆ ਯਾਰ, ਚੱਲੇ ਹੀ ਲੱਭਦੇ। ਹੋਰ ਦੱਸ, ਪਰ ਫੁੱਫੜ ਗਿਆ ਕਿੱਥੇ ਯਾਰ? ਉਹ ਮੈਨੂੰ ਲੱਗਦਾ ਕੈਨੇਡਾ ਆ, ਕਿਤੇ ਭੱਜ ਭੁੱਜ ਗਿਆ ਹੋਣਾ। ਨਹੀਂ ਨਹੀਂ ਨਹੀਂ, ਮਾਨ ਸੇਵਿਆਂ ਦੇ ਵਿੱਚ ਸਹੁੰ ਖਾ ਕੇ ਆਇਆ ਸੀ। ਜੇ ਬਰਾਤ ਦੇ ਵਿੱਚੋਂ ਇੱਕ ਵੀ ਬੰਦਾ ਭੱਜਿਆ ਨਾ, ਤਾਂ ਮਾਨ ਖੁਦ ਕੈਨੇਡਾ ਤੋਂ ਵਾਪਸ ਨਹੀਂ ਜਾਊਗਾ। ਔਰ ਅੱਧੇ ਘੰਟੇ ਦੇ ਵਿੱਚ ਵਿੱਚ ਕਾਲੇ ਦਾ ਫੁੱਫੜ ਮੇਰੇ ਕਦਮਾਂ ਦੇ ਵਿੱਚ ਹੋਊਗਾ। ਬਸ ਨਿਕਲ ਗਿਆ ਮੂੰਹ। ਸ਼ਾਬਾਸ਼ ਸ਼ਾਬਾਸ਼, ਮਕਾ ਦਿਓ ਮਠਾਈਆਂ ਗੋਰਿਆਂ ਦੀਆਂ, ਇੱਕ ਵੀ ਟੋਕਰਾ ਭਰਿਆ ਨਹੀਂ ਲੈਣਾ ਚਾਹੀਦਾ। ਸ਼ਾਬਾਸ਼ ਹੈ ਤੁਹਾਡੇ ਸਰਦਾਰ। ਸਰਦਾਰ ਫੁੱਫਾ ਕੇਮ ਟੂ ਮੀ, ਹੀ ਵਾਸ ਵੈਰੀ ਐਕਸਾਈਟਡ, ਸਮਥਿੰਗ ਅਬਾਊਟ ਮਾਈ ਡਾਟਰ, ਆਈ ਡੋਨਟ ਨੋ ਵਾਟ ਇਟ ਵਾਸ, ਬਟ ਹੀ ਵਾਸ ਵੈਰੀ ਐਕਸਾਈਟਡ। ਓ ਓਏ, ਦੋਵੇਂ ਇਕੱਠੇ? ਓਏ ਨਾ ਹੋਵੇ, ਦੋ ਤਿੰਨ ਦਿਨ 'ਚ ਬਾਪੂ ਨੂੰ ਅੰਗਰੇਜ਼ੀ ਆ ਜਾਏ ਤਾਂ ਸਾਰੀ ਗੱਲ ਸਮਝ ਲੱਗ ਜੇ। ਤੇਰੇ ਤੇ ਕਾਲੇ ਸਿਆਂ ਚਾਰੇ ਪਾਸੇ ਤਾਰਾਂ ਨੰਗੀਆਂ, ਜਿੱਧਰ ਹੱਥ ਲਾਇਆ ਉੱਧਰ ਮੌਤ। ਮੈਨੂੰ ਲੱਗਦਾ ਬਾਪੂ ਨੂੰ ਸਮਝਾਉਣਾ ਪੈਣਾ ਕਿ ਰੂਪ ਨੂੰ ਇੱਥੇ ਛੱਡ ਜਾਈਏ। ਹੁਣ ਬਾਪੂ ਜੀ ਤੁਹਾਡੇ ਨਾਲ ਨਾ ਇੱਕ ਗੱਲ ਕਰਨੀ ਸੀ ਜੀ ਮੈਂ। ਉਹ ਤੁਸੀਂ ਨਾ ਇੱਧਰੋਂ ਥੋੜਾ ਜਿਹਾ ਦੂਰ ਹੀ ਰਿਹਾ ਕਰੋ ਜੀ, ਬਾਲਾ ਘੁੱਲ ਨਾ ਮਿਲਣਾ ਚਾਹੀਦਾ ਇੱਧਰ, ਤੇ ਨਾਲੇ ਤੁਹਾਨੂੰ ਨਾ ਮੈਂ ਅੱਜ ਬਾਹਰ ਲੈ ਕੇ ਜਾਣਾ ਕੈਨੇਡਾ ਦਿਖਾਉਣ। ਆਓ ਆਪਾਂ ਚੱਲੀਏ। ਕੋਈ ਨੀ, ਯਾਰ ਮੈਂ ਇੰਨੇ ਜਾਣਿਆਂ ਦੀ ਜ਼ਿੰਮੇਵਾਰੀ ਥੋੜਾ ਲੈ ਸਕਦਾ। ਕਿਉਂ ਬਾਪੂ ਜੀ, ਮੁੜ ਕੇ ਕੋਈ ਭੱਜ ਭੁੱਜ ਗਿਆ ਤੇ ਫੇਰ? ਲੈ ਆਏ ਕਿਵੇਂ ਭੱਜ ਜਾਣਗੇ? ਬਾਹਰ ਮਾਨ ਸਾਹਿਬ ਖੜਾ ਉਹ ਰਜਿਸਟਰ ਚੱਕੀ ਕੱਲੇ ਕੱਲੇ ਦੀ ਹਾਜ਼ਰੀ ਲਾਊ, ਮਰਦਾ ਮਰਜੂ ਪਰ ਕਿਸੇ ਨੂੰ ਭੱਜਣ ਨਹੀਂ ਦਿੰਦਾ। ਕਹਿੰਦੇ ਕੈਨੇਡਾ ਆ ਕੇ ਫਲਾਣਾ ਸੂ ਭੱਜ ਗਿਆ, ਫਲਾਣਾ ਸੂ ਭੱਜ ਗਿਆ। ਮੈਂ ਇੱਥੋਂ ਤੱਕ ਕਿਲੋਮੀਟਰ ਨਹੀਂ ਭੱਜਿਆ ਗਿਆ, ਨਾਲੇ ਹੁਣ ਮਾਨਾ ਹੋਰ ਨਹੀਂ ਭੱਜਣਾ। ਕੀ ਪਤਾ ਇਹ ਰਸਤਾ ਸਿੱਧਾ ਪੰਜਾਬ ਨੂੰ ਜਾਂਦਾ ਹੋਵੇ, ਕੋਈ ਪਤਾ ਨਹੀਂ ਹੁੰਦਾ ਮਾੜੀ ਕਿਸਮਤ ਦਾ। ਓਏ ਹੋਏ ਹੋਏ, ਉਹ ਤੁਹਾਡੀ ਓਏ, ਇੱਥੇ ਰੱਖ, ਕਿੰਨੀਆਂ ਉੱਚੀਆਂ ਉੱਚੀਆਂ ਇਮਾਰਤਾਂ ਨੇ, ਇੱਥੇ ਰੱਖ, ਕਿੱਡਾ ਸ਼ੀਸ਼ਾ ਥੱਪਿਆ ਹੋਏ, ਜੇ ਬੰਦਾ ਇੱਥੋਂ ਗਿਰ ਜਾਂਦਾ ਹੋਊ ਬਚਦਾ ਤਾਂ ਨਹੀਂ ਹੋਣਾ ਯਾਰ। ਪਰ ਮਾਨਾ ਜਾਣਾ ਕਿੱਥੇ ਹੈ, ਪਤਾ ਕਿੱਥੇ ਲਿਖਿਆ ਸੀ? ਇੱਧਰਲੀ ਜੇਬ 'ਚ। ਅੱਛਾ ਠੀਕ ਹੈ, ਯੈਸ, ਇੱਧਰੋਂ ਕਿਸੇ ਬੰਦੇ ਤੋਂ ਪਤਾ ਕਰਦੇ ਹਾਂ। ਚੱਲ ਸਾਰੇ ਪਿੰਡ 'ਚੋਂ ਚਵਾਰਾ ਉੱਚਾ ਜੱਤ ਦਾ ਸ਼ਰੀਕ ਥੱਲੇ ਲਾ ਤੇ ਵੱਲੀ ਹੈ ਇਹ ਵਿਦ ਮਾਈ ਨਿਊ ਕਾਰ। ਮੱਝੋ ਪਿੰਡ ਵਾਲੇ ਉਹ ਸੈਂਡ ਉਹ ਰਾਜੇ ਰਾਜੇ ਨਵੀਂ ਕਾਰ। ਹਾਂ ਬਈ ਰਾਜੇ ਵੀਰ ਜੀ, ਕੀ ਹਾਲ ਹੈ? ਗੁੱਡ ਬਾਈ, ਕਮਾਲ ਕਰਤੀ ਯਾਰ, ਤਾਂ ਪਿੰਡ ਦੇਖ ਲੈ, ਤੁਹਾਡੇ ਕੋਲ ਮਸੇ ਇੱਕ ਸਾਈਕਲ ਹੁੰਦਾ ਸੀ, ਉਹਦੇ ਵੀ ਕਾਠੀ ਥਾਂ ਦੇ ਉੱਤੇ ਕੱਪੜਾ ਬੰਨਿਆ ਹੁੰਦਾ ਸੀ। ਕਮਾਲ ਕਰਤੀ ਯਾਰ, ਨਵੀਂ ਕਾਰ ਲੈ ਕੇ ਰਾਜੇ ਵੀਰ ਜੀ। ਮੇਰੀ ਗੱਲ ਸੁਣ ਲਓ, ਕਾਠੀ ਕੋਠੀ ਦੀ ਗੱਲ ਨਹੀਂ ਕਰਨੀ, ਇੱਥੇ ਜੱਟ ਦੀ ਟੌਰ ਹੈ, 3 ਦਿਨ ਬਾਅਦ ਕਾਰ ਚੇਂਜ ਕਰੀ ਦੀ ਆ, 3 ਦਿਨ ਬਾਅਦ। ਲੈ ਯੋ, ਲਿਸਨ, ਡੋਨਟ ਲੀਨ ਔਨ ਮਾਈ ਟਰੱਕ ਬ੍ਰੋ। ਆਈ ਕਹਿੰਦਾ ਕਾਰ ਮੰਗਦਾ ਬਾਈ, ਦਾਰੀ
हैलो हाँ किधर इस हिसाब फिर तू तीन तीन दिन बाद नहीं तीन तीन मिनटा बाद कार बदलता होगा उत्थे साढ़े सारे पिंड के भुमक्कड़ कढ़े पे ने कहिंदे राजे ने जाओ और सारी कनेडा तिना महीने च कार ले ली ते फिर की करिए हजे छे महीने आए नूं नहीं होए होंदे तुहाडे अगे फोन कर कहिंदे आ भाई जी नवीं कार ना फोटो भेजो फिर आई भेजनी है हुण मेरी गल सुन जे आई गया ना भज के हुण भज के कम कर आ मेरा भी राजा चल आ पहला मैनूं सैर सपाटा करा के ते गोरियां मेमां छेमां दिखा यार ना इत्थे नानके आया मेरी गल सुन इत्थे छोटे तो लैके बजुर्ग तक सारे नूं कम करना पैंदा ले सौ खाओ ए लिख के दवां अच्छा जी हुण मान साहब भी कम कर रहे हैं ओ चल ओ लै भी माना सारे शीशे फिर का फिर ड्राइवे अज तू ही हिसाब करना है लग जा मेरा वीर कम ते हेलो इन्ना कम ये तो कुछ भी नहीं भाई इतने तो इन्ना कम करना पैंदा कि कम करते करते बंदे नूं ऐ लगदा मैं गोरा हो गया गोरा नहीं होया हुंदा धोले आ गए हुंदे है हैं लग जा मेरा वीर कम ते चलो इन्ना कम मान साहब करनगे करना ही पैना है इत्थे केड़ा कोई देखदा चलो हुण करना किवें है अच्छा अच्छा आता समझ गया मैं लै भी माना कमाल है यार ਇਹ ਜਿਹਾ ਸ਼ੀਸ਼ਾ ਸਾਡੇ ਪਿੰਡੋਂ ਦਾ ਲੋਕਾਂ ਨੇ ਮੱਥੇ ਟੇਕ ਟੇਕ ਕੇ ਕਮਲੇ ਹੋ ਜਾਣਾ ਸੀ ਮੈਂ ਨਹੀਂ ਰਹਿਣਾ ਯਾਰ ਇਹ ਜਿਹਾ ਓਏ ਇੱਥੇ ਬੰਦੇ ਦਾ ਕੀ ਸ਼ੀਸ਼ੇ ਨਹੀਂ ਨੇੜੇ ਲੱਗਣ ਦਿੰਦੇ ਮਾਨ ਸਾਹਿਬ ਇੱਜ਼ਤ ਨਾਲ ਦੁਬਾਰੇ ਵਾਪਸ ਵਿਆਹ ਦੇ ਵਿੱਚ ਹੀ ਚਲੋ Julia will be very happy in Punjab. It's so beautiful and peaceful. I've been there, remember? Oh, thode aun to baad hoya ji. I mean, when you come here na, now very peaceful. Very peaceful. Ke mere aa bhair. Right. Peaceful. Thank you. ਕਤੋਂ ਲੈ ਯਾਰ ਨਾਲ ਪਹਿਲੇ ਤੋੜਦੀ ਅੰਗੂ ਮਹਿਕਾਂ ਛੱਡਦੀ ਜਾਂਦੀ ਆ ਓਏ ਓਏ ਆ ਕੀ ਕੀਤਾ ਓ ਆ ਕੀ ਕੀਤਾ ਤੂੰ ਪੁੱਠੀ ਪੱਗ ਬੰਨਣ ਵਾਲਿਆ ਫੈਰ ਕੀਤਾ ਫੈਰ ਇੱਥੇ ਕਿਹੜਾ ਕੁਝ ਨਿਕਲ ਲੱਗਿਆ ਕਾਲੇ ਪਿੱਤੇ ਆਪਣਾ ਹੀ ਵਾਲਾ ਮੋਰ ਮਰ ਗਿਆ ਓਏ ਮੈਥੋਂ ਉਹ ਮੋਰ ਨਹੀਂ ਆ ਡੋਰੇਮੋਨ ਆ ਉਹ ਡੋਰੇਮੋਨ ਨਹੀਂ ਸਪਾਈਡਰਮੈਨ ਆ ਹਾਂ ਉਹੀ ਇਹ ਕਿਹੜਾ ਮਾਨ ਆ ਕਿਹੜਾ ਗਾਣਾ ਇਹਦਾ ਉਹ ਸਿੰਗਰਾਂ ਤੋਂ ਅੱਗੇ ਵੀ ਦੁਨੀਆ ਹੁੰਦੀ ਆ ਕਾਰਟੂਨ ਹੁੰਦੇ ਆ ਇਹ ਅੱਛਾ ਉਹ ਤੁਸੀਂ ਥੋੜਾ ਉੱਚਾ ਨਹੀਂ ਉੱਡ ਸਕਦੇ ਓਏ ਉਹ ਉੱਡ ਗਿਆ ਫਿਰ ਫੋਕਾ ਨਿਕਲ ਗਿਆ ਫਿਰ ਉਹ ਤੂੰ ਬੰਦੂਕ ਇਧਰ ਫੜਾ ਓਏ ਉਹ ਮਸਾ ਮਸਾ ਗੱਲ ਬਣ ਲੱਗੀ ਸੀ ਪਿਆਜੀ ਤੋਤਾ ਬਣਿਆ ਰੇ ਨੰਮਰਾ ਤੇਰੇ ਕੋ ਓਏ ਰਾਮਰ ਓਏ ਕਾਸੇ ਜੋ ਗਾਣੀ ਛੱਡਿਆ ਓਏ ਤੁਸੀਂ ਉਹਦੇ ਪ੍ਰਤਾਪ ਸਿੰਘ ਪੁੱਛ ਵਾਲੇ ਨੂੰ ਰੱਬਾ ਮੈਨੂੰ ਕਹਿ ਜਾ ਮੌਕਾ ਦੇ ਦੇ ਵੀ ਇਹਨਾਂ ਦੀ ਭੈਣ ਨੂੰ ਛੱਡਦਾ ਮੇਰੀਆਂ ਮਿਹਨਤਾਂ ਕਰਦੇ ਫਿਰਨ ਫਿਰ ਜੀਜਾ ਜੀ ਰੱਖ ਲੋ ਜੀਜਾ ਜੀ ਰੱਖ ਲੋ ਉਹ ਚੜ ਕੇ ਜਨ ਪੰਜਾਬ ਤੋਂ ਕੈਨੇਡਾ ਵਿੱਚ ਆਇਆ ਉਹ ਬਦਲਾ ਲੈ ਲਈ ਗੁਰਜੰਟ ਸਿਆ ਜੇ ਮਾਂ ਦਾ ਜਾਇਆ ਓਏ ਅੱਜ ਤਾਂ ਬਦਲਾ ਲਊਗਾ ਇਨਾ ਬਦਲਾ 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 ਓਏ ਬਦਲਾ 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 ਕਿੱਧਰ ਲੰਘੀ ਮੱਲਾ ਤਾਂ ਇੱਥੇ ਹੋ ਐਨਾ ਚਾਤੀ ਐਨਾ ਐਨਾ ਮੇਰੀ ਡਾਰਲਿੰਗ ਮੇਰੀ ਗੁੱਗਲੋ ਮੁਗਲੋ ਕਿੱਥੇ ਹੈ ਤੂੰ ਉੱਧਰ ਉਹ ਬਲਾਡੇ ਵਾਲਿਆ ਦਾਰੂ ਪੀ ਰੱਖੀ ਹੈ ਤੈਂ ਉਹ ਮੈਂ ਮੁਮਤਾ ਨਹੀਂ ਛੇੜਦੀ ਜਿਹੜਾ ਬੰਨ ਰੱਖਿਆ ਇਹਨਾਂ ਨੇ ਉਹ ਖੜ ਜਾ ਖੜ ਜਾ ਉਹ ਤੂੰ ਫੁੱਫੜ ਦੇ ਡਾਂਗ ਮਾਰਤੀ ਉਹ ਜੋ ਸਾਹਮਣੇ ਪਿਆ ਸੀ ਮਾਰਤਾ ਇਹ ਕੋਈ ਸੈਂਸ ਥੋੜਾ ਹੁੰਦੀ ਆ ਸੋਚਿਆ ਨਾ ਕਰੇ ਨਾ ਲੈ ਅੱਜ ਤਾਂ ਤੈਨੂੰ ਮਾਰਿਆ ਕੱਲ ਨੂੰ ਮੇਰੇ ਗਲਾਵੇ ਤੱਕ ਵੀ ਹੱਥ ਪਾਉਣ ਦੀ ਕੋਸ਼ਿਸ਼ ਕਰਨਗੇ ਲੈ ਐ ਕਿਵੇਂ ਕਰਨਗੇ ਮੈਂ ਜਿਉਂਦਾ ਬੈਠਾ ਮਰਿਆ ਤਾਂ ਨਹੀਂ ਅਜੇ ਭੱਲੇ ਓਏ ਪ੍ਰਾਹੁਣਿਆ ਫੁੱਫੜਾ ਡੋਜ ਮੁੱਗੀ
की गल फीम खादी है प्रोणे तैं नहीं यार डांग चाचे नूं दस्ता ले मैनूं तां हुण सारा पता है सारा कुछ दस्या मैनूं दस्ता फिर देख पहला तुम बहु कुट लिया मैनूं हुण कितें बंदूक ना चलांदी साडे दोहां ते सलामत शेर अपना चाचा ते फुफड़ पता नहीं किथे गए पर मैं इस मुल्क च किसे नूं भजन नहीं देना ओए अंदर की है ओए फिर मेरी लाश तो लंघना पऊगा ਵੀਰੇ ਦੱਸ ਯਾਰ ਕਮਾਲ ਕਰਦਾ ਤੂੰ ਸਵੇਰ ਦੇ ਚਾਚਾ ਤੇ ਫੁੱਫੜ ਨਹੀਂ ਮਿਲ ਰਹੇ ਪਤਾ ਨਹੀਂ ਕਿੱਥੇ ਗਏ ਰਹੇ ਯਾਰ ਪਰ ਯਾਰ ਅੰਦਰ ਕੀ ਹੈ ਚਾਚਾ ਤੇ ਫੁੱਫੜ ਅੰਦਰ ਆ ਮਿਲਾਉਣ ਦੇ ਨਾਲ ਓਏ ਓਏ ਤੂੰ ਛੱਡ ਚਾਚਾ ਅੰਦਰ ਹਾਂ ਮੇਰੇ ਨਾਲ ਮਜ਼ਾਕ ਉਹ ਭਲਾ ਇੱਥੇ ਕੀ ਕਰਦੇ ਹੋਣਗੇ ਚਾਚਾ ਤੇ ਫੁੱਫੜ ਅੰਦਰ ਨਾਲੇ ਹੋਰ ਉਹ ਅੰਦਰ ਹੀ ਆ ਮਿਲਾ ਦੇ ਨਾ ਤੂੰ ਛੱਡ ਇੱਕ ਮਿੰਟ ਆ ਜਾਂਦਾ ਯਾਰ ਉਹ ਆ ਦੇ ਸੀ ਫੁੱਫੜ ਵੀ ਅੰਦਰ ਓਏ ਓਏ ਹੈਲੋ Ah, you found it. The fella on the horse, that's my father. Eh, mera babu. Maybe, but the guy on the horse, my father. Mera babu. Yeah, well, okay, but this guy, the guy in charge, the guy with the stick, my pop. Tera babu kode ditte mera babu bichara, eda matlab tere babu ne ਮੇਰੇ ਬਾਪੂ ਨੂੰ ਮਾਰਿਆ ਤੇਰੇ ਬਾਪੂ ਨੇ ਮੇਰੇ ਬਾਪੂ ਨੂੰ ਮਾਰਿਆ ਓਏ ਕਾਲੇ ਓਏ ਰੂਪ ਕਿੱਥੇ ਮਰ ਗਏ ਆ ਇਧਰ ਆ ਜਲਦੀ ਜਲਦੀ ਆ ਹਾਂਜੀ ਬਾਪੂ ਜੀ ਇਹਦੇ ਪਿਓ ਨੇ ਮੇਰੇ ਬਾਪੂ ਨੂੰ ਮਾਰਿਆ ਕਾਲਿਆ ਇਹ ਆਪਣੇ ਬਾਪੂ ਜੀ ਨੇ ਮੈਂ ਪਹਿਲਾਂ ਦੇਖੇ ਨਹੀਂ ਕਦੇ ਬਕਵਾਸ ਬੰਦ ਕਰਾ ਕਾਲੇ ਜਾ ਫਿਰ ਇਹ ਵਿਆਹ ਨਹੀਂ ਹੋਣਾ ਉਹ ਇਹ ਕੀ ਕਹਿਤਾ ਬਾਪੂ ਜੀ ਤੁਹਾਨੂੰ ਕੀ ਲੱਗਦਾ ਤੁਸੀਂ ਇੱਥੋਂ ਨਾ ਕਰਕੇ ਚਲ ਗਏ ਤੇ ਪਿੰਡ ਵਾਲੇ ਮੰਨ ਜਾਣਗੇ ਜੇ ਇੱਥੋਂ ਖਾਲੀ ਹੱਥ ਵਾਪਸ ਚਲ ਗਏ ਨਾ ਪਿੰਡ ਬਹੁਤ ਬੇਇੱਜ਼ਤੀ ਹੋਣੀ ਆ ਕਿਸੇ ਨੇ ਨਹੀਂ ਮੰਨਣਾ ਕਿ ਆਪਾਂ ਨਾ ਕਰਕੇ ਆਏ ਆ ਸਾਰਿਆਂ ਨੇ ਕਹਿਣਾ ਗੋਰਿਆਂ ਨੇ ਬੇਇੱਜ਼ਤੀ ਕਰਕੇ ਕੱਢਦੇ ਹੋਣੇ ਆ ਤਾਂ ਇਹ ਬਿਸ਼ ਨੇ ਹਰੀ ਟਰਾਲੀਆਂ ਭਰ ਭਰ ਛੱਡਣ ਆਏ ਕੋਈ ਇੱਜ਼ਤ ਨਹੀਂ ਰਹਿਣੀ ਪਿੰਡ 'ਚ ਬਾਕੀ ਤੁਹਾਡੀ ਮਰਜ਼ੀ ਆ ਜੀ ਉਹ ਇੱਕ ਤਾਂ ਇੱਜ਼ਤ ਨੇ ਮਾਰ ਲਿਆ ਮੈਨੂੰ ਹੁਣ ਕਿਵੇਂ ਸੰਭਾਲੇਗਾ ਉਹ ਤੂੰ ਫਿਕਰ ਨਾ ਕਰ ਇਹ ਤੇ ਮੇਰੇ ਖੱਬੇ ਹੱਥ ਦਾ ਕੰਮ ਹੈ ਨਾਲੇ ਅਰਕੇ ਹੱਥ ਵੀ ਖੱਬਾ ਹੀ ਹੈ ਚੁੱਪ ਸ਼ਰਾਬ ਤੇਰੇ ਲਈ ਹਲੇ ਵੀ ਮਜ਼ਾਕ ਹੀ ਚੱਲ ਰਿਹਾ ਹੈ ਸਭ ਦੇ ਇਮੋਸ਼ਨਸ ਨਾਲ ਖੇਡ ਰਿਹਾ ਹੈ ਇਨਸਾਨ ਹੈ ਕਿ ਪੱਥਰ ਮਾਈ ਮਮ ਵਾਸ ਰਾਈਟ ਅਬਾਊਟ ਆਲ ਆਫ ਯੂ ਆਮ ਨਾਟ ਗੋਇੰ ਟੂ ਟਰਸਟ ਐਨੀ ਆਫ ਯੂ ਯੂ ਸੱਚ ਅ ਲਾਇਰ ਡੋਨਟ ਐਵਰ ਟਾਕ ਟੂ ਮੀ ਅਗੇਨ Pretty sure Alicia didn't mean anything she said, and I wanted to thank you for helping me and Roop out. It really means a lot to me. It's all right. Good. Thanks. I'm sorry. I'm sorry. I know tu galt nahi hai. Par tarika galt hai.
ओके तू सब संभाल लेगा आई एम सॉरी कमाल है मैं सॉरी कह रही हूं जवाब ही नहीं दिंदा एटीट्यूड मुंडा आकड़ गया लगता है मैनू पता ही नहीं सी कि आप जी ते कोई गल असर कर दी होनी है चलो ओके हुन मैं वाला च भी हाथ नहीं मार सकती फिर तू कहेगा तुसी वाला च हाथ मारिया मैनू प्यार हो गया बाल्टी नाल चन चढ़ावेगा हो ना होए प्यार तेरे दा असर है मैनू आज तक याद है वो गल दिल जो मेरा चैन जरा भी पावे खुदा की कसम हम झूठ नहीं बोल रहे Everything all right? Yeah, it's fine, Julia. कुछ ठीक नहीं हैगा। नाले तू मेरे बुलावी ना। ओ कोई चाय पिला दो। मैं ना आप ही बनोनी हूँ। ये तो जमा खाने खाने की बात है। मेरी कुड़ी तो दूर रही। पेंटू जा। आप चाय जी खाने वादे पहुँचे। ते पेंटू मेनू केंदे। नाले तू उदा ते बहुत सच्ची बनी रहनी है। हुण शर्यामी झूठ इस टाइम मम्मी का मूड ठीक नहीं सी ते मैं भी मूडा ही पट्टिया पर तू फिक्र ना कर मैं कर दूं ठीक सारा कुछ हाँ
ਸੰਭ ਲੈਣਾ ਹੈ। ਕੀ ਹੋ ਗਿਆ ਤੁਹਾਡੀ ਅਣਖ ਨੂੰ? ਸੱਜਤ ਨੇ ਮਾਰ ਲਿਆ ਮੈਨੂੰ ਇੱਕ ਤਾਂ। What? You gonna hit me with a stick? Sticks? No, no, not you, not you. Tiger, huh? Tiger. Okay, ਕੀ ਕਹਿੰਦਿਆ ਤੁਹਾਨੂੰ? Snake, snake, snake. Oh, supper. Where? Where? Get. He know, he know. Let me ask. ਪਾਪੂ ਜੀ, ਇਹਨਾਂ ਨੇ ਸਾਰਿਆਂ ਦੇ ਸਾਹਮਣੇ ਡਾਂਗਾ ਮਾਰੀਆਂ ਸੀ, ਆਪਾਂ ਵੀ ਸਾਰਿਆਂ ਦੇ ਸਾਹਮਣੇ ਡਾਂਗਾ ਮਾਰਾਂਗੇ। ਵਿਆਹ ਲੈਣ ਦੋ। Why are you whispering? Snakes don't have ears. Even he don't have ears. ਪਾਪੂ ਜੀ, ਮੈਂ ਤਾਂ ਕਹਿੰਦਾ ਡਾਂਗ ਤੇ ਕੋਕੇ ਲਾਉਂਦੇ ਆ, ਡਾਂਗ ਵੱਖਰੀ ਵੱਜੂਗੀ, ਕੋਕੇ ਵੱਖਰੇ ਚੁਬਣ ਗਏ। ਗੱਲਾਂ ਮੈਨੂੰ ਤੇਰੀਆਂ ਠੀਕ ਤੇ ਨਹੀਂ ਲੱਗਦੀਆਂ, ਪਰ ਚੰਗੀਆਂ ਜ਼ਰੂਰ ਲੱਗਦੀਆਂ ਤੈਨੂੰ ਤਾਂ। ਚੰਗੀਆਂ ਵੱਲ ਸੋਚੋ ਨਾ, ਠੀਕ ਤੇ ਆਪਾਂ ਬਚ ਕਰ ਹੀ ਲੈਣੀਆਂ। ਸੋਚੋ ਜਦੋਂ ਸਾਰਿਆਂ ਦੇ ਸਾਹਮਣੇ ਆਪਾਂ ਗੋਰੇ ਤੇ ਟਾਂਕਾ ਮਾਰੀਆਂ, ਕੀ ਹੋਊਗਾ? ਤੁਸੀਂ ਆਰਾਮ ਨਾਲ ਜਾ ਕੇ ਬਹਿ ਕੇ ਸੋਚੋ ਸਵੇਰ ਬਾਰੇ। ਮੈਂ ਟਾਂਗ ਤੇ ਲਾਉਣ ਲਈ ਕੋਕੇ ਲੈ ਕੇ ਆਉਣਾ। ਡੋਨਟ ਵਰੀ, ਈਵਨ ਹੀ ਡੋਨਟ ਨੋ ਵੇਅਰ ਇਜ਼ ਸਨੇਕ। ਸਲੀਪ, ਸੌਰੀ ਰੱਬਾ, ਮੈਂ ਇਕੱਲਾ ਹੀ ਸਾਰਾ ਕੁਝ ਸਾਂਭ ਲਿਆ ਨਾ, ਤੇਰਾ ਵੀ ਕੋਈ ਫਰਜ਼ ਬਣਦਾ, ਸਾਂਭ ਲੈ ਇੱਕ ਦਿਨ। ਵਿੱਚ ਖੋਈ ਸੱਜਣਾ ਵੇ ਤੇਰੀ ਹੂ ਵੇ, ਕਿਉਂ ਤੜਫਾਵੇਂ ਜਾਨ ਨੂੰ, ਕਿਉਂ ਬੈਠਾ ਏ ਦੂਰ, ਕਿਉਂ ਬੈਠਾ ਗੋਰੇ ਰਜਾ ਦੇਣੇ ਅੱਜ ਆਪਾਂ ਸੁੱਟ ਸੁੱਟ ਬਿਲਕੁਲ ਡਰ ਲੱਗਦੀ ਮੇਰੇ ਬਾਪੂ ਦੀ। ਅੱਛਾ, ਪੂਰੀ ਗੱਲਬਾਤ ਹੈ? ਤੇਰਾ ਡਾਂਗ ਫੜਾ ਗਾ ਉਹਨੇ, ਗੱਲਬਾਤ ਦਾ ਬੱਚਾ। ਅੱਛਾ ਜੀ, ਆ ਗੱਲ ਸੁਣ, ਉਹ ਤੇਰੇ ਫੁੱਫੜਾਂ ਦਾ ਲੁੰਗ ਲੈਣਾ ਕਿੱਥੇ ਆ? ਬੁਲਾ ਉਹਨਾਂ ਨੂੰ ਭਾਈ, ਉੱਥੇ ਲੈ ਕੇ ਚੱਲੀਏ। ਉਹ ਛੱਡੋ ਜੀ, ਪਰ ਉਹਨਾਂ ਨੂੰ ਕੀ ਲੈ ਕੇ ਜਾਣਾ, ਗੱਲ ਗੱਲ ਤੇ ਰੁੱਸ ਪੈਂਦੇ ਹੋ, ਮੁੜ ਕੇ ਐਵੇਂ ਵਿਆਹ ਦਾ ਮਾਹੌਲ ਖਰਾਬ ਕਰਨਗੇ। ਕੋਈ ਗੱਲ ਨਹੀਂ, ਤੂੰ ਉਹਨਾਂ ਨੂੰ ਬੋਲਣ ਦੇਣਾ, ਮੂੰਹ ਬੰਦ ਕਰਕੇ ਰੱਖੀ, ਜਾ ਲੈ ਗਿਆ, ਜਾ ਛੇਤੀ ਆ ਜੀ, ਛੇਤੀ ਆ ਜੀ। ਮੈਂ ਕਹਿੰਦਾ ਮੂੰਹ ਤਾਂ ਪਹਿਲਾਂ ਹੀ ਬੰਨਿਆ ਜੀ, ਕਿਤੇ ਖੁਲਾ ਨਾ ਲੈ ਹੁਣ। ਚੜਨ ਵਾਲੀ ਹੈ, ਉਹਦਾ ਪ੍ਰਤਾਪ ਸਿੰਘ ਭੁੱਚੋ ਵਾਲੇ ਬਿਨਾਂ ਪੈਰ ਕੀਤੇ ਜੰਨ ਕਿਵੇਂ ਚੜ ਜਾਣਗੇ? ਇਧਰੋਂ ਇਧਰੋਂ ਛੱਡਦੀ ਹੈ, ਪਹਿਲੇ ਤੋੜਦੀ, ਮੈਂ ਕਾਂ ਬਣ ਗਈ ਗੱਲ। ਕਨੇਡੇ ਅੱਗ ਦਾ ਸਵਾਦ ਆ ਗਿਆ। ਉਹ ਕਾਲੇ,
ਹਾਂਜੀ ਉਹ ਆਪਾਂ ਲੇਟ ਹੋਈ ਜਾਂਦੇ ਕਦੋਂ ਚੱਲਣਾ ਹੈ ਉਹ ਤੁਸੀਂ ਵੀ ਜਾਣਾ ਜੀ ਉੱਥੇ ਹਾਲੇ ਤਾਂ ਗੋਰਿਆਂ ਦੇ ਤਰੀਕੇ ਦਾ ਵਿਆਹ ਹੈ ਉੱਥੇ ਬਜ਼ੁਰਗ ਨਹੀਂ ਜਾ ਸਕਦੇ ਹੁੰਦੇ ਕਿਉਂ ਨਹੀਂ ਜਾ ਸਕਦੇ ਉਹ ਕਿਵੇਂ ਸਮਝਾਵਾਂ ਜੀ ਤੁਹਾਨੂੰ ਹੁਣ ਉਹ ਨਾ ਪਰਿਵਾਰਕ ਜਿਹਾ ਨਹੀਂ ਹੁੰਦਾ ਨਾ ਜੀ ਉਹ ਉੱਥੇ ਮੁੰਡਾ ਕੁੜੀ ਆਪਸ ਦੇ ਵਿੱਚ ਉਹ ਸਾਨੂੰ ਸਭ ਪਤਾ ਉਹ ਕੀ ਕਰਦੇ ਆ ਅਸੀਂ ਤਾਂ ਜਾਵਾਂਗੇ ਜਾਵਾਂਗੇ ਅਸੀਂ ਵੀ ਜਾਵਾਂਗੇ ਕੈਨੇਡਾ ਵਿਆਹ ਦੇਖਣ ਆਏ ਆ ਸ਼ੁਕਰ ਹੈ ਬੁੜੀਆਂ ਨਹੀਂ ਆਈਆਂ ਕੋਈ ਨਹੀਂ ਭਤੀ ਤੈਨੂੰ ਤਾਂ ਚੜਾਉਣਾ ਅੱਜ ਘੋੜੀ ਆ ਜਾ ਮੇਰੇ ਨਾਲ ਦੇਖਦਾ ਕੀ ਕਰਦਾ ਓਏ ਕਿਧਰ ਓ ਮੱਲਾ ਤੈਨੂੰ ਕੀ ਲੱਗਦਾ ਵੀ ਅਸੀਂ ਨਾ ਕਾਲੇ ਤੈਨੂੰ ਕੀ ਲੱਗਦਾ ਤੂੰ ਕੱਲਾ ਸਾਨੂੰ ਤਿੰਨਾਂ ਨੂੰ ਰੋਕ ਲੇਗਾ ਹਾਂ ਰੋਕ ਲੂੰਗਾ ਲੈ ਰੋਕ ਕੇ ਦਿਖਾ ਫਿਰ ਤੂੰ ਕਿਧਰ ਮੈਨੂੰ ਵੀ ਭੱਜਣਾ ਹੀ ਪੈਣਾ ਨਾ ਤੈਨੂੰ ਮੇਰੇ ਤੋਂ ਸਾਰਾ ਕੁਛ ਲੁਕਾਉਂਦੇ ਨੂੰ ਸ਼ਰਮ ਨਹੀਂ ਆਈ ਉਹ ਇਹਨਾਂ ਗੱਲਾਂ ਨੂੰ ਛੱਡ ਜੇ ਇਹਨਾਂ ਨੇ ਬਾਪੂ ਨੂੰ ਦੱਸਤਾ ਨਾ ਜਾ ਕੇ ਤੇ ਬਾਪੂ ਨੇ ਮੈਨੂੰ ਗੋਲੀ ਮਾਰ ਦੇਣੀ ਆ ਬਕਵਾਸ ਬੰਦ ਕਰ ਓਏ ਐਡਾ ਵੱਡਾ ਝੂਠ ਤੇ ਉਹ ਵੀ ਮੇਰੇ ਨਾਲ ਮੇਰੀ ਪਰਵਰਿਸ਼ ਵਿੱਚ ਕੀ ਕਮੀ ਰਹਿ ਗਈ ਸੀ ਕੀ ਕਮੀ ਰਹਿ ਗਈ ਸੀ ਕਿ ਤੂੰ ਸਾਰੀ ਦੁਨੀਆ ਦੇ ਸਾਹਮਣੇ ਮੈਨੂੰ ਜ਼ਲੀਲ ਕੀਤਾ ਹੈ ਬੋਲ ਬੋਲ ਓ ਛੱਡੋ ਬਾਪੂ ਜੀ ਸਗੋਂ ਯਬ ਕਿਆ ਵਿੱਚੋਂ ਐ ਕਰੋ ਅਬਦਾ ਲੀੜਾ ਕਪੜਾ ਚੱਕੋ ਚੱਲ ਕੇ ਖੇਤੀ ਪੱਤੀ ਸਾਂਭੀਏ ਕਿਉਂ ਪੁਚੋਲਿਆ ਬਕਵਾਸ ਬੰਦ ਕਰ ਓਏ ਪ੍ਰਾਉਣਿਆ ਨਾਜਰ ਸਿੰਘ ਨੇ ਜ਼ਬਾਨ ਦਿੱਤੀ ਏ ਤੇ ਉਹ ਵੀ ਸਾਰੇ ਪਿੰਡ ਦੇ ਸਾਹਮਣੇ ਮੈਂ ਰੂਪ ਨੂੰ ਵਿਆਹਣ ਆਇਆ ਸੀ ਤੇ ਵਿਆਹ ਕੇ ਲੈ ਕੇ ਜਾਵਾਂਗਾ ਗੋਰੀ ਨੂੰ ਆਪਣੀ ਨੂੰ ਬਣਾ ਕੇ ਲੈ ਕੇ ਜਾਵਾਂਗਾ ਸਮਝੇ ਅਲੀਸ਼ਾ ਵਾਟ ਸੀ ਆਨ ਅਬਾਊਟ Uncle, he's saying after the wedding, he's going to take Julia with him to India to live. Absolutely impossible. Come on. Ah, gari maa de bacche. Huh? Tu meri noonu nahi le ja sakda. Roop, I'm warning you. Get out of here, otherwise I'm calling the police. Ki kya pulis? Pulis di gal karda? Ya bula pulis nu? Yeah, police. Get out! ਬਾਪੂ ਜੀ ਜੋ ਹੋਣਾ ਸੀ ਹੋ ਗਿਆ ਇੱਥੇ ਰੋਲਣ ਦਾ ਕੋਈ ਫਾਇਦਾ ਆਪਾਂ ਨੂੰ ਸਾਰੇ ਬੰਦੇ ਏਅਰਪੋਰਟ ਪਹੁੰਚ ਗਏ ਚਲੋ ਆਪਾਂ ਵੀ ਚੱਲੀਏ ਬਣਦਾ ਆਪਣਾ ਜਾਣਾ ਉੱਥੇ ਕਿਉਂ ਕਹਾਂ ਫਾਇਰ ਕਰਕੇ ਆਏ ਨੇ ਵੀ ਜਾਣਾ ਬਣਦਾ ਕੀ ਮੂੰਹ ਦਿਖਾਉਣਗੇ ਉੱਥੇ ਜਾ ਕੇ ਹੈ ਮੈਂ ਤਾਂ ਕਹਿੰਦਾ ਇੱਥੇ ਕਿਤੇ ਉਰਾਂ ਪਰਾਂ ਹੋ ਜਾਣਾ ਮੈਂ ਭੱਜ ਕੇ ਦੇਖ ਲਿਆ ਸੀ ਕੱਖ ਨਹੀਂ ਬਣਨਾ ਆਪਣਾ ਕੰਮ ਕਰਨਾ ਪੈਂਦਾ ਇਹਨਾਂ ਮੁਲਕਾਂ 'ਚ ਉਹੀ ਆਪਾਂ ਨੂੰ ਆਉਂਦਾ ਨਹੀਂ ਆਪਾਂ ਤਾਂ ਵਾਪਸੀ ਜਾਣਾ ਪੈਣਾ ਪੰਜਾਬ ਹੀ ਸਾਹਮੂ ਆਪਾਂ ਨੂੰ ਨਹੀਂ ਸਰਦਾਰ ਨਾਜਰ ਸਿੰਘ ਨੇ ਆਪਣੀ ਜ਼ੁਬਾਨ ਦਿੱਤੀ ਹੈ ਤੇ ਹੁਣ ਇਹ ਆਪਣੇ ਸਾਰਿਆਂ ਦੀ ਇੱਜ਼ਤ ਦਾ ਸਵਾਲ ਹੈ ਜੈ ਤੋਂ ਵਾਲਿਆ ਤੇਰੀ ਇੱਜ਼ਤ ਦਾ ਸਵਾਲ ਹੈ ਪੁੱਛੋ ਵਾਲਿਆ ਤੇਰੀ ਵੀ ਇੱਜ਼ਤ ਦਾ ਸਵਾਲ ਹੈ ਤੇ ਭਤੀਜ ਤੇਰੀ ਵੀ ਇੱਜ਼ਤ ਦਾ ਸਵਾਲ ਹੈ ਤੁਸੀਂ ਰਹਿਣ ਦਿਓ ਝੂਠੇ ਹੋ ਓਕੇ ਬਾਏ ਲਵ ਯੂ ਲਵ ਯੂ ਬਾਪੂ ਜੀ ਜੂਲੀਆ ਨਾਲ ਗੱਲ ਹੋ ਗਈ ਮੇਰੀ ਉਹ ਸਾਡੇ ਨਾਲ ਜਾਣ ਲਈ ਰੈਡੀ ਆ ਮੰਨ ਗਈ ਜੱਟੀ ਮੈਂ ਤੇ ਪਹਿਲਾਂ ਹੀ ਕਹਿੰਦਾ ਸੀ ਗੱਲ ਬਣ ਜਾਣੀ ਆ ਫਫੜਾ ਮੈਂ ਕਹਿੰਦਾ ਕਿਸੇ ਕੋਲੇ ਜੇ ਫੋਨ ਹੈਗਾ ਤਾਂ ਇਹਨਾਂ ਨਾਲ ਵੀ ਗੱਲ ਕਰੀ ਲਓ ਵਿੱਚ ਹੀ ਮੇਰਾ ਤੋਂ ਪਪਰਿਆ ਜਾਊ ਮੈਂ ਤਾਂ ਕਹਿੰਦਾ ਚਾਚਾ ਤੂੰ ਰਹਿ ਨਹੀਂ ਦੇ ਤੇ ਤੂੰ ਇੰਨਾ ਸਮਾਨ ਸਾਂਭਿਆ ਨਹੀਂ ਜਾਣਾ ਸੁਣੋ ਓਏ ਤੁਸੀਂ ਸਾਰੇ ਹਵਾਈ ਅੱਡੇ ਚੱਲੋ ਮੈਂ ਆਪਣੀ ਨੂੰਹ ਨੂੰ ਲੈ ਕੇ ਆਉਣਾ ਚੱਲ ਪੁੱਤਰਾ ਜਰਾ ਓ ਪਰ ਇਹਦੇ ਨਾਲ ਕੋਈ ਸਿਆਣਾ ਬੰਦਾ ਤਾਂ ਹੈ ਨਹੀਂ ਐਂ ਕਰ ਕਾਲੇ ਤੂੰ ਚੱਲ 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 ਥੈਂਕ ਯੂ
up, baby? What? Shut up. Don't be scared. Grab her purse. Let go! Let go! Come on. Come on. Let go of me! Let go! Get out of here, old man! Be a hero? Just let her go. Give me the purse. Back off. Give me the purse. I said give me the damn purse. Come on, hurry up. I'll blow her brains out. Papuji. Give me the purse. Okay. ਤੁਸੀਂ ਮੇਰਾ ਖੂਨ ਗੋਰੇ ਨੂੰ ਦੇ ਰਹੇ ਹੋ? ਤੁਹਾਨੂੰ ਸ਼ਰਮ ਨਹੀਂ ਆਉਂਦੀ? ਨਹੀਂ ਨਹੀਂ ਬਾਪੂ ਜੀ, ਉਲਟਾ ਗੋਰੇ ਦਾ ਖੂਨ ਤੁਹਾਨੂੰ ਦੇ ਰਿਹਾ ਜੀ। ਕੀ ਕਿਹਾ? ਹਾਂਜੀ, ਗੋਰੇ ਦਾ ਖੂਨ ਤੁਸੀਂ ਮੇਰੇ ਚ ਪਾਤਾ, ਇਹਨੂੰ ਹੁਣ ਕੱਢੋ। ਨਾ ਹੁਣ ਬਾਲਟੀਆਂ ਚੱਕ ਚੱਕ ਕੱਢ ਲਈਏ। ਮੇਰਾ ਮਤਲਬ ਮਜਬੂਰੀ ਨੂੰ ਲੈਣਾ ਪਿਆ, ਤੁਹਾਡੀ ਨਸਲ ਦਾ ਖੂਨ ਕਿਸੇ ਤੋਂ ਮਿਲਦਾ ਨਹੀਂ ਸੀਗਾ, ਤਾਂ ਮਾਸੜ ਜੀ ਉਹਨਾਂ ਤੋਂ ਲਿਆ। ਚੁੱਪ ਕਰ। Listen, I know how angry you've been with me. Albert saab keh rahe ne ki thode gusse da mainu andaaza hai. And you're right. From the beginning assi ta thode te raaj kita, thonu takleefan dittiyan, par ode bawajood tusi Julia vaste apni zindagi daa te laati. I'm sorry. Main thode to dilo maafi mangda. Mainu maaf kar deyo. I think that she'll be well protected with you and your family. I think she should go, really. You should take her. Honest. Ki kehnda hai? Bapu ji thode to maafi mang reha ji, naale kehnda meri kudi nu utthe leke chal jao paave. Tu chup reh. Jhootha na hove kise thaan da. Tiye tu dass. अंकल कह रहे ने कि मेरी कुड़ी नू ले जा सकते हो, ते मेरी कुड़ी नू उत्थे कोई खतरा नहीं है। आज तो मेरी कुड़ी साड़ी हुई, तुसी ले जाओ ते मेनू माफ कर दियो। थैंक यू सो मच कले। जे गल ਤਾਂ ਫਿਰ ਮੈਂ ਵੀ ਅੱਜ ਤੋਂ ਦੁਸ਼ਮਣੀ ਛੱਡਦਾ। ਮੈਂ ਆਪਣੇ ਪਰਿਵਾਰ ਦੀ ਖਾਤਰ ਕੁਛ ਵੀ ਕਰ ਸਕਦਾ। ਉਹ ਮੇਰੇ ਦੋ ਪੋਤੇ ਨੇ, ਇੱਕ ਇੱਥੇ ਰਹਿ ਜਾਏਗਾ ਤੇ ਕੀ ਗੱਲ ਹੈ? ਕਿਉਂ ਕਾਲੇ, ਤੂੰ ਤਾਂ ਮੇਰੇ ਨਾਲ ਪੰਜਾਬ ਚ ਰਹੇਗਾ ਨਾ? ਓਏ, ਆਪਾਂ ਉੱਥੇ ਸੋਹਣੀ ਜਿਹੀ ਕੁੜੀ ਲੱਭ ਲਾਂਗੇ। Thank you.
ਪਹਿਲੀ ਗੱਲ ਤਾਂ ਇਹ ਕਿ ਮੈਨੂੰ ਇਹ ਵਿਆਹ ਹੀ ਮਨਜ਼ੂਰ ਨਹੀਂ ਗਾ। ਪਰ ਜੇ ਤੇਰਾ ਦਿਮਾਗ ਖਰਾਬ ਹੋ ਹੀ ਗਿਆ ਤਾਂ ਇੱਕ ਗੱਲ ਸੋਚ ਲਾ, ਤੈਨੂੰ ਵਿਆਹ ਤੋਂ ਬਾਅਦ ਇੱਥੇ ਰਹਿਣਾ ਪੈਣਾ। ਪਰ ਮਾਮ, ਕੀ ਮਾਮ, ਦੋਨਾਂ ਚੋਂ ਇੱਕ ਇੱਥੇ ਰਹਿ ਸਕਦਾ ਹੈ ਨਾ, ਤੇ ਇਹ ਇੱਥੇ ਰਹਿ ਲਵੇ, ਰੂਪ ਚੱਲ ਜਾਵੇ ਪੰਜਾਬ। ਪਰ ਉਹ ਤਾਂ ਗੱਲ ਹੋ ਗਈ ਹੈ ਨਾ ਜੀ, ਰੂਪ ਤਾਂ ਇੱਥੇ ਰਹੂਗਾ ਹੁਣ। ਕਿਉਂ, ਤੂੰ ਇੱਥੇ ਕਿਉਂ ਨਹੀਂ ਰਹਿ ਸਕਦਾ, ਤੁਸੀਂ ਦੋਵੇਂ ਇੱਥੇ ਰਹਿ ਲਓ। ਪਰ ਬਾਪੂ ਜੀ ਆ ਨਾ ਜੀ ਮੇਰੇ ਪਿੱਛੇ, ਉਹ ਫਿਰ ਦੇਖਿਆ ਕਦੇ ਬਾਪੂ ਦਾ ਤੇ ਕਦੇ ਭਰਾ ਦਾ, ਇਹਨੇ ਤੇਰਾ ਕਿੱਥੋਂ ਬਣਨਾ ਹੈ। ਨਾਲੇ ਇੱਕ ਗੱਲ ਦੱਸ, ਤੂੰ ਜ਼ਿੰਦਗੀ ਮੇਰੀ ਕੁੜੀ ਨਾਲ ਕੱਟਣੀ ਆ ਕਿ ਆਪਣੇ ਬਾਪੂ ਨਾਲ? ਦੋਨਾਂ ਚੋਂ ਇੱਕ ਨੂੰ ਛੱਡਣਾ ਪੈਣਾ ਹੈ, ਜਾਂ ਮੇਰੀ ਕੁੜੀ ਜਾਂ ਆਪਣਾ ਬਾਪੂ। ਕਾਲੀ, ਹਰ ਕਿਸੇ ਲਈ ਚੰਨ ਸਮਾਨ ਤੇ ਨਹੀਂ ਸੁੱਟਿਆ ਜਾਂਦਾ ਲਿਸ਼ਾ। ਮੈਂ ਤੈਨੂੰ ਬਹੁਤ ਪਿਆਰ ਕਰਦਾ, ਤੇਰੇ ਤੋਂ ਬਿਨਾਂ ਨਹੀਂ ਰਹਿ ਸਕਦਾ। ਪਰ ਮੈਂ ਆਪਣੇ ਪਾਪੂ ਨੂੰ ਨਹੀਂ ਛੱਡ ਸਕਦਾ। ਤਕਦੀਰਾਂ ਕਿੱਥੇ ਜੁੜਦੀਆਂ ਨੇ ਇਹ ਸਭ ਜਾਣਦੇ, ਕਿੱਥੇ ਟੁੱਟਦੀਆਂ ਜਾਣੇ ਕੋਈ। ਮੇਰੀ ਕਦ ਕਦ ਰੋਈ, ਜਾਣੇ ਦਿਲ ਯਾ ਮੈਂ, ਜਾਣੇ ਦਿਲ ਯਾ ਮੈਂ। ਤੈਨੂੰ ਖਬਰ ਨਾ ਕੋਈ, ਤੈਨੂੰ ਕਦਰ ਨਾ ਕੋਈ, ਮੈਨੂੰ ਤਾਂ ਇੰਜ ਲੱਗਦਾ ਏ ਹਾਏ, ਦੂਰ ਤੇਰੇ ਤੋਂ ਰਹਿ ਰਹਿ ਕੇ ਦਿਲ ਮੇਰਾ ਟੁੱਟਦਾ ਜਾਵੇ, ਇਸ਼ਕੇ ਦੇ ਗਮ ਸਹਿ ਸਹਿ ਕੇ। ਮੈਨੂੰ ਤਾਂ ਇੰਜ ਲੱਗਦਾ ਏ ਦੂਰ ਤੇਰੇ ਤੋਂ ਰਹਿ ਰਹਿ ਕੇ ਤੇਥੋਂ ਜੁਦਾ ਜੋ ਹੋਈ, ਜਿੰਦ ਮੈਨੂੰ ਲੱਗੇ ਮੋਈ ਮੋਈ, ਪਲਕਾਂ ਦੇ ਓਲੇ ਓਲੇ ਬਹਿ ਕੇ ਅੱਖ ਮੇਰੀ ਕਦ ਕਦ ਰੋਈ, ਅੱਖ ਮੇਰੀ ਕਦ ਕਦ ਰੋਈ। ਖੜਾ ਕੀ ਸੋਚੀ ਜਾਣਾ, ਸ਼ਗਨ ਪਾਓ, ਹੁਣ ਤਾਂ ਮੁੰਡਾ ਕੈਨੇਡਾ ਜੋ ਹੋਇਆ ਆ, ਆਹੀ ਚਾਹੀਦਾ ਸੀ ਨਾ ਤੁਹਾਨੂੰ? ਹਾਂਜੀ ਹਾਂਜੀ, ਸਾਨੂੰ ਤਾਂ ਬਸ ਇਹੋ ਚਾਹੀਦਾ ਸੀ। ਹਾਂ ਵੀ ਪੁੱਤ ਕਾਟੋ, ਹੁਣ ਤੇਰੀ ਪੂਰੀ ਸਹਿਮਤੀ ਹੈ ਨਾ, ਕਿਤੇ ਪਹਿਲਾਂ ਵਾਂਗੂ ਕਾਟੋ ਕਾਤੋਂ ਨਾ ਕਰਾ ਦੀ। ਹਾਂਜੀ ਬਾਪੂ ਜੀ, ਸਹਿਮਤੀ ਆ। ਦੇਖਿਆ, ਦੋਨਾਂ ਦੀ ਸਹਿਮਤੀ ਹੈ ਤੇ ਦੋਨੋਂ ਇੱਕ ਦੂਜੇ ਨੂੰ ਬਹੁਤ ਪਸੰਦ ਕਰਦੇ ਆ। ਚਲੋ ਭਾਈ ਫਿਰ ਸ਼ਗਨ ਪਾਓ। ਕਾਲੇ,
ਹੈ ਕੀ ਕਹਿੰਦਾ ਚੱਲ ਉੱਠ ਕੀ ਹੋ ਗਿਆ ਕੋਈ ਨਹੀਂ ਬਾਪੂ ਜੀ ਮੈਂ ਕਿੱਥੇ ਚੱਲਿਆ ਬਸ ਮੈਂ ਜੀ ਉਹ ਛੇਤੀ ਆਈ ਕੀ ਗੱਲ ਪਤਾਸੇ ਠੰਡੇ ਹੁੰਦੇ ਆ ਪਤਾਸੇ ਤਰਮਣ ਲਓ ਪੀ ਲੈ ਨਾ ਹਾਈ ਹੈਲੋ ਤੂੰ ਇੱਥੇ ਐਕਚੁਅਲੀ ਜਦ ਤੁਸੀਂ ਇੱਥੇ ਆਉਣ ਲੱਗੇ ਸੀ ਤਾਂ ਛੋਟੇ ਹੁੰਦੇ ਹੁੰਦਾ ਤਾਂ ਪਤਾ ਨਹੀਂ ਵੱਡਾ ਹੋ ਕੇ ਕੰਮ ਆ ਗਿਆ ਸ਼ਕਤੀਮਾਨ ਆਇਆ ਜੀ ਕੀ ਹੋ ਰਿਹਾ ਬਸ ਮੇਰੀ ਮੰਗਣੀ ਜਿਹੀ ਹੋਣ ਲੱਗੀ ਸੀ ਆਇਆ ਜੀ ਕਰਵਾ ਲੈ ਆਈਲ ਜਸਟ ਗੈਟ ਬੈਕ ਟੂ ਕੈਨੇਡਾ ਇੱਕ ਮਿੰਟ ਮੈਂ ਕਰਦਾ ਕੁਛ ਮਾਨ ਸਾਹਿਬ ਹੈ ਸਾਹਿਬ ਕੀ ਕੰਮ ਹੈ ਉਹ ਅੰਦਰ ਯਾਰ ਜ਼ਰਾ ਬਾਈ ਉਹ ਨਹੀਂ ਹੋਏ ਬਾਈ ਨਹੀਂ ਯਾਰ ਮੇਰਾ ਉਹ ਤੂੰ ਚੱਲ ਪਰਾਂ ਉਹ ਦੇਖ ਲਾ ਯਾਰ ਮਨ ਯਾਰ ਉਹ ਜਦ ਤੱਕ ਕੋਈ ਕਹਤਾ ਨਹੀਂ ਤਾਂ ਮਤਲਬ ਨਹੀਂ ਬਸ ਹਾਂ ਕਾਟੋ ਕਾ ਤੋਂ ਮੈਂ ਤਾਂ ਤੈਨੂੰ ਪਿਆਰ ਕਰਦਾ ਸੀ ਬਾਹਲਾ ਸਮੋਸੇ ਖਵਾਉਣ ਵੇਲੇ ਮੈਂ ਤੇ ਪਤਾਸੇ ਵੇਲੇ ਕਾਲਾ ਕਾਟੋ ਕਾ ਤੋਂ ਰਾ ਖੇਤ ਮੇਰੇ ਦੇ ਨਿੱਤ ਔਂਸੀਆਂ ਪਾਉਂਦੇ ਨੇ ਜਿਹੜੇ ਪੋਤੇ ਮਾੜੇ ਲੱਗਦੇ ਉਹੀ ਕੰਮ ਆਉਂਦੇ ਨੇ ਬਾਪੂ ਗੱਲ ਨਹੀਂ ਬਣੀ ਯਾਰ ਇੰਨੀ ਦੂਰ ਗਏ ਵੀ ਪੋਤਾ ਵੀ ਛੱਡ ਆਇਆ ਡਾਂਗ ਵੀ ਨਹੀਂ ਮਾਰੀ ਜਾ ਯਾਰ ਬਾਪੂ ਲੱਸੀ ਕਰਾਤੀ ਯਾਰ ਸਾਰੀ ਜੇ ਘਰੇ ਜਾਂਦੇ ਨੂੰ ਭਿੰਡੀਆਂ ਠੰਡੀਆਂ ਮਿਲੀਆਂ ਨਾ ਪਲੇਟ ਵਾ ਕੇ ਕੈਨੇਡਾ ਮਾਰਾਂਗਾ ਬੋਲੀ ਤੁਰੀ ਜਾਂਦਾ ਚੁੱਪ ਓ ਨਾ ਬਾਪੂ ਯਾਰ ਹੌਲੇ ਨਵੀਂ ਨਵੀਂ ਆਈ ਉਹ ਦਿਲ ਤਾਂ ਲੱਗ ਲੈਣ ਦੋ ਜੀ ਉਹ ਨਾਲੇ ਮੈਂ ਕਹਿੰਦਾ ਸੀਗਾ ਕੈਨੇਡਾ ਸੋਹਣਾ ਸੀ ਨਾ ਮੈਂ ਕਹਿੰਦਾ ਸੀ ਆਪਾਂ ਸਾਰੇ ਜਾਣੇ ਕੈਨੇਡਾ ਨਾ ਰਹੀਏ ਜਾ ਕੇ ਓਏ ਆਂਦੇ ਰਨ ਦੇ ਪਿੱਛੇ ਲੱਗ ਗਿਆ ਬਾਲਾ ਬੋਲਿਆ ਤਾਂ ਮੰਜੀਆਂ ਅੱਡ ਕਰ ਦਿਆਂਗਾ ਤੁਹਾਡੀਆਂ ਉਹ ਜਾਣਾ ਤੂੰ ਕੈਨੇਡਾ ਖੜ ਤੈਨੂੰ ਮੈਂ ਕੈਨੇਡਾ ਭੇਜਾਂ ਵੱਡੇ ਸੂਰਮੇ ਨੂੰ ਓ ਨਹੀਂ ਖੜ ਤੈਨੂੰ ਦੱਸਾਂ ਵੱਡੇ ਕੈਨੇਡੇ ਵਾਲੇ ਬੱਬੂ ਡਾਂਗ ਮਾਰੀ ਅੱਡ ਹੋ ਜਾਣਾ ਮੈਂ ਹਾਈ ਫਿਰ ਪਿੰਡੀਆਂ ਕੱਲਾ ਹੀ ਵੱਡੀ ਤੱਕ ਕਰਨ ਨੂੰ ਬਾਹਰ ਜਿਹੜੀ ਤੈਨੂੰ ਹੋ ਇਸ਼ਕ ਦੇ ਵਿਹੜੇ ਪੈਰ ਜਦੋਂ ਵੀ ਪੈਂਦੇ ਨੇ ਸਭ ਲੁੱਟ ਜਾਂਦਾ ਸ਼ਾਇਰ ਸਾਰੇ ਕਹਿੰਦੇ ਨੇ ਪਰ ਇੱਕ ਗੱਲ ਮੈਂ ਵੀ ਕਹਿਣਾ ਸੰਭਲ ਨਹੀਂ ਪਾਣਾ ਲਾਜ਼ਮੀ ਦਿਲ ਦਾ ਹੋ ਜਾਣਾ ਇਸ਼ਕ ਤੈਨੂੰ ਵੀ ਹੋ ਜਾਣਾ ਨੀਂਦ ਵੀ ਦੂਰ ਚਲੀ ਜਾਣੀ ਚੈਨ ਵੀ ਤੇਰਾ ਹੋ ਜਾਣਾ ਲਾਜ਼ਮੀ ਦਿਲ ਦਾ ਹੋ ਜਾਣਾ ਇਸ਼ਕ ਤੈਨੂੰ ਵੀ ਹੋ ਜਾਣਾ ਨੀਂਦ ਵੀ ਦੂਰ ਚਲੀ ਜਾਣੀ ਚੈਨ ਵੀ ਤੇਰਾ ਹੋ ਜਾਣਾ ਜਵਾਨੀ ਨਹੀਂ ਬਖਸ਼ਦੀ ਆ ਤਿੱਖੇ ਤੀਰ ਕਰੇ ਤਿਆਰ ਵੇਖ ਕੇ ਸੋਹਣਾ ਜਿਹਾ ਮੌਕਾ ਦਿਲਾਂ ਤੇ ਕਰ ਦਿੰਦੀ ਹੈ ਵਾਰ ਜਵਾਨੀ ਨਹੀਂ ਬਖਸ਼ਦੀ ਯਾਰ ਤਿੱਖੇ ਤੀਰ ਕਰੇ ਤਿਆਰ ਵੇਖ ਕੇ ਸੋਹਣਾ ਜਿਹਾ ਮੌਕਾ ਦਿਲਾਂ ਤੇ ਕਰ ਦਿੰਦੀ ਹੈ ਵਾਰ ਜੇ ਆਸ਼ਿਕ ਬਣਿਆ ਏ ਜੇ ਆਸ਼ਿਕ ਬਣਿਆ ਏ ਪਰ ਨਾ ਪੈਣਾ ਹਰ ਜਾਣਾ ਲਾਜ਼ਮੀ ਦਿਲ ਦਾ ਹੋ ਜਾਣਾ ਇਸ਼ਕ ਤੈਨੂੰ ਵੀ ਹੋ ਜਾਣਾ ਨੀਂਦ ਵੀ ਦੂਰ ਚਲੀ ਜਾਣੀ ਚੈਨ ਵੀ ਤੇਰਾ ਹੋ ਜਾਣਾ ਲਾਜ਼ਮੀ ਦਿਲ ਦਾ ਹੋ ਜਾਣਾ ਇਸ਼ਕ ਤੈਨੂੰ ਵੀ ਹੋ ਜਾਣਾ ਨੀਂਦ ਵੀ ਦੂਰ ਚਲੀ ਜਾਣੀ ਚੈਨ ਵੀ ਤੇਰਾ ਹੋ ਜਾਣਾ Chopping up and making feel the mood One on side, two first on face Keep a one and step into the party and jive
अखियां मर जानियां एक दिन लड़ जानियां अखियां मर जानियां एक दिन लड़ जानियां जिथे शमा रहिंदी